ਦਾ ਗ੍ਰੰਥੀ ਨਹੀਂ ਬਣਾਉਣਾ ਯਾਰ ਬੱਚੇ ਨੂੰ ਇਹ ਗ੍ਰੰਥੀ ਦਾ ਕੋਈ ਫਿਊਚਰ ਹੈ ਨਹੀਂਗਾ ਜੀ ਕਈ ਦਾ ਪਾਟੇ ਸਿੰਘ ਸਾਡੇ ਵਿਚਾਰੇ ਆਏ ਹੋਏ ਜਿੰਨੇ ਗਰਮੀਆਂ ਦੇ ਵਿੱਚ ਭੁੱਖੇ ਮਰਨ ਤੱਕ ਨੌਤ ਆ ਜਾਂਦੀ ਹੈ ਜੀ ਉਹ ਹੁਣ ਸਕਾਲਾਂ ਦੇ ਵਿੱਚ ਹੀ ਪੜ੍ਹਨ ਦੇ ਗਰਮੀਆਂ 'ਚ ਕਰਦੇ ਹੀ ਨਹੀਂਗੇ ਵਿਚਾਰੇ ਉਹ ਗਰਮੀਆਂ ਦੇ ਵਿੱਚ ਫਿਰ ਢਾੜੀ ਦਾਪਾ ਕਰਦੇ ਆ ਜੀ ਤੁਹਾਡਾ ਬੱਚਾ ਕਿੰਨੀ ਚਾਲਦਾ ਮੇਰਾ ਬੱਚਾ ਹੈਗਾ ਜੀ 14 ਸਾਲ ਦਾ ਉਹਨੂੰ ਕਣਕ ਤੋਂ ਅਲਰਜੀ ਸੀ ਜੀ ਉਹਦੀ ਵਜ੍ਹਾ ਨਾਲ ਉਹਦਾ ਕੱਦ ਨਹੀਂ ਵਧਿਆ ਜੀ ਤੇ ਉਹਦਾ ਪ੍ਰੋਪਰ ਲਾਈ ਨਹੀਂ ਹੋਇਆ ਉਹ ਫਿਰ ਹੁਣ ਟੈਸਟ ਥੋੜੇ ਬੰਕੇ ਨੇ ਮਤਲਬ ਤੁਸੀਂ ਇਸ ਵਕਤ ਤੁਹਾਡੀ ਹਾਲਾਤ ਹੈ ਬੱਚੇ ਦਾ ਇਲਾਜ ਕਰਾਉਣ ਲਈ ਵੀ ਹਾਂ ਔਖਾ ਹੈ ਬਹੁਤ ਔਖਾ ਤੁਹਾਡੀ ਤਨਖਾਹ ਕਿੰਨੀ ਰਹੀ ਹੈ ਤਨਖਾਹ ਮਹਸਾਈਆਂ ਵਾਲੇ ਤਾਂ ਜੀ 3000 ਤੱਕ ਕਰਾਇਆ 3-4 ਸਾਲ ਜੀ 3000 ਰੁਪਏ 3000 ਤਨਖਾਹ ਸੀ ਜੇ ਮੇਰੀ ਬਾਅਦ ਦੇ ਵਿੱਚ 3500 ਕਰਤੀ ਸੀ ਜੀ ਉਹਨਾਂ ਨੇ ਮੋਰੇ ਵਾਲੇ ਨਹੀਂ ਕੋਈ ਤਨਖਾਹ ਨਹੀਂ ਸੀ ਜੀ ਉੱਥੇ ਉਹ ਮਤਲਬ ਕਿ ਕਣਕ ਚੋਨਾ ਦਿੰਦੇ ਸੀਗੇ ਜਿਵੇਂ ਅੱਛਾ ਜੀ ਹਾਂ ਉੱਥੇ ਕਣਕ ਚੋਨਾ ਦਿੰਦੇ ਤਨਖਾਹ ਨਹੀਂ ਸੀ ਉੱਥੇ ਤਿੰਨ 3000 ਰੁਪਏ ਕਿਹੜੇ ਸਾਲ ਦੇ ਵਿੱਚ ਸੀ ਹੈ ਕਿਹੜੀ ਸਾਲ ਦੀ ਗੱਲ ਹੈ 15 ਦੇ ਵਿੱਚ 201 ਔਖਾ ਹੀ ਹੈ ਇਹ ਫਿਰ ਉਹਨਾਂ ਫਰਾਰੇ। ਕਿ ਕਿਸੇ ਕਮੇਟੀ ਦਾ ਪ੍ਰਧਾਨ ਜਾਂ ਕਿਸੇ ਕਮੇਟੀ ਦਾ ਜਿਹੜਾ ਕੋਈ ਸੈਕਟਰੀ ਆ ਜਾਂ ਉਹਦਾ ਬੱਚਾ ਕੋਈ ਪਾਰਟੀ ਵਿਖਿਆ। ਇੱਕ ਵੀ ਵਿਖਾ ਦੇ ਪੰਜਾਬ ਦੇ ਵਿੱਚ। ਇੱਕ ਵੀ। 1% ਵੀ ਨਹੀਂ ਹੋਣੇ ਮੇਰੇ ਸਾਹ ਦੇ ਵਿੱਚ। ਕਿਉਂ ਨਹੀਂ ਬਣਾਉਂਦੇ ਉਹਨਾਂ ਪਤਾ ਉਹਨਾਂ ਨੂੰ ਵੀ ਇਹਦਾ ਕੋਈ ਇਹਦਾ ਕਿਹੜਾ ਕੋਈ ਪੁੱਤਰਾ। ਅੱਜ ਮਤਲਬ ਤੁਹਾਡੀ ਹਾਲਾਤ ਇਹ ਵੀ ਨਾ ਤੁਹਾਡੇ ਕੋਲ ਅਧਿਕਾਰ ਹੈ। ਨਾ ਜੀ। ਨਾ ਤੁਸੀਂ ਬੱਚੇ ਦਾ ਇਲਾਜ ਕਰਾਵਾ ਰਹੇ ਹੋ। ਨਾ ਤੁਸੀਂ ਆਉਂਦਾ ਹੈ। ਨਾ ਉਹਦਾ ਹੋਣਾ। ਮਤਲਬ ਇਹ ਤੁਹਾਨੂੰ ਗੁਰੂ ਦਾ ਵਜ਼ੀਰ ਕਹਦੇ ਹੁੰਦੇ ਆ ਨਾ। ਹੱਕ ਹੈਨ ਨੂੰ ਹੀ ਆ ਜੀ। ਪਰ ਮਹਾਰਾਜ ਦਾ ਹੋਵੇ ਵਜ਼ੀਰ। ਤੇ ਗਲੀ ਦੇ ਵਿੱਚ ਡੋਲ ਚੱਕ ਕੇ ਡਾਲੀ ਕਰਦਾ ਫਿਰੇ ਇਹ ਦੁੱਧ ਲੈ ਆਇਆ ਕਿਤੇ ਸਬਜ਼ੀ ਲੈ ਆਇਆ ਕਿਤੇ ਕਜਾ ਕਰ ਲੈ ਰੋਟੀ ਦੀ ਆ ਸਾਰਿਆਂ ਦਾ ਇਹ ਹਾਲ ਹੁੰਦਾ ਕਿ ਚੱਲ ਤੁਹਾਡੇ ਨੇ ਸਾਰਿਆਂ ਦਾ ਇਹ ਆ ਜੀ ਕਿਸੇ ਚੰਗੇ ਗੁਰਦੁਆਰਿਆਂ ਦੇ ਵਿੱਚ ਆ ਜਿਹੜੇ ਬੈਠੇ ਸਿੰਘ ਜੀ ਹਾਂ ਉਹਨਾਂ ਕਈਆਂ ਸਿੰਘਾਂ ਦੀ ਹੈਗੀ ਆ ਜੀ 10000 ਰੁਪਏ ਤਨਖਾਹ ਨਹੀਂ ਆਮ ਤਾਂ ਸਾਰੇ 5-6000 ਇੱਥੇ ਹੀ ਆ ਜੀ ਬਸ ਸਾਰਿਆਂ ਦੇ ਖਰਚੇ ਤਾਂ ਹੋ ਰਹੀ ਬਹੁਤ ਹੁੰਦੇ ਆ ਹੋਰ ਬਹੁਤ ਹੁੰਦੇ ਆ ਜੀ ਹੁਣ ਬੱਚੇ ਦੀ ਫੀਸ ਆ ਮੰਨ ਲਓ ਕਿ ਮੈਂ ਠੀਕ ਨਹੀਂ ਰਹਿੰਦਾ ਹੈਗਾ ਬਿਮਾਰ ਹੈਗਾ ਮੈਂ ਮੇਰੇ ਦਵਾਈਆਂ ਤਾਂ ਬਹੁਤ ਹੋ ਜਾਂਦਾ ਜੀ ਮੈਂ ਕਮੇਟੀ ਨੂੰ ਇਹ ਗੱਲ ਕਹਿ ਰਿਹਾ ਜੀ ਵੀ ਮੇਰਾ ਮਨ ਲੋ ਮੈਂ ਕਹਿਣਾ ਉਹ ਕਮੇਟੀ ਅੱਗੋਂ ਇਹ ਗੱਲ ਕਹਿੰਦੀ ਬਾਬਾ ਜੀ ਤੁਸੀਂ ਤੁਹਾਨੂੰ ਅਸੀਂ 3000 ਦਿੰਨੇ ਆ ਨਾ ਤੇ ਜਿਹੜਾ ਪਿੱਛੇ ਕੋਈ ਹੋਰ ਖੜਾ ਹੋ ਕਹਿੰਦਾ ਮੈਂ 2000 ਚਾਹੁੰਦਾ ਪਰ ਉੱਥੇ ਕੋਈ ਜਵਾਬ ਹੀ ਹੈ ਨਹੀਂ ਸਾਡੇ ਕੋਲ ਇਸ ਪਿੰਡ ਦੇ ਵਿੱਚ ਹੁਣ ਦੋ ਚਰਚਾ ਨੇ ਵਜੀਦਪੁਰ ਪਿੰਡ ਦੇ ਵਿੱਚ ਦੋ ਚਰਚਾ ਨੇ ਠੀਕ ਹੈ ਸਾਈਂ ਤਰ੍ਹਾਂ ਦੇ ਵਿੱਚ ਲੋਕ ਇੰਨੇ ਜਾ ਰਹੇ ਆ ਤੇ ਇੱਕ ਸ਼੍ਰੋਮਣੀ ਕਮੇਟੀ ਦਾ ਗੁਰਦੁਆਰਾ ਹੋਵੇ ਐਨੀ ਆਮਦਨ ਹੋਵੇ ਤੇ ਚਾਹੀਦਾ ਤੇ ਇਹ ਵੀ ਇੱਥੇ ਇਨਾ ਫੁੱਲ ਪ੍ਰਚਾਰ ਹੋਵੇ ਲੋਕ ਸਾਰੇ ਜੁੜ ਜਾਣ ਤੇ ਕਿਤੇ ਲੋਕ ਟੁੱਟ ਰਹੇ ਆ ਉਹ ਕਹਿੰਦਾ ਜੀ ਜਦੋਂ ਅਸੀਂ ਗੁਰਦੁਆਰਿਆਂ ਦੇ ਵਿੱਚ ਜਾਂਦੇ ਆ ਤੇ ਜਿਹੜੇ ਜੱਟ ਜ਼ਿਮੀਂਦਾਰ ਆ ਸਾਡੇ ਬੱਚਿਆਂ ਨੂੰ ਇਹ ਨੀਵੀਂ ਜਾਦਾ ਕਰਕੇ ਪਿੱਛੇ ਕਰ ਦਿੰਦੇ ਆ ਕਿ ਅਸੀਂ ਜਦੋਂ ਇਸਾਈ ਧਰਮ ਦੇ ਵਿੱਚ ਗਏ ਉਹ ਸਾਨੂੰ ਪਿਆਰ ਕਰਦੇ ਆ ਜੀ ਸਾਨੂੰ ਬਰਾਬਰ ਬਹਾਉਂਦੇ ਆ ਆਪਣੇ ਹਾਂ ਇਹ ਚੀਜ਼ ਆ ਜਿਹੜੀ ਇਹ ਚੀਜ਼ ਨਿਕਲਣੀ ਚਾਹੀਦੀ ਆ ਜੀ ਵਿੱਚੋਂ ਹਾਂ ਇੱਥੇ ਇਹਨਾਂ ਨੇ ਹਸਪਤਾਲ ਖੋਲੇ ਹੋਏ ਆ ਜੀ ਸਾਈ ਧਰਮ ਵਾਲਿਆਂ ਨੇ ਫਿਰ ਹੋਈ ਪਰ ਸਾਡੇ ਠੀਕ ਐ ਇੰਨਾ ਵਧੀਆ ਲਾਏ ਹੁੰਦਾ ਜੀ ਉਹਨਾਂ ਦਾ ਉਹਨਾਂ ਨੂੰ ਕੋਈ ਟੈਨਸ਼ਨ ਨਹੀਂ ਜੇ ਸਾਡੇ ਰਿਗਿਆ ਨੂੰ ਜੇ ਕਦੇ ਰੱਬਣਾ ਕਰੇ ਕੋਈ ਬੰਦਾ ਬਿਮਾਰ ਹੋ ਜਾ ਜਾਂ ਪਰਿਵਾਰ ਦਾ ਬੱਚਾ ਕੋਈ ਬਿਮਾਰ ਹੋ ਜਾ ਟੈਨਸ਼ਨ ਨਾ ਕੀ ਰਿੰਦੀ ਆ ਵੀ ਪਤਾ ਨਹੀਂ ਇਲਾਜ ਹੋਣਾ ਕਿ ਨਹੀਂ ਹੋਣਾ ਤੁਹਾਡਾ ਇਲਾਜ ਹੀ ਮੈਨੂੰ ਹੋ ਰਿਹਾ ਬਰਬਰ ਮੇਰਾ ਹਾਂ ਨਹੀਂ ਹੋਇਆ ਜੀ ਹਾਂ ਮੇਰਾ ਹਜੇ ਇੱਕ ਆਪਰੇਸ਼ਨ ਰਹਿਦਾ ਹੈ ਕਰਾਉਣ ਵਾਲਾ ਇਹ ਤਾਂ ਤੁਸੀਂ ਨਾ ਕਿਤੇ ਜਿਹੜੀਆਂ ਲੜੀਆਂ ਚੱਲਦੀਆਂ ਜੀ ਆਪਣੇ ਕੋਤਰੀਆਂ ਪਾ ਕੋ ਹਾਂ ਕੋਤਰੀ ਜੀ ਨੂੰ ਕਹ ਸਕਦੇ ਆ ਤੁਸੀਂ ਕਿਤੇ ਜਾ ਕੇ ਉੱਥੇ ਵੇਖਿਓ ਇਹ ਪਾਟੀਆਂ ਦਾ ਕੋਈ ਹਾਲ ਕੋਈ ਪ੍ਰਬੰਧ ਨਹੀਂ ਉਹ ਜਿਵੇਂ ਐ ਆਵਾਰਾ ਗਾਵਾਂ ਫਿਰਦੀਆਂ ਹੁੰਦੀਆਂ ਜੀ ਐਂ ਫਿਰਦੇ ਵਿਚਾਰੇ ਤੇ ਰੇਡ ਘਟਵਾਤ ਵੀ ਕਰਦੇ ਹਉਣੇ ਇਹ ਲੋਗ ਬਹੁਤ ਕਈ ਤਾਂ ਦਿੰਦੇ ਨੇ ਜੀ ਅੱਛਾ ਹਾਂ ਜੇਵੇਂ ਹੁਣ ਮੰਨ ਲਓ ਆਪਾਂ ਪੁੱਛ ਲੈਂਦੇ ਬਾਬਾ ਜੀ ਸੁਗਨ ਸਾਹਿਬ ਦੇ ਕੀ ਪੇਟਾ ਏ ਇਹ ਮੰਨ ਲਓ ਹੁਣ ਆਪਾਂ 1100 ਰੁਪਈਆ ਜੀ ਨਹੀਂ ਗੱਜ ਬਹੁਤ ਜ਼ਿਆਦਾ ਸਾਡੇ 550 ਦੇ ਵਿੱਚ ਬਾਬਾ ਕਰਦਾ ਜੀ ਸਾਡੇ 500 ਰੁਪਈਆ ਦੇ ਵਿੱਚ ਉੱਥੇ ਘਾ ਫਲਾਣੇ ਪੇੜਾ ਸਾਡੇ ਰਿਸਦਾਰੀ ਉੱਥੇ 500 ਦੇ ਵਿੱਚ ਹੋ ਜਾਂਦਾ ਤੇ ਉਹ ਉੱਥੇ ਪਰ ਬੰਦਾ ਕੀ ਕਰੇ ਜੇ ਮੈਂ ਵਿਆਹ ਤੋਂ ਪਹਿਲਾਂ ਚਲੋ ਖੰਡ ਪਾੜ ਜਾਂ ਸਾਈ ਪਾੜ ਜਾਂ ਜੋ ਵੀ ਅਗਲੀ ਸ਼ਰਤ ਆਉ ਪਾਠ ਕਰਵਾਉਦਾ ਅਗਲਾ ਮਤਲਬ ਮੈਂ ਸਾਰਿਆਂ ਨੂੰ ਇਹ ਕਹਿੰਦਾ ਵੀ ਨਵੇੜ ਦਾ ਵਾਲਾ ਗਮ ਜੇ ਕਹਿੰਦਾ ਵੀ ਹਾਂ ਹੁਣ ਤਾਂ ਜੀ ਬਸ ਫਾਰਮੈਲਟੀਆਂ ਹਾਂ ਹੁਣ ਕੋਈ ਸ਼ਰਧਾ ਭਾਵਨਾ ਬਹੁਤ ਘਟ ਗਈ ਆ ਲੋਕਾਂ ਦੇ ਵਿੱਚ ਜੀ ਪਾੜ ਸੁਣਨਾ ਸੌਣ ਵਾਲੀਆਂ ਤਾਂ ਹੁਣ ਹੈ ਹੀ ਨਹੀਂ ਜੀ ਤਾਂ ਬਸ ਹਾਂ ਫਾਰ ਮਿਲਟੀਆਂ ਹੀ ਆ ਰਹਿ ਗਈਆਂ ਹੁਣ ਪਿਆਰ ਗੁਰੂ ਨਾਲ ਬਹੁਤ ਘਟ ਗਿਆ ਅਸੀਂ ਔਖੇ ਵੀ ਤਾਂ ਹੀ ਹੋ ਰਹੇ ਹਾਂ ਪਰ ਹੁਣ ਪਾਤੀ ਸਿੰਘ ਵਿਚਾਰਾ ਕਰਦਾ ਕੀ ਕਰੇ ਜੀ ਜਦੋਂ ਹੁਣ ਕੋਈ ਸੁਣਨ ਵਾਲੀ ਹੈ ਨਹੀਂ ਉੱਥੇ ਕੋਈ ਅੰਦਰ ਬੈਠਾ ਹੀ ਨਹੀਂਗਾ ਫਿਰ ਉਹ ਕੀ ਕਰੂਗਾ ਡੀਜੇ ਸਾਰੀ ਰਾਤ ਚੱਲਦਾ ਜੀ ਡੀਜੇ ਤੇ ਤਾਂ ਭਾਵੇਂ ਜਿੰਨਾ ਚਿਰ ਮਰਜ਼ੀ ਬੁਲਾ ਦਿਓ ਟਾਈਮ ਉੱਥੇ ਸਾਰੀ ਰਾਤ ਨੱਚੀ ਜਾਂਦੇ ਆ ਤੇ ਕਿਤੇ ਸਪੀਕਰ ਅੱਧਾ ਘੰਟਾ ਵੱਧ ਲੱਗ ਜਾਏ ਰਾਤ ਨੂੰ ਚੱਲਦਾ ਹੋਵੇ ਤੇ ਆਂਡ ਗਵਾੜ ਨੂੰ ਥੋੜੀ ਪ੍ਰੋਬਲਮ ਆ ਲੱਗਦਾ ਬਈ ਸਪੀਕਰ ਚੱਲੀ ਜਾਂਦਾ ਬੰਦ ਕਰਦੇ ਉਹ ਬੰਦ ਕਰ ਦੋ 8:30 ਹੋ ਗਿਆ ਜੀ ਤੇ ਉਹ ఆర్ਕੇਸਟਰਾ ਲੱਗਦੀ ਆ ਉਦੋਂ ਹਾਂ ਉਦੋਂ ਤਾਂ ਵੇਲੋ ਵੀ ਉਹ ਜਿੰਨੇ ਮੰਗ ਲੈਣ ਉਹਨੇ ਦੇ ਦਿੰਦੇ ਉਹਨਾਂ ਨੂੰ ਹਾਂ ਤੇ ਗ੍ਰੰਥੀਆਂ ਨੂੰ ਜਿਹੜੇ ਗੁਰਦੁਆਰਿਆਂ ਦੇ ਵਿੱਚ ਗ੍ਰੰਥੀ ਬੈਠਿਆਣਾ ਜੀ ਉਹ ਮਤਲਬ ਕਿ ਬੈਠੇ ਜ਼ਰੂਰ ਆ ਟਾਈਮ ਪਾ ਜ਼ਰੂਰ ਕਰੀ ਜਾਂਦੇ ਆ ਜੀ ਪਰ ਜਾਣੀ ਦੀ ਕਿਤੇ ਨਾ ਕਿਤੇ ਢਾਰਾ ਮੰਡ ਦੇ ਵਿੱਚ ਵੀ ਕਿਤੇ ਸਾਨੂੰ ਇਹ ਠਾਣਾ ਦੇਣਾ ਕਿਤੇ ਸਾਨੂੰ ਇਹ ਭਜਾਣਾ ਦੇਣਾ ਮੈਂ ਕਹਿੰਦਾ ਮਹਾਰਾਜ ਬਰਾਦ ਨੂੰ ਕਹਿੰਦੇ ਆ ਜੀ ਜੇ ਮਹਰਮਾਲਾ ਸੁਭਾਗ ਇਹਨਾਂ ਬਾਬੇ ਚੱਕੋ ਸਮਾਨ ਆਉਂਦਾ ਸ਼ਾਮ ਨੂੰ ਟਕਣਾ ਪੈਣਾ ਕੋਈ ਕਿਸੇ ਹੁਣ ਗ੍ਰੰਥੀ ਨੂੰ ਮੰਨ ਲੋ ਕੱਢ ਦਿੰਦੇ ਆ ਉਹਨੂੰ ਅੱਗੇ ਨਾਲ ਦੀ ਨਾਲ ਥੋੜੋ ਕੋਈ ਗੁਰਦਰਾ ਮਿਲ ਜਾਣਾ ਹੁੰਦਾ ਹਾਂ ਉਹ ਤਾਂ ਜਿਹੜਾ ਫਿਰ ਕਰ ਲੈਂਦਾ ਉਹ ਬਹੁਤ ਵਿਚਾਰਾ ਔਖਾ ਹੁੰਦਾ ਹੂੰ ਬਹੁਤ ਸਮਾਂ ਨੂੰ ਔਖਾ ਨਗਾਉਣਾ ਲੱਗਦਾ ਨਵੇਂ ਗ੍ਰੰਥੀ ਸਿੰਘ ਕਿਹਨੇ ਆ ਰਹੇ ਆ ਨਹੀਂ ਨਵੇਂ ਨਹੀਂ ਕੋਈ ਹੈ ਨਹੀਂ ਮੈਂ ਤਾਂ ਜਿੰਨੇ ਮੇਰੇ ਨਾਲ ਦੇ ਆ ਮੈਂ ਤਾਂ ਉਹਨਾਂ ਦੇ ਬੱਚੇ ਨਹੀਂ ਕਿਸੇ ਦੇ ਵੇਖੇ ਵੀ ਇਸ ਫੀਲਡ ਦੇ ਵਿੱਚ ਆਏ ਹੁਣ ਮੇਰਾ ਐਕਸਟੈਂਡਰ ਲਾਟ ਟੁੱਟ ਗਈ ਤੇ ਜੇ ਮੰਨ ਲਓ ਮੈਂ ਘਰੇ ਹੁੰਦਾ ਮੈਨੂੰ ਬਹੁਤ ਔਖਾ ਹੋ ਜਾਣਾ ਹੋਸਦਾ ਮੇਰੇ ਤੋਂ ਤੁਰਨਾ ਹ ਇਹ ਤਾਂ ਧੰਨਵਾਦ ਆ ਜੀ ਉਹ ਪਿੰਡ ਵਾਲਾਂ ਦਾ ਵੀ ਉਹਨਾਂ ਨੇ ਮੇਰਾ ਲਾਇਕ ਕਰਵਾਇਆ ਮੇਰਾ ਉੱਥੇ ਫਰੀਦਕੋਟ ਮੈਂ ਦਾਖਲ ਸੀ ਉਹਦੇ ਬਾਅਦ ਮੈਂ ਤੁਰਨ ਲੱਗ ਪਿਆ ਦੁਬਾਰਾ ਫਿਰ ਜਦੋਂ ਮੇਰੀ ਰਾਤ ਟੁੱਟ ਗਈ ਨਾ ਜੀ ਉਸ ਤੋਂ ਬਾਅਦ ਫਿਰ ਉਹਨਾਂ ਨੇ ਲਾਇਕ ਕਰਾਇਆ ਅਸੀਂ ਇਹ ਇਹ ਜਿਹੜੇ ਹੁਣ ਰਾਗੀ ਟਾਡੀ ਜਿਹੜੇ ਪਾਟੀ ਸਿੰਘ ਨੇ ਜਿਹੜੇ ਗ੍ਰੰਤੀ ਸਿੰਘ ਨੇ ਜਿਹੜੇ ਕੀਰਤਨੀਆਂ ਨੇ ਗੁਰੂ ਦੇ ਇਹ ਇਹ ਸਾਡੀ ਕੌਮ ਦਾ ਸਰਮਾਇਆ ਨੇ ਇਹ ਇਹਨਾਂ ਨੂੰ ਕੌਮ ਨੂੰ ਚਾਹੀਦੀ ਇਹਨਾਂ ਦੀ ਬਾਹ ਫੜਨੀ ਚਾਹੀਦੀ ਹੈ ਜੀ ਤੇ ਅਸੀਂ ਤੇ ਇਹਨਾਂ ਦੇ ਮਜ਼ਾਕ ਉਡਾਉਂਦੇ ਪਏ ਆ ਜੀ ਅਸੀਂ ਇਹਨਾਂ ਗੁਰੂ ਗ੍ਰੰਥ ਸਾਹਿਬ ਦਾ ਸਤਕਾਰ ਬਹੁਤ ਕਰਦੇ ਲੋਕ ਉਹਦੇ ਵਿੱਚ ਕੋਈ ਸ਼ੱਕ ਨਹੀਂ ਪਰ ਗੁਰੂ ਦੇ ਵਜੀਰਾਂ ਦਾ ਨਿਕ ਸਤਿਕਾਰ ਕਰਦੇ ਜਾਂ ਜਿਹੜੇ ਕੀਰਤਨੀ ਉਹਨਾਂ ਦਾ ਸਤਿਕਾਰ ਨਹੀਂ ਕਰਦੇ ਜਿਹੜੇ ਸਾਨੂੰ ਇਹ ਗੱਲ ਕਹਿੰਦੇ ਨੇ ਜਾਂ ਵੀ ਤੁਸੀਂ ਪੈਸੇ ਬਾਰੇ ਤੇ ਉਹਨਾਂ ਨੂੰ ਪੁੱਛੋ ਵੀ ਥੋੜੋ ਤੁਸੀਂ ਪੈਸੇ ਬਣਾ ਸਕਦੇ ਆ ਹੂੰ ਕਿ ਤੁਹਾਡਾ ਪਰਿਵਾਰ ਨਹੀਂ ਹਰ ਇੱਕ ਦਾ ਪਰਿਵਾਰ ਆ ਜੀ ਕਿਸੇ ਨੂੰ ਕਹਣਾ ਬੜਾ ਸੌਕਾ ਹੁੰਦਾ ਇਹ ਤਾਂ ਗਰੰਤੀ ਸਿੰਘ ਤਾਂ ਜਿਹੜੇ ਪਿੰਡਾਂ ਦੇ ਵਿੱਚ ਬੈਠੇ ਆ ਕਿਤੇ ਕੋਈ ਨਵਾਂ ਮੋਟਰਸਾਈਕਲ ਲੈ ਲਵੇ ਨਾ ਕੋਈ ਨਵਾਂ ਕਿਤੇ ਪਿੰਟ ਸ਼ਿਫਟ ਮੰਨ ਲਓ ਪਾ ਲਵੇ ਤੇ ਭਾਦੀ ਬਣ ਜਾਂਦੀ ਲੋਕਾਂ ਦੇ ਹੁਣ ਜਿਹੜਾ ਬੰਦਾ ਹੁਣ ਨਿਤਨੇਮ ਕਰਦਾ 2:3 ਵਜੇ ਦਾ ਉੱਠਿਆ ਹੀ ਉਹ ਉਹਨੇ ਜਦੋਂ ਨਿਤਨੇਮ ਕਰਕੇ ਕੋਈ ਗਦਾ ਲਿਆ ਕੇ ਰੋ ਆ ਬਬਈ ਵਾਇਦੋ ਅਡੇ ਪੂਰੇ ਕਣਕ ਆ ਗਈ ਆ ਜਾਂ ਕਿਸੇ ਦੀ ਮੱਝ ਖੁੱਲ ਗਈ ਆ ਕਿਸੇ ਦੀ ਗਾਂ ਖੁੱਲ ਗਈ ਇਹ ਚੀਜ਼ਾਂ ਬਹੁਤ ਆ ਜੀ ਹਜੇ ਵੀ ਕਈਆਂ ਪਿੰਡਾਂ ਦੇ ਵਿੱਚ ਹਾਂ ਅਸੁੱਤਾ ਜਿਹੜਾ ਮਹਾਰਾ ਦੇ ਵਜੀਰਾ ਇਹਨਾਂ ਚੀਜ਼ਾਂ ਆਤੇ ਹੈ ਹੀ ਨਹੀਂ ਉਹ ਮਹਾਰਾ ਦੇ ਵਜੀਰੇ ਇਹਨਾਂ ਚੀਜ਼ਾਂ ਚਾਹਤ ਕੋਈ ਦੀ ਮੱਝ ਗਵਾਚ ਗਈ ਕੋਈ ਗਾਂ ਗਵਾਚ ਗਈ ਇਹਨਾਂ ਚੀਜ਼ਾਂ ਆਤ ਨਹੀਂਗਾ ਤੁਸੀਂ ਆ ਵਾਇਦ ਦੇ ਦੋ ਜਾ ਕੇ ਲੋਕ ਵਾਈ ਟੀਵੀ ਦੇ ਪੋਡਕਾਸਟ ਨਾਲ ਤੁਸੀਂ ਜੁੜਿਆ ਮੈਂ ਮਨਿੰਦਰ ਜੀ ਸਿੱਧੂ ਪੋਡਕਾਸਟ ਵਿੱਚ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਹਰ ਵਾਰ ਇੱਕ ਨਵੀਂ ਸ਼ਖਸੀਅਤ ਤੇ ਉਹ ਚੀਜ਼ ਜਿਹਨੂੰ ਲੋਕ ਨਾ ਜਾਣਦੇ ਹੋਣ ਪਰ ਉਹ ਕਿਤੇ ਬਾਰੇ ਗੱਲ ਕਰਨੀ ਜ਼ਰੂਰੀ ਹੋਵੇ ਉਦੀ ਗੱਲ ਗਦੇ ਘੱਟ ਹੋਈ ਹੋਵੇ ਜਾਂ ਹੋਈ ਹੋਵੇ ਤਾਂ ਉੱਤੇ ਗੌਰ ਘਟ ਕੀਤੀ ਗਈ ਹੋਵੇ ਅੱਜ ਅਸੀਂ ਗੱਲਬਾਤ ਕਰਾਂਗੇ ਗ੍ਰਾਂਥੀ ਸਿੰਘਾਂ ਦੀ ਜ਼ਿੰਦਗੀ ਦੇ ਉੱਤੇ ਗ੍ਰਾਂਥੀ ਸਿੰਘਾਂ ਦੀ ਜ਼ਿੰਦਗੀ ਕਿਵੇਂ ਹੁੰਦੀ ਹੈ ਕਿਸ ਤਰੀਕੇ ਨਾਲ ਉਹਨਾਂ ਨੂੰ ਜਿਹੜਾ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਜਿਹੜੀ ਹੈ ਸਮੱਸਿਆਵਾਂ ਆਉਂਦੀਆਂ ਕਿਹੜੀਆਂ-ਕਿਹੜੀਆਂ ਸਮੱਸਿਆਵਾਂ ਤੋਂ ਪੀੜਤ ਹੁੰਦੇ ਆ ਕਿਵੇਂ ਇਹਨੂੰ ਗੁਰੂ ਦਾ ਵਜ਼ੀਰ ਕਿਹਾ ਜਾਂਦਾ ਹੈ ਉਹ ਆਪਦੀ ਜ਼ਿੰਦਗੀ ਬਤੀਤ ਕਰਦਾ ਤਾਂ ਸਾਡੇ ਨਾਲ ਗ੍ਰਾਂਥੀ ਸਿੰਘ ਨੇ ਪਰਗਤ ਸਿੰਘ ਜੀ ਗੱਲਬਾਤ ਕਰਦੋ ਨੇ ਪਰਗਤ ਸਿੰਘ ਜੀ ਸਤਿ ਸ਼੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਦਾ ਤੁਹਾਡਾ ਡੋਪ ਵਾਈ ਟੀਵੀ ਦਾ ਤੇ ਤੁਹਾਡੀ ਸਾਰੀ ਟੀਮ ਦਾ ਮੇਰੇ ਘਰ ਵਿੱਚ ਆਉਣ ਦੇ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਜੀ ਆਇਆਂ ਆ ਪਾਰਗਰ ਸਿੰਘ ਜੀ ਸਭ ਤੋਂ ਪਹਿਲਾ ਸਵਾਲ ਤੁਸੀਂ ਤੁਹਾਡੀ ਉਮਰ ਕਿੰਨੀ ਆ ਹੁਣ ਮੇਰੀ ਉਮਰ ਹੋ ਗਈ ਜੀ 42 ਸਾਲ 42 ਸਾਲ ਕਿੰਨੇ ਸਾਲ ਦੀ ਉਮਰ ਦੇ ਵਿੱਚ ਤੁਸੀਂ ਇੱਕ ਗੁਰੂ ਵਾਲੇ ਪਾਸੇ ਲੱਗ ਗਏ ਸੀ ਸਾਡੇ ਘਰ ਦੇ ਵਿੱਚ ਮਾਹੌਲ ਸੀ ਜੀ ਜੀ ਮੇਰੇ ਡੈਡੀ ਜੀ ਪਹਿਲਾਂ ਗਰੰਤੀ ਸਿੰਘ ਸੀ ਜੀ ਇਹ ਘਰ ਦੇ ਵਿੱਚ ਮਾਹੌਲ ਫਿਰ ਉਹੋ ਜਿਹਾ ਸੀਗਾ ਉਸ ਤੋਂ ਬਾਅਦ ਫਿਰ ਅਸੀਂ ਵੀ ਪਾਠ ਸਿੱਖਣ ਲਈ ਡੈਡੀ ਨੇ ਸਿਖਾਤਾ ਸਾਨੂੰ ਮਤਲਬ ਕਰਾਈ ਸੰਥਿਆ ਲੈ ਲਈ ਫਿਰ ਨਾਲ ਹੀ ਪਾਠ ਤੇ ਹੋ ਗਿਆ ਵੀ 20 ਸਾਲ ਹੋ ਗਏ ਮੇਰੇ ਸਾਹਦੇ ਵਿੱਚ ਸੌਰੀ 2014 ਦੇ ਵਿੱਚ 4 ਦੇ ਵਿੱਚ ਸ਼ੁਰੂ ਹੋਇਆ ਸੀ ਜੀ ਤੇ 2004 ਤੋਂ 5 ਤੋਂ ਬਸ ਪਾਠ ਕਰ ਰਹੇ ਹਾਂ ਜੀ ਪਾਠ ਕਰਨਾ ਚੁਣਿਆ ਹਾਂਜੀ ਹਾਂਜੀ ਤੁਹਾਡੇ ਪਿਤਾ ਜੀ ਪਾਠ ਹਾਂ ਡੈਡੀ ਵੀ ਪਾਠ ਹੀ ਸੀਗੇ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਦੋਹਾਂ ਤਨਾਂ ਵਿੱਚ ਡਿਊਟੀ ਕੀਤੀ ਸੀਗੀ ਉਹਨਾਂ ਨੇ ਫਿਰ ਤਿੰਨ ਸਾਡੇ ਜਾਨੂ ਸਾਹਿਬ ਜੀਤਪੁਰ ਸਾਹਿਬ ਗੁਰਤਰਾਏ ਇੱਥੇ ਫਿਰ ਪਾਠ ਚੱਲਦੇ ਰਹਿੰਦੇ ਆ ਜੀ ਫਿਰ ਉਹ ਇੱਥੇ ਸੀਗੇ ਜੀ ਠੀਕ ਹੈ ਹਾਂਜੀ ਹਾਂ ਅਸੀਂ ਮਿੱਤ ਅਸ ਗੁਰਦੁਆਰਾ ਹੈ ਤੇ ਅਸੀਂ ਗੁਰਦੁਆਰਾ ਸ਼ਰੋਣੀ ਕਮੇਟੀ ਦੇ ਅੰਡਰ ਦੇ ਵਿੱਚ ਆ ਗੁਰਦੁਆਰਾ ਠੀਕ ਹੈ ਜੀ ਹਾਂਜੀ ਹਾਂ ਉੱਥੇ ਪਾੜ ਚੱਲਦੇ ਰਹੇ ਉੱਥੇ ਪਾੜ ਚੱਲਦੇ ਰਹਿੰਦੇ ਹਾਂ ਜੀ ਹਾਂ ਇੱਕ ਗੱਲ ਹੈ ਵੀ ਤੁਸੀਂ ਤੁਹਾਨੂੰ ਤੁਸੀਂ ਕਿਹਾ ਵੀ 2005 19 18-19 ਸਾਲ ਤੁਹਾਨੂੰ ਹਾਂਜੀ ਇਹ ਤਕਰੀਬਨ ਇੰਨੇ ਸਿਰਫ ਹੋ ਹੀ ਨੇ ਰਹੇ ਹਾਂ ਜੀ ਹਾਂ ਇੰਨੇ ਸਾਲਾਂ ਦੇ ਵਿੱਚ ਤੁਸੀਂ ਕਿਹੜੀ ਕਿਹੜੀ ਗੁਰਦੁਆਰਾ ਸਾਹਿਬ ਦੀ ਡਿਊਟੀ ਦਿੱਤੀ ਹੈ ਮੈਂ ਜੀ ਪਹਿਲਾਂ ਤਾਂ ਇੱਥੇ ਲੱਗੇ ਸੀਗੇ ਸ਼ਰੋਣੀ ਕਮੇਟੀ ਦੇ ਵਿੱਚ ਜਾਨੀ ਦੀ ਪਾਠੀ ਲੱਗੇ ਹੋਏ ਸੀਗੇ ਜੀ ਅਸੀਂ ਜੀ ਰਪੁਰ ਸਾਹਿਬ ਹੀ ਫਿਰ ਮੈਂ ਚਲਾ ਗਿਆ ਸੀ ਸ ਉਥੇ ਗੁਰਦਰਾ ਸਾਹਿਬ ਡਿਊਟੀ ਕੀਤੀ। ਉਥੇ ਮੇਰੀ ਲੱਤ ਟੁੱਟ ਗਈ ਜੀ। ਅੱਛਾ ਕਿਵੇਂ? ਉਥੇ ਐਕਸੀਡੈਂਟ ਹੋ ਗਿਆ ਸੀ ਜੀ ਮੇਰਾ। ਠੀਕ ਹੈ। ਉਥੇ ਫਿਰ ਮੈਂ ਰਿਹਾ ਜੀ ਉਹਨਾਂ ਨੇ ਲਾਇਕ ਰਾਇਆ ਸੀਗਾ ਮੇਰਾ। ਫਿਰ ਮੈਂ ਉਥੇ ਦੁਬਾਰਾ ਫੇਰ ਵਿੱਚ ਰੌ ਟੁੱਟ ਗਈ ਜੀ। ਠੀਕ। ਪਹਿਲਾਂ ਲੱਤ ਟੁੱਟ ਗਈ ਉਦੋਂ ਬਾਅਦ ਮੈਂ ਵਾਕ ਕਰਨਾ ਹੌਲੀ ਹੌਲੀ ਤੁਰਨ ਲੱਗ ਪਿਆ ਜੀ। ਉਦੋਂ ਬਾਅਦ ਫਿਰ ਵਿੱਚ ਰੌ ਟੁੱਟ ਗਈ। ਉਸ ਤੋਂ ਬਾਅਦ ਫਿਰ ਮੈਂ ਬਹੁਤ ਵਕਤ ਪੋ ਗਿਆ ਜੀ ਤੇ ਫਿਰ ਥੋੜਾ ਮੈਂ ਠੀਕ ਹੋ ਗਿਆ ਫਿਰ ਮੈਂ ਘਰੇ ਆ ਗਿਆ ਸੀ ਜੀ। ਉਸ ਤੋਂ ਬਾਅਦ ਫਿਰ ਮੇਰੇ ਡੈਡੀ ਸੀ ਜੀ ਇੱਥੇ ਮੋਹਰੇ ਵਾਲੇ ਪਿੰਡ ਗੁਰਦ ਫਿਰ ਮੈਂ ਉੱਥੇ ਜਾਣਾ ਪੈ ਗਿਆ ਜੀ ਠੀਕ ਹੈ ਫਿਰ ਮੈਂ ਉੱਥੇ ਰਿਹਾ ਥੋੜਿਆ ਚਿਰ ਰਿਹਾ ਸੀਗਾ ਸਾਲ ਸਾਲ ਤੋਂ ਕੱਟੀ ਸੀ ਜੀ ਪਰ ਫਿਰ ਮੈਂ ਆ ਗਿਆ ਸੀ ਜੀ ਕਰ ਇੱਥੇ ਆ ਆ ਗਿਆ ਹਾਂਜੀ ਹਾਂ ਤੁਹਾਨੂੰ 19 ਸਾਲ ਦੇ ਕਰੀਬ ਹੋ ਗਿਆ ਪਾਠ ਕਰਦਿਆਂ ਨੂੰ ਠੀਕ ਹੈ ਤੇ ਤੁਸੀਂ ਦੱਸ ਰਹੇ ਹੋ ਕਿ ਤੁਸੀਂ ਐਨਾ ਗੁਰਦੁਆਰਾ ਸਾਹਿਬ ਦੇ ਵਿੱਚ ਕਿੰਨੇ ਜਿਹੜੀ ਆਪਾਂ ਗੱਲ ਮੈਂ ਆਈਏ ਵੀ ਤੁਹਾਡੀ ਤਨਖਾਹ ਕਿੰਨੀ ਰਹੀ ਹੈ ਤਨਖਾਹ ਮਹਸਾਈਆਂ ਵਾਲੇ ਤਾਂ ਜੀ 3000 ਤੱਕ ਕਰਿਆ ਤਿੰਨ ਚਾਰ ਸਾਲ ਜੀ 3000 ਰੁਪਏ 3000 ਤਨਖਾਹ ਸੀ ਮੇਰੀ ਬਾਅਦ ਦੇ ਵਿੱਚ 3500 ਕਰਤੀ ਸੀ ਉਹਨਾਂ ਨੇ ਤੇ ਮੋਰੇ ਵਾਲੇ ਨਹੀਂ ਕੋਈ ਤਨਖਾਹ ਨਹੀਂ ਸੀ ਜੀ ਉੱਥੇ ਉਹ ਮਤਲਬ ਕਿ ਕਣਕ ਝੋਨਾ ਦਿੰਦੇ ਸੀਗੇ ਜਿਵੇਂ ਅੱਛਾ ਜੀ ਹਾਂ ਉੱਥੇ ਕਣਕ ਝੋਨਾ ਦਿੰਦੇ ਤਨਖਾਹ ਨਹੀਂ ਸੀ ਉੱਥੇ ਤਿੰਨ 3000 ਰੁਪਏ ਕਿਹੜੇ ਸਾਲ ਦੇ ਵਿੱਚ ਸੀ ਹੈ ਕਿਹੜੇ ਹਾਲ ਦੀ ਗੱਲ ਹੈ 15 ਦੇ ਵਿੱਚ 2015 1500 3000 3500 ਨਾਲ ਗੁਜ਼ਾਰਾ ਕਿਵੇਂ ਔਖਾ ਹੀ ਹੈ ਜੀ ਫਿਰ ਹੁਣ ਫਿਰ ਕੀ 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 ਕਰ ਸਕਦੇ ਆਪਾਂ ਜੀ ਕੁਝ ਪਾਠ ਆ ਜਾਂਦੇ ਆ ਜਾਂਦੇ ਸੀਗੇ ਜੀ ਤੇ ਬਸ ਉਹ ਐ ਹੋ ਜਾਂਦਾ ਨਾਲ ਜੀ ਉਹ ਰੈਸ਼ ਮਿਲ ਜਾਂਦੀ ਹੈ ਜੀ ਠੀਕ ਹੈ ਇਹ ਬਿਜਲੀ ਦਾ ਬਿੱਲ ਨਹੀਂ ਆਉਂਦਾ ਹੈਗਾ ਉਹ ਉਹ ਜਿਹੜੀਆਂ ਕਮੇਟੀਆਂ ਵਿੱਚ ਜਿਹੜੀਆਂ ਨੇ ਇਹ ਸੋਚਦੀਆਂ ਨੇ ਵੀ ਜਿਹੜਾ ਗ੍ਰੰਤੀ ਸਿੰਘ ਅਸੀਂ ਲਿਆਉਨੇ ਆ ਵੀ ਉਹਦੇ ਰੈਸ਼ ਸਾਡੇ ਕੋਲੇ ਫ੍ਰੀ ਹੋ ਗਈ ਜੀ ਉਹਨੂੰ ਪਿਕ ਆਟਾ ਹੋ ਜਾਂਦਾ ਹੈਗਾ ਦੁੱਧ ਹੋ ਜਾਂਦਾ ਜੀ ਇਹਨੂੰ ਕੀ ਲੋੜ ਐਨੇ ਖਰਚੇ ਦੀ ਇਹ ਇੰਨੀ ਕੁ ਠੀਕ ਆ ਬਸ 3350 ਬਸ ਘਰ ਦੇ ਵਿੱਚ ਘਰ ਤੇ ਤਾਂ ਬਹੁਤ ਹੋ ਰਹੀ ਬਹੁਤ ਤੇ ਤਾਂ ਬਹੁਤ ਹੁੰਦੇ ਆ ਜੀ ਖਰਚੇ ਤਾਂ ਹੁਣ ਅਮੋਇਲ ਰੱਖ ਸਕਦੇ ਤੁਸੀਂ ਪਾਸੇ ਮੋਬਾਈਲ ਹਾ ਰੱਖ ਲਵਿੰਗਾ ਹਾਂ ਅ ਕਾਚੀ ਤਾਂ ਹੋ ਰਹੀ ਬਹੁਤ ਹੁੰਦੇ ਆ ਹੋਰ ਬਹੁਤ ਹੁੰਦੇ ਆ ਜੀ ਹੁਣ ਬੱਚੇ ਦੀ ਫੀਸ ਆ ਮੰਨ ਲਓ ਕਿ ਮੈਂ ਠੀਕ ਨਹੀਂ ਰਹਿੰਦਾ ਹੈਗਾ ਬਿਮਾਰ ਹੈਗਾ ਮੈਂ ਮੇਰੇ ਦਵਾਈਆਂ ਤਾਂ ਬਹੁਤ ਹੋ ਜਾਂਦਾ ਜੀ ਪਰ ਉਹ ਉਹ ਖਾਈ ਕੱਢਿਆ ਸਮਾ ਜੀ ਓਕੇ ਕੱਢਿਆ ਤੇ ਜੇਦੋਂ ਤੁਸੀਂ ਇਹ ਇਹ ਤਾਂ ਚਲੋ ਉਥੇ ਹੋ ਗਈ ਗੱਲ ਫਿਰ ਮਤਲਬ ਉਹਦੇ ਵਿੱਚ ਉਹ ਕੁਝ ਸਮਝ ਨਹੀਂ ਆਉਦੀ ਵੀ ਤੁਹਾਨੂੰ ਵੀ ਅਰ ਵੀ ਗ੍ਰਾਂਥੀ ਸਿੰਘ ਨੂੰ ਇੰਨੀ ਥੋੜੀ ਤਨਖਾਹ ਸਾਰਿਆਂ ਦਾ ਇਹ ਹਾਲ ਹੁੰਦਾ ਕਿ ਚਲ ਤੁਹਾਡੇ ਨਾਲ ਸਾਰਿਆਂ ਦਾ ਇਹ ਹੈ ਜੀ ਕਿਸੇ ਚੰਗੇ ਗੁਰਦੁਆਰਿਆਂ ਦੇ ਵਿੱਚ ਜਿਹੜੇ ਬੈਠੇ ਸਿੰਘ ਜੀ ਹਾਂ ਉਹਨਾਂ ਕਈਆਂ ਸਿੰਘਾਂ ਦੀ ਹੈਗੀ ਹੈ ਜੀ 10000 ਰੁਪਏ ਤਨਖਾਹ ਵੀ ਵੱਡੇ ਗੁਰਦੁਆਰੇ ਨੇ ਜਿਹੜੇ ਵੱਡੇ ਪਿੰਡ ਨੇ ਜਿਹੜੇ ਅੱਛਾ ਉਹਨਾਂ ਦੇ ਵਿੱਚ ਹੈਗੇ ਨਹੀਂ ਆਮ ਤਾਂ ਸਾਰੇ 5-6000 ਇੱਥੇ ਹੀ ਆ ਜੀ ਬਸ ਸਾਰਿਆਂ ਦੇ ਬਦਰੂ ਜੋਰ ਮਾਰ ਕੇ 10000 ਰੁਪਏ ਹਾਂ ਹਾਂ 10 ਕ 10000 ਦੀ ਤਨਖਾਹ ਨਾ ਜੀ ਉਹ ਤਾਂ ਬਹੁਤ ਵੱਡੀ ਗੱਲ ਆ 10000 ਰੁਪਏ ਤਨਖਾਹ ਤਾਂ ਜਿਹੜੀ ਗ੍ਰਾਂਤੀ ਦੀ ਹਾਂ ਜਿਹੜੇ ਗ੍ਰਾਂਥ ਕਮਾਲ ਹੈ ਤਾਂ ਹੀ ਰਹਿਣਾ ਇਹਦੇ ਵਿੱਚ ਟੈਂਪਾਸ ਕਿਵੇਂ ਹੁੰਦਾ ਮੈਂ ਤੁਹਾਨੂੰ 10000 ਦੀ ਗੱਲ ਕਰ ਰਿਹਾ ਹਾਂ 10000 ਨਾਲ ਵੀ ਟੈਂਪਾਸ ਕਿਵੇਂ ਹੁੰਦਾ 10000 ਨਾਲ ਬਸ ਫਿਰ ਇਹ ਆ ਜੀ ਕਮੇਟੀਆਂ ਇਹ ਸੋਚ ਲੈਂਦੀਆਂ ਨਾ ਜੀ ਬਸ ਫਿਰ ਇੱਥੇ ਰਹਿ ਰਹੇ ਆ ਆਟਾ ਹੋ ਜਾਂਦਾ ਦੁੱਧ ਹੋ ਜਾਂਦਾ ਬਸ ਠੀਕ ਹੈ ਜੀ ਕੁਝ ਪ੍ਰੋਗਰਾਮ ਆ ਜਾਂਦੇ ਜਾਂ ਗੰਡਾ ਪੜਾ ਜਾਂਦੇ ਸਾਈ ਪੜਾ ਇਹ ਸਾਈ ਪੜਾ ਇਹਦੀ ਆਇਤੀ ਹਾਂਡ ਪੜਾ ਸਾਈ ਪੜਾ ਮਲਾ ਕੇ ਕਿੰਨੇ ਪੈਸੇ ਬਣ ਜਾਂਦੇ ਆ ਉਹ ਤਾਂ 20000 ਤਾਂ ਨਾਲ ਹੀ ਸਾਈ ਪੜਾ ਤਾਂ ਉਹ ਤਾਂ ਹੁਣ ਆਏ ਜੀ ਕਿਸੇ ਕੋਈ ਕੋਈ ਰਖਾਉਂਦਾ ਫੜ ਮੰਨ ਲਓ ਗਰਮੀਆਂ ਦੇ ਵਿੱਚ ਤਾਂ ਪਾੜ ਚੱਲਦੇ ਨਹੀਂ ਹਾਂ ਗਰਮੀਆਂ ਦੇ ਵਿੱਚ ਤਾਂ ਪਾੜ ਚੱਲਦੇ ਨਹੀਂ ਉਹ ਤਾਂ ਸਿਆਲਾ ਦੇ ਵਿੱਚ ਆ ਜੀ ਜਦੋਂ ਕੋਈ ਰਖਾਉਂਦੇ ਆ ਗਰਮੀਆਂ ਦੇ ਵਿੱਚ ਤਾਂ ਕਿਤੇ ਹੁੰਦਾ ਕੋਈ ਨਾ ਕੋਈ ਮਤਲਬ ਜੀ ਜਾਂ ਸਿਆਲਾਂ ਦੇ ਵਿੱਚ ਉਹ ਇਹ ਇਹ ਕਿਹੜਾ ਪੱਕਾ ਹੀ ਆ ਜੀ ਬਸ ਮਹੀਨੇ ਬਾਅਦ ਮੰਨ ਲਓ ਆਪਾਂ ਕਿਸੇ ਦੇ ਘਰੇ ਕਰਨਾ ਹੀ ਕਰਨਾ ਜਾਂ ਦੋ ਮਹੀਨੇ ਉਹਰ ਆਪਸੇ ਨਹੀਂ ਨਾਲ ਪਰ ਸਹੀ ਪਾਰਟ ਹੋ ਜਾਂਦੇ ਖੰਡ ਪਾਟ ਹੋ ਕਰਕੇ ਥੋੜਾ ਜਿਹਾ ਪਰ ਥੋੜਾ ਜਿਹਾ ਇਨਕਮ ਦੇ ਵਿੱਚ ਵਾਧਾ ਹੋ ਜਾਂਦਾ ਥੋੜਾ ਜਿਹਾ ਤਨਖਾਹ ਤੋਂ ਅਲਾਵਾ ਹਾਂਜੀ ਹਾਂ ਜੀ ਐਂਦੀ ਹੈ ਮਤਲਬ ਕੋਲਮ ਲਾ ਕੇ 200 200 ਰੁਪਿਆ ਦੀ ਆੜੀ ਪੈਂਦੀ ਆ ਹਾਂ ਇੰਨੀ ਕੀ ਆ ਜੀ ਇੱਕ ਮਜ਼ਦੂਰ ਤੇ ਿਆੜੀ ਨਾਲੋਂ ਵੀ ਘੱਟ ਆ ਹਾਂ ਹਾਂ ਇੰਨੀ ਕੀ ਆ ਜੀ ਬਸ ਹਾਂ ਥੋੜੇ ਜਿਆਦਾ ਨਾਲੋਂ ਕਈਆਂ ਗੁਰਦੁਆਰਿਆਂ ਦੇ ਵਿੱਚ ਜਿਹੜੇ ਵੱਡੇ ਗੁਰਦੁਆਰੇ ਨੇ ਜਿਵੇਂ ਹਾਂਜੀ ਉਹਨਾਂ ਦੇ ਵਿੱਚ ਹੈਗੀ ਆ ਤਨਖਾਹ ਕਈਆਂ ਦੀ 10000 ਰੁਪਿਆ ਆ ਮੋਸਟਲੀ ਤਾਂ ਜਾਣੀ ਦੀ ਐ 7-8000 ਦਾ ਬਸ ਇੱਥੇ ਕੀ ਜੀ ਕੋਲੋਂ ਮਨ ਆ ਗਈ ਗ੍ਰਾਂਥੀ ਦੀ ਇਹ ਯਾਰੀ ਐ ਦੇਹਾਰੀਆ ਉਹ ਕਿ ਮਜ਼ਦੂਰ ਤੋਂ ਕਾਹੀ ਹਾਂ ਹਾਂ ਬਿਲਕੁਲ ਸੱਚ ਆ ਜੀ ਬਿਲਕੁਲ ਸੱਚ ਮਤਲਬ ਇਹ ਕਿ ਗੁ ਤੁਹਾਨੂੰ ਗੁਰੂ ਦਾ ਵਜ਼ੀਰ ਕਹਿੰਦੇ ਹੁੰਦੇ ਆ ਨਾ ਹੱਕ ਐਨ ਨੂੰ ਹੀ ਆ ਜੀ ਅੱਛਾ ਕਹਿਨ ਵਜ਼ੀਰ ਆ ਸੀ ਮਹਾਰਾਜ ਦੇ ਅੱਛਾ ਜੀ ਇਹ ਹਾਂ ਪਰ ਮਹਾਰਾਜ ਦਾ ਹੋਵੇ ਵਜ਼ੀਰ ਤੇ ਗਲੀ ਦੇ ਵਿੱਚ ਡੋਲ ਚੱਕ ਕੇ ਡਾਲੀ ਕਰਦਾ ਫਿਰੇ ਹਾਂ ਨਿੱਤ ਦੁੱਧ ਲਿਆਇਆ ਕਿਤੇ ਸਬਜ਼ੀ ਲਿਆਇਆ ਕਿਤੇ ਕਜਾ ਕਰ ਲਿਆ ਰੋਟੀ ਦੀ ਚਾਹੀਦਾ ਨਹੀਂ ਇਹ ਚਾਹੀਦਾ ਸਤਿਕਾਰ ਆ ਜੀ ਜਿੰਨਾ ਜਿੰਨਾ ਵੀ ਹੋ ਸਕੇ ਜਿੰਨਾ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਦੇ ਆ ਨਾ ਜੀ ਜੀ ਉਹਨਾਂ ਅਸੀਂ ਗੁਰੂ ਦੇ ਵਜੀਰ ਦਾ ਨਹੀਂ ਸਤਿਕਾਰ ਕਰਦੇ ਚਾਹੀਦਾ ਤੇ ਇਹ ਵੀ ਉਹਨਾਂ ਹੀ ਸਤਿਕਾਰ ਗੁਰੂ ਦੇ ਵਜੀਰ ਦਾ ਹੋਣਾ ਚਾਹੀਦਾ ਪਰ ਉਹਨਾਂ ਹੁੰਦਾ ਪਤਾ ਨਹੀਂ ਕੀ ਚੱਕਰ ਪਤਾ ਨਹੀਂ ਕਿੱਥੇ ਕਮੀ ਆ ਸਮਝ ਨਹੀਂ ਆ ਰਹੀ ਦਾਰੇ ਵੀ ਇਕੱਠੀ ਕਰਨੀ ਪਈ ਇਹ ਦੀ ਬਾਤੀ ਨੂੰ ਮੈਂ ਕਰਦਾ ਰਿਹਾ ਜੀ ਅੱਛਾ ਹਾਂ ਮੈਂ ਦੁੱਧ ਹੀ ਕਿੱਜਾ ਕਰਦਾ ਰਿਹਾ ਅੱਛਾ ਇਹ ਆਪ ਹੈ ਹਾਂ ਆਪ ਐ ਮੈਂ ਰੋਟੀ ਤਾਂ ਨਹੀਂ ਮੈਂ ਨਹੀਂ ਲਾਉਂਦਾ ਸੀਗਾ ਕੱਲੇ ਦੁੱਧ ਹੀ ਕਰਦੇ ਸੀ ਜੀ ਉਹ ਜ਼ਰਾਂ ਵੀ ਕਈ ਯਾਰੀ ਕੋਈ ਮਤਲਬ ਜਦੋਂ ਤੁਸੀਂ ਜਾਣਦੇ ਹੋ ਕੋਈ ਯਾਰੀ ਕੋਈ ਕਬਾ ਵੀ ਬੈਠਾ ਹੁੰਦਾ ਬੰਦਾ ਕੋਈ ਯਾਰੀ ਕਹਿੰਦਾ ਬਾਬਾ ਯਾਰ ਫੜ ਜਾ ਯਾਰ ਨਾ ਇਹ ਹੈ ਹੀ ਹੈ ਜੀ ਹਰ ਪਿੰਡ ਦੇ ਵਿੱਚ ਹਰ ਬੰਦੇ ਦੀ ਆਪਣੀ ਆਪਣੀ ਸੋਚ ਹੁੰਦੀ ਹੈ ਜੀ ਹਾਂ ਇਹ ਉਹ ਹੈ ਹੀ ਕਈ ਵਾਰ ਗੱਲਾਂ ਕਰਦੇ ਹੋਣੇ ਜਿਹਦਾ ਕਿਤੇ ਨਹੀਂ ਨਾ ਜ਼ੋਰ ਚੜਦਾ ਉਹਦਾ ਗੁਰਦੁਆਰੇ ਦੇ ਗ੍ਰੰਥੀ ਦਾ ਜ਼ੋਰ ਚੜਦਾ ਆ ਕੇ ਮੈਂ ਬਾਬਾ ਜੀ ਪੱਖਾ ਨਹੀਂ ਬੰਦ ਕੀਤਾ ਇਹ ਲਾਈਟ ਨਹੀਂ ਬੰਦ ਕੀਤੀ ਇਹ ਸੀਓ ਕਿਉਂ ਆਨ ਕੀਤਾ ਹੈਗਾ ਬਸ ਆਹੀ ਨਿੱਕੀਆਂ ਨਿੱਕੀਆਂ ਮੁੱਟੀਆਂ-ਮੁੱਟੀਆਂ ਘਰ ਬੰਦਾ ਘਰੋਂ ਜਿਵੇਂ ਹੁਣ ਮੰਨ ਲਓ ਕੋਈ ਲੜਕੇ ਆਉਂਦਾ ਜਾਗਦੇ ਉਹ ਗੁੱਸਾ ਸਾਰਾ ਗ੍ਰੰਥੀ ਦੇ ਨਿਕਲਦਾ ਵੀਰੇ ਨਾਲ ਹੁਣ ਨਹੀਂ ਕਿਵੇਂ ਕੀ ਜੀ ਹੁਣ ਆ ਮੈਂ ਮੰਨ ਲਉ ਹੁਣ ਜੇ ਮੰਨ ਲਉ ਵੀ ਪੱਖਾ ਨਹੀਂ ਬੰਦ ਕੀਤਾ ਬਾਬਾ ਜੀ ਹਾਂ ਇਹ ਮੰਨ ਲਉ ਹੁਣ ਕੋਈ ਮੱਥਾ ਟੇਕਣਾ ਤੇ ਆਪ ਵੀ ਕਰ ਹੀ ਸਕਦਾ ਮੰਨ ਲਉ ਪੱਖਾ ਨਹੀਂ ਬੰਦ ਕੀਤਾ ਤੁਸੀਂ ਆ ਨਹੀਂ ਸਫਾਈ ਕੀਤੀ ਆ ਨਹੀਂ ਕੀਤਾ ਬਸ ਆਹੀ ਨਿੱਕੇ ਨਿੱਕੇ ਨੋਕ ਟੋਕ ਵਾਲੀ ਐ ਨੋ ਡੂਗ ਬਾਰੇ ਹਾਂ ਬਹੁਤ ਜ਼ਿਆਦਾ ਐ ਇਹ ਚੀਜ਼ ਜਿਹੜੇ ਗੁਰਦੁਆਰਿਆਂ ਦੇ ਵਿੱਚ ਗ੍ਰੰਥੀ ਬੈਠੇ ਆਣਾ ਜੀ ਉਹ ਮਤਲਬ ਕਿ ਬੈਠੇ ਜ਼ਰੂਰ ਆ ਟਾਈਮ ਪਾ ਜ਼ਰੂਰ ਕਰੀ ਜਾਂਦੇ ਆ ਜੀ ਪਰ ਜਾਣੀ ਦੀ ਕਿਤੇ ਨਾ ਕਿਤੇ ਢਾਰਾ ਮੰਨ ਦੇ ਵਿੱਚ ਵੀ ਕਿਤੇ ਸਾਨੂੰ ਇਹ ਠਾਣਾ ਦੇਣ ਕਿਤੇ ਸਾਨੂੰ ਇਹ ਭਜਾਣਾ ਦੇਣ ਬਸ ਅੰਦੀ ਆਇ ਨਾ ਪਕੜਾ ਰਹੇ ਨਾ ਬੰਚਾ ਮੈਂ ਕਹਿੰਨਾ ਮਾਰਾ ਇਹ ਬਰਾਦ ਨੂੰ ਕਹਿੰਦੇ ਆ ਜੀ ਜਿਵੇਂ ਹੁਣ ਮਾਰਾ ਸੁਭਾਗਨ ਬਾਬਾ ਚੱਕੋ ਸਮਾਨ ਆਉਦਾ ਸ਼ਾਮ ਨੂੰ ਟਕਣਾ ਬਣਾ ਉਹ ਕਦੋਂ ਗਏ ਹੁੰਦੇ ਆ ਬਸ ਐਂ ਹੀ ਬਸ ਸੌ ਗੱਲਾਂ ਹੋ ਜਾਂਦੀਆਂ ਕਈਆਂ ਗ੍ਰੰਥੀਆਂ ਦੇ ਵਿੱਚ ਝਗੜੇ ਹੋ ਜਾਂਦੇ ਕਿਸੇ ਗ੍ਰੰਥੀ ਦਾ ਕਸੂਰ ਹੋ ਜਾਂਦਾ ਜਾਂ ਕਿਤੇ ਕਮੇਟੀ ਦਾ ਕਸੂਰ ਹੋ ਜਾਂਦਾ ਚਾਹੀਦਾ ਤਾਂ ਇਹ ਆ ਵੀ ਟਾਈਮ ਦੇਣਾ ਚਾਹੀਦਾ ਥੋੜਾ ਜਿਹਾ ਮੈਂ 10 ਦਿਨ ਦੇਣੇ ਚਾਹੀਦੇ 15 ਦਿਨ ਦੇਣੇ ਚਾਹੀਦੇ ਆ ਜਦੋਂ ਫਰਸਟਾ ਹੈ ਹੋ ਜਾਂਦਾ ਔਖਾ ਬਹੁਤ ਹੁੰਦਾ ਹੈ ਬੱਚਿਆਂ ਦਾ ਜਿਵੇਂ ਬੱਚੇ ਹੁਣ ਪੜ੍ਹਦੇ ਹੋਣ ਮੰਨ ਲਓ ਫਿਰ ਬੱਚਿਆਂ ਦਾ ਬਹੁਤ ਔਖਾ ਹੋ ਜਾਂਦਾ ਹੁਣ ਮੰਨ ਲਓ ਤੁਸੀਂ ਕਿਸੇ ਪਿੰਡ ਚ ਚਲੇ ਗਏ ਮੰਨ ਲਓ ਅੱਜ ਤੁਸੀਂ ਤੁਹਾਡਾ ਫਿਰੋਜ਼ਪੁਰ ਦੇ ਨਾਲ ਹੀ ਇਹ ਪਿੰਡ ਤੁਹਾਨੂੰ ਤੁਹਾਨੂੰ ਮਿਲ ਗਿਆ ਗੁਰਦੁਆਰਾ ਸਾਹਿਬ ਇਥੋਂ ਕੋਈ 3 ਕਿਲੋਮੀਟਰ ਹਾਂਜੀ ਹਾਂਜੀ ਤੁਸੀਂ ਉੱਥੇ ਕੰਮ ਚਲੇ ਗਏ ਉੱਥੇ ਤੇ ਬੱਚੇ ਵੀ ਤਾਂ ਉੱਥੇ ਪੜ੍ਹਨ ਆਉਗੇ ਵੀ ਦਿੱਕਤ ਆਉਂਦੀ ਹੋਊ ਹਾਂਜੀ ਹਾਂ ਲਾਉਣੇ ਪੈਂਦੇ ਫਿਰ ਬੱਚੇ ਹੁਣ ਮੰਨ ਲਓ ਜਿਹੜਾ ਗ੍ਰੰਥੀ ਜਾਂਦਾ ਜੀ ਜੀ ਮੰਨ ਲਓ ਫਿਰ ਉਹ ਉੱਥੇ ਬੱਚੇ ਲਾਊਗਾ ਆਪਣੇ ਪੜ੍ਹਨ ਤੇ ਰੱਬਾ ਕਰੇ ਕੋਈ ਗੱ ਦੇ ਕਮੇਟੀ ਨੇ ਤਾਂ ਫਿਰ ਇਹ ਕਹਿਣਾ ਜੀ ਵੀ ਚਲੋ ਚੱਕੋ ਬਾਬਾ ਜੀ ਆਉਂਦਾ ਜੁੰਟੀ ਪਿਤਰਾ ਤੇ ਜਾਓ ਉਹ ਫਿਰ ਬੱਚੇ ਮੈਂ ਤੁਹਾਨੂੰ ਦੱਸਦਾ ਜੀ ਮੈਂ ਜਦੋਂ ਮੇਰੇ ਡੈਡੀ ਦੀ ਮੌਤ ਹੋਈ ਆ ਤੇ ਮੈਂ ਇੱਥੇ ਨਾ ਮੋਰੇ ਵਾਲਾ ਪਿੰਡ ਆਈ ਉੱਥੇ ਪਹਿਲਾਂ ਡੈਡੀ ਗੁਰਦਰਾ ਸਾਹਿਬ ਡਿਊਟੀ ਕਰਦੇ ਸੀਗੇ ਉੱਥੇ ਮੈਂ ਚਲਾ ਗਿਆ ਜੀ ਉੱਥੋਂ ਮੇਰਾ ਇਹ ਮੇਰਾ ਬੇਟਾ ਪੜਦਾ ਜਿੱਥੇ ਸਕੂਲ ਦੇ ਵਿੱਚ ਇੱਥੇ ਮਨਵਲ ਇੱਥੇ ਸਕੂਲ ਆ ਬਰਾੜਦਾ ਇੱਥੇ ਪੜਦਾ ਸੀ ਮੈਂ ਉੱਥੋਂ ਰੋਜ਼ ਮਤਲਬ ਕਿ ਮੈਂ ਉੱਥੋਂ ਮੋਰੇ ਵਾਲੇ ਤੋਂ ਇੱਥੇ ਝੋਕਾ ਉੱਥੇ ਮੈਂ ਰੋਜ਼ ਛੱਡ ਕੇ ਜਾਂਦਾ ਸੀ ਉਹਨੂੰ ਲੈ ਕੇ ਜਾਂਦਾ ਸੀਗਾ ਮੈਨੂੰ ਉਹ ਪਿੰਡ ਵਾਲੇ ਮੈਂ ਇੱਥੋਂ ਬੱਚਾ ਹਟਾਇਆ ਤੇ ਹਟਾ ਕੇ ਉੱਥੇ ਲਾਇਆ ਐਡਮਿਸ਼ਨ ਭਰੀ ਫੀਸਾਂ ਭਰੀਆਂ ਸਾਰਾ ਕੁਝ ਚਲੋ ਉੱਥੇ ਚਲੋ ਨਹੀਂ ਸਾਡੀ ਗੱਲਬਾਤ ਬਣੇਗੀ ਅਸੀਂ ਫੇਰ ਉਹ ਫੇਰ ਉਥੋਂ ਹਟਾਇਆ ਫੇਰ ਇੱਥੇ ਦੁਬਾਰਾ ਐਡਮਿਸ਼ਨ ਭਰੀ ਫੇਰ ਇੱਥੇ ਦੁਬਾਰਾ ਲਾਇਆ ਮੇਰੇ ਸਾਡਾ ਸਾਲ ਖਰਾਬ ਬੱਚੇ ਦਾ ਸਾਲ ਖਰਾਬ ਹੋ ਗਿਆ ਜੀ ਉਹ 1 ਸਾਲ ਖਰਾਬ ਹੋ ਗਿਆ ਬੱਚੇ ਦਾ ਪਿੱਛੇ ਹੋ ਗਿਆ 1 ਸਾਲ ਉਹ ਉਹ ਸਿਰਫ ਹਟਾ ਕੇ ਉੱਥੇ ਲਾਇਆ ਫਿਰ ਉੱਥੇ ਸਾਡਾ ਨਹੀਂ ਹੋਇਆ ਸੈੱਟ ਉਥੋਂ ਅਸੀਂ ਇੱਥੇ ਆ ਗਏ ਤੇ ਫਿਰ ਬੱਚੇ ਨੂੰ ਵੀ ਇੱਥੇ ਲਿਆਉਣਾ ਫਿਰ ਇੱਥੇ ਲਾਇਆ ਉਹ ਸਾਡਾ ਸਾਲ ਇੱਕ ਬੱਚੇ ਦਾ ਖਰਾਬ ਹੋਇਆ ਕਿਸਾਲਾ ਹਾਈ ਕਸਾਲਾ ਕਰਾ ਹੋ ਗਿਆ ਪਿੱਛੇ ਹੋ ਗਿਆ ਮਤਲਬ ਇਹ ਗ੍ਰਾਂਥੀ ਸਿੰਘ ਆ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਪ੍ਰੋਪਰ ਹੈ ਨਹੀਂ ਸਸ ਨਹੀਂ ਪ੍ਰੋਪਰ ਨਹੀਂ ਆ ਜੀ ਪ੍ਰੋਪਰ ਤਾਂ ਇਹ ਆ ਹੁਣ ਮੰਨ ਲਓ ਵੀ ਜੇ ਤਾਂ ਚੱਲੀ ਜਾਵੇ ਤਾਂ ਚੱਲੀ ਜਾਵੇ ਹੁਣ ਪਰ ਜੇ ਨਿਕਈ ਵਾਰ ਕੋਈ ਹੋ ਜੇ ਕਿਸੇ ਕਮੇਟੀ ਦੇ ਨਾਲ ਫਿਰ ਉਹ ਟਾਈਮ ਨਹੀਂ ਦਿੰਦੇ ਜਿਵੇਂ ਹੁਣ ਮੰਨ ਲਓ ਬੱਚਿਆਂ ਦੇ ਪੇਪਰ ਹੋ ਜਾਣਗੇ ਜਾਂ ਨਹੀਂ ਇੰਨਾ ਇੰਨਾ ਲੰਮਾ ਨਹੀਂ ਬਸ ਵੱਧ ਤੋਂ ਵੱਧ 5-7 10 ਦੇਣਾ ਬਾਬੇ ਚਲੋ ਕਿਉਂਕਿ ਐ ਜਦੋਂ ਇੱਕ ਦੂਜੇ ਨਾਲ ਥੋੜਾ ਹੋਣ ਲੱਗ ਪਏ ਜਿਵੇਂ ਸੰਗਤ ਜਿਵੇਂ ਹੁਣ ਕਮੇਟੀ ਨਾਲ ਕਮੇਟੀ ਸਭਾ ਰੋਜ਼ ਮੱਥਾ ਟੇਕਣਾ ਮੰਨ ਲਓ ਕਿੰਨਿਆ ਬੰਦਿਆਂ ਨੇ ਪਰ ਇੱਕ ਦੂਜੇ ਦੇ ਮੱਥੇ ਲੱਗਣਾ ਫਿਰ ਉਹ ਨਹੀਂ ਇਹਨਾਂ ਨੂੰ ਐ ਹੁੰਦਾ ਕਿ ਕੋੜਾ ਬੜਾ ਹੋਵੇ ਗ੍ਰਾਂਥੀ ਬਾਹਰ ਹੋਵੇ ਤੇ ਤੂੰ ਜਾ ਉਹ ਲੈ ਕੇ ਆਏ ਗ੍ਰੰਥੀ ਅਸੀਂ ਇਹ ਇਹ ਚੀਜ਼ਾਂ ਨੇ ਮਤਲਬ ਇਹ ਸਿਕਿਉਰਟੀ ਨਹੀਂ ਹਾਂਜੀ ਹਾਂ ਇਹ ਕੋਈ ਪੱਕਾ ਥੜੋ ਹੈ ਜੀ ਕੋਈ ਜੋਬ ਥੜੋ ਹੈ ਕੋਈ ਪੱਕੀ ਉਹ ਐ ਸਤਕਾਰ ਨਹੀਂ ਜੀ ਕੋਈ ਚਾਹੀਦਾ ਤਾਂ ਇਹ ਹੈ ਜੀ ਵੀ ਜਿਵੇਂ ਹੁਣ ਹੁਣ ਚੰਗੇ ਪਿੰਡ ਹੈਗੇ ਨੇ ਜੀ ਜਿੱਥੇ ਗ੍ਰੰਥੀ ਪਿੱਠੇ ਨਹੀਂ ਵੀ ਬੀਬੀ ਸਾਹਿਬਾ ਹੋ ਕੇ ਬੈਠੇ ਨੂੰ ਗ੍ਰੰਥੀਆਂ ਨੂੰ ਬੈਠੇ ਕੋਈ ਚੱਕਰ ਨਹੀਂ ਕੋਈ ਗੱਲ ਨਹੀਂ ਉੱਥੇ ਲੋਕ ਇੰਟਰਫੇਅਰ ਬਹੁਤ ਘੱਟ ਕਰਦੇ ਆ ਕਮੇਟੀਆਂ ਇੰਨਾ ਇੰਟਰਫੇਅਰ ਨਹੀਂ ਕਰਦੀਆਂ ਗਈਆਂ ਹਾਂ ਗ੍ਰੰਥ ਸਿੰਘ ਆਪਦੀ ਡਿਊਟੀ ਕਰੀ ਜਾਂਦੇ ਨੇ ਵਧੀਆ ਆ ਆਪਦੀ ਟਾਈਮ ਪਾਸ ਵਧੀਆ ਹੋਈ ਜਾਂਦਾ ਨਵੇਂ ਗ੍ਰੰਥੀ ਸਿੰਘ ਕਿਹਨੇ ਆ ਰਹੇ ਆ ਨਹੀਂ ਨਵੇਂ ਨਹੀਂ ਕੋਈ ਹੈ ਨਹੀਂ ਮੈਂ ਤਾਂ ਜਿੰਨੇ ਮੇਰੇ ਨਾਲ ਦੇ ਆ ਮੈਂ ਤਾਂ ਉਹਨਾਂ ਦੇ ਬੱਚੇ ਨਹੀਂ ਕਿਸੇ ਦੇ ਵੇਖੇ ਵੀ ਇਸ ਫੀਲਡ ਦੇ ਵਿੱਚ ਅਜੇ ਹੁਣ ਅੱਛਾ ਜੀ ਹਾਂਜੀ ਹਾਂ ਬਹੁਤ ਘੱਟ ਆ ਬਹੁਤ ਘੱਟ ਆ ਬੇ ਨਮੇ ਸੰਥਿਆ ਲੈਣਾ ਉਹਦੇ ਹਾਂ ਹਾਂ ਬਹੁਤ ਘੱਟ ਆ ਮਤਲਬ ਕਿ ਠੀਕ ਹੈ ਹਾਂਜੀ ਹਾਂ ਬਹੁਤ ਘੱਟ ਨਹੀਂ ਤਾਂ ਪਹਿਲਾਂ ਬਹੁਤ ਹੁੰਦਾ ਸੀ ਜੇ ਕਰੇ ਜੀ ਗੁਰਬਾਣੀ ਪੜਨ ਦਾ ਗੁਰਬਾਣੀ ਸਖਨ ਦਾ ਇਹ ਪਰ ਹੁਣ ਨਹੀਂ ਹੈ ਨਹੀਂ ਇੰਨਾ ਹਾਂ ਅੰਟਰਸਟ ਹੈ ਨਹੀਂ ਕੋਈ ਬੱਚਿਆਂ ਦਾ ਕਾਰਨ ਕਾਰਨ ਇਹੀ ਹੈ ਜੀ ਹੁਣ ਜਿਵੇਂ ਹੁਣ ਆਮ ਵੀ ਨਹੀਂ ਅਗਲਾ ਕੰਦਾ ਗੰਠੀ ਨਹੀਂ ਬਣਾਉਣਾ ਯਾਰ ਬੱਚੇ ਨੂੰ ਇਹ ਗੰਠੀ ਦਾ ਕੋਈ ਫਿਊਚਰ ਹੈ ਨਹੀਂਗਾ ਜੀ ਵੀ ਫਿਊਚਰ ਨਹੀਂਗਾ ਕੋਈ ਬੱਚੇ ਦਾ ਕੋਈ ਥੋੜੋ ਵੀ ਕੋਈ ਜਿਵੇਂ ਹੁਣ ਆਪਾਂ ਜੀ ਸਤਕਾਰ ਆ ਜਾਂ ਬੰਦਾ ਬੈਠਾ ਇੱਥੇ ਯਾ ਬੈਠਾ ਰਹੂਗਾ ਜੀ ਕਈ ਗ੍ਰੰਥੀ ਹੈਗੇ ਨੇ ਜੇ 10-10 ਸਾਲ ਹੋ ਗਏ ਬੈਠਿਆ ਨੂੰ ਜੀ ਮੜੀ ਜੀ ਗੱਲ ਹੋਈ ਉਹਨਾਂ ਦੀ ਮੜੀ ਜੀ ਮੜੀ ਜੀ ਗੱਲ ਹੋਈ ਇੰਨੇ ਦੇ ਵਿੱਚ ਉਹਨੂੰ ਪਿੰਡੋਂ ਕੱਢਦਾ ਹਾਂ ਨਹੀਂ ਹਾਂ ਸਾਰੇ ਗੀਤ ਕਰਾਇਆ ਖਤਮ ਬੈਸ ਮੈਂ ਕਿਹਾ ਇੱਕ ਗ੍ਰੰਥੀ ਸੀਗਾ ਮੈਂ ਹੁਣ ਨਾਂ ਨਹੀਂ ਲੈਣਾ ਉਹਨਾਂ ਦਾ ਨਾਂ ਲੋ ਉਹਨਾਂ ਨੇ 20 ਸਾਲ ਗ੍ਰੰਥੀ ਰਹੇ ਜੀ ਅੱਛਾ 20 ਸਾਲ ਤੇ ਪਿੰਡ ਦੇ ਵਿੱਚ ਬਹੁਤ ਪਿਆਰ ਸੀ ਜੀ ਉਹਨਾਂ ਦਾ ਤੇ ਪਿੰਡ ਵਾਲਿਆਂ ਨੇ ਉਹਨਾਂ ਨੂੰ ਜਗ੍ਹਾ ਵੀ ਲਾ ਕੇ ਦਿੱਤੀ ਵੇਈਨਾ ਤੇ ਉਹ ਮਤਲਬ ਕਿ ਉਹ ਪਤਾ ਨਹੀਂ ਕੀ ਗੱਲ ਹੋਈ ਜੀ ਉਹਨਾਂ ਦੇ ਮੂੰਹ 'ਚ ਕੁਝ ਨਿਕਲ ਗਿਆ ਜਿਹੜਾ ਬੰਦਾ ਉਹਦੇ ਕੋਲੋਂ ਵੀ ਨਿਕਲ ਗਿਆ ਜੀ ਤੇ ਉਹਨੇ ਬਹੁਤ ਮੁੜ ਕੇ ਮਿੰਤਾ ਕੀਤੀਆਂ ਜੀ ਪਿੰਡ ਵਾਲਾਂ ਦੀਆਂ ਲੋਕਾਂ ਦੇ ਕੋਲ ਵੀ ਚੱਲ ਮੈਂ ਕਿੱਡੀ ਗੱਲ ਮੈਂ ਯਾਰ ਮਾਫੀ ਮੰਗ ਲੈਣੀ ਐ ਇਸ ਗੱਲ ਦੀ ਪਰ ਨਹੀਂ ਕਹਿੰਦੇ ਵੀ ਕੱਢਣਾ ਹੀ ਕੱਢਣਾ ਕੱਢਨੇ ਹੀ ਕੱਢਣਾ ਆ ਵੀ ਸਾਲ ਸੀ ਵੀਹ ਸਾਲ ਆ ਤੇ ਆਇਓ 20 ਸਾਲ ਬਾਅਦ ਕੱਢਤਾ ਚਾਹੀਦਾ ਦਾ ਇਹ ਸੀ ਵੀਹ ਸਾਲਾਂ ਬਾਅਦ ਚਲੋ ਨਿਕਲਿਆ ਸੀ ਚੱਲ ਸਰੂਪਾ ਦਿੰਦੇ ਹੁਣ ਚੱਲ ਇੰਨਾ ਤੇ ਰਿਹਾ ਸੀ ਕਿੱਥੇ ਬੜੇ ਦੁੱਖ ਦਾ ਨਿਕਲਿਆ ਜੀ ਮਤਲਬ 3000 1000 5 5000 ਤਨਖਾਹ ਦੇ ਕੰਮ ਕਰਨ ਵਾਲਾ ਬੰਦਾ ਜਦੋਂ ਉਹ ਕਿਤੇ ਮਤਲਬ ਨੌਕਰੀ ਵੀ ਛੱਡ ਤਾ ਉਹਨੂੰ ਕੱਢ ਵੀ ਦਿੰਦੇ ਕੋਈ ਕੋ ਦਾ ਕੋਈ ਫਿਊਚਰ ਮੁੜ ਕੇ ਕੱਲ ਨੂੰ ਕੀ ਖਾਊਗਾ ਬਜ਼ੁਰਗ ਹੋਇਆ ਹਾਂ ਜੀ ਇੱਕ ਤਾਂ ਕੋਈ ਹੈ ਨਹੀਂ ਕੋਈ ਹੈ ਥੜੋ ਜਿਹਾ ਹਾਂ ਵੀ ਇਹਦਾ ਕੋਈ ਹੈ ਥੜੋ ਜਿਹਾ ਮਾਲਕ ਹੁਣ ਵੀ ਹੁਣ ਕੋਈ ਕਿਸੇ ਹੁਣ ਗ੍ਰਾਂਥੀ ਨੂੰ ਮੰਨ ਲਓ ਕੱਢ ਦਿੰਦੇ ਆ ਉਹਨੂੰ ਅੱਗੇ ਨਾਲ ਦੀ ਨਾਲ ਥੋੜਾ ਕੋਈ ਗੁਰਦੁਆਰਾ ਮਿਲ ਜਾਣਾ ਹੁੰਦਾ ਏ ਉਹ ਤਾਂ ਜਿਹੜਾ ਫਿਰ ਕਰ ਦਿੰਦਾ ਉਹ ਬਹੁਤ ਵਿਚਾਰਾ ਔਖਾ ਹੁੰਦਾ ਹੂੰ ਬਹੁਤ ਸਮਾਂ ਨੂੰ ਔਖਾ ਲਗਾਉਣਾ ਲੱਗਦਾ ਬਹੁਤ ਔਖਾ ਹੋ ਜਾਂਦਾ। ਬਹੁਤ ਔਖਾ ਹੋ ਜਾਂਦਾ। ਨਹੀਂ ਹਾਂ ਜੀ ਹਾਂ ਕਿਉਂਕਿ ਜਦੋਂ ਘਰੇ ਆ ਗਿਆ ਹੀ ਉਹ ਹਾਂ ਉੱਥੇ ਉਹਦੀ ਲੈਂਡ ਬਣੀ ਹੁੰਦੀ ਆ ਜੀ। ਜਦੋਂ ਘਰੇ ਆ ਜਾਂਦਾ ਫਿਰ ਘਰੇ ਉਹ ਔਖਾ ਹੋ ਜਾਂਦਾ। ਹੁਣ ਫਿਰ ਆਉਂਦਾ ਵੀ ਕਿਹੜਾ ਬੜਾ ਕੋਈ ਗੁਰਦੁਆਰਾ ਲੱਭੀਏ ਫਿਰ ਆਪਾਂ। ਐ ਹੋ ਜਾਂਦਾ ਜੀ। ਨੋਟਾ ਬੱਚਾ ਕਿੰਨੀ ਸਾਲ ਦਾ? ਮੇਰਾ ਬੱਚਾ ਹੈਗਾ ਜੀ 14 ਸਾਲ ਦਾ। ਉਹ ਵੀ بیمار ਰਹਿੰਦਾ ਮੈਂ। ਹਾਂ ਜੀ ਹਾਂ ਉਹਨੂੰ ਕੀ ਸਵੱਸਿਆ ਜੀ? ਉਹਨੂੰ ਕਣਕ ਤੋਂ ਅਲਰਜੀ ਸੀ ਜੀ। ਅਸੀਂ ਮੈਂ ਠੀਕ ਹੈ। ਹਾਂ ਜੀ ਹਾਂ ਵੀਰ ਤੋਂ ਉਹਦੀ ਵਜ੍ਹਾ ਨਾਲ ਉਹਦਾ ਕੱਦ ਨਹੀਂ ਵਧਿਆ ਜੀ। ਕੱਦ ਨਹੀਂ ਵਧਿਆ ਜੀ। ਕੱਦ ਨਹੀਂ ਵਧਿਆ ਜੀ ਉਹ ਦਾ ਪ੍ਰੋਪਰ ਲਾਈ ਨਹੀਂ ਹੋਇਆ ਪ੍ਰੋਪਰ ਲਾਈ ਵਾਪਰ ਲਾਈ ਹੁਣ ਆ ਵੀ ਹੁਣ ਉਹਦੇ ਟੈਸਟ ਹੋ ਜਾਣ ਸਾਰੇ ਡਾਕਟਰ ਕਹਿੰਦਾ ਵੀ ਉਹਦੇ ਟੈਸਟ ਹੁਣ ਪਤਾ ਲੱਗੇ ਵੀ ਇਹਨੂੰ ਹੋਰ ਵੀ ਕਿਸੇ ਚੀਜ਼ ਤੋਂ ਹੋ ਸਕਦਾ ਕਿਸੇ ਹੋਰ ਚੀਜ਼ ਤੋਂ ਵੀ ਦਰਜੀ ਹੈਗੀ ਆ ਉਹ ਫਿਰ ਹੁਣ ਟੈਸਟ ਥੋੜੇ ਮਹਿੰਗੇ ਨੇ ਉਹਦੇ ਨੇ ਮਹਿੰਗੇ ਨੇ ਰੰਜੀ ਹਾਂ ਕਿੰਨੇ ਕਿਹਦੇ ਰੈਫ ਨੇ ਉਹ ਇੱਕ ਟੈਸਟ ਮੇਰਾ ਹਾਲ 4500 ਦਾ ਜੀ 4500 ਹਾਂ ਉਹ ਆਉਤੇ ਬਾਦਰਪੋਰਟ ਮਿਲਦਾ ਹੁੰਦੀ ਉਹਦੀ ਤੇ ਤੁਸੀਂ ਇਹ ਗੱਲ ਕਿਤੇ ਡਰਟੀ ਕਰਦੇ ਆ ਮੈਂ ਤਾਂ ਹੁਣ ਕਿਤੇ ਨਹੀਂ ਮੈਂ ਤਾਂ ਫਿਲਹਾਲ ਘਰੇ ਆ ਜੀ ਇੱਥੇ ਸਾਡੇ ਜਾਨੂ ਸਾਹਿਬ ਜੀਤਪੁਰ ਸਾਹਿਬ ਪਾਠ ਚੱਲਦੇ ਰਹਿੰਦੇ ਨੇ ਉਹ ਪਿੰਡਾਂ ਦੇ ਵਿੱਚ ਪਾਠ ਚੱਲਦੇ ਰਹਿੰਦੇ ਨੇ ਜੀ ਗਰਮੀ 'ਚ ਘਟ ਜਾਂਦੇ ਨੇ ਮਤਲਬ ਤੁਸੀਂ ਇਸ ਵਕਤ ਤੁਹਾਡੀ ਇਹ ਹਾਲਾਤ ਹੈ ਬੱਚੇ ਦਾ ਇਲਾਜ ਕਰਾਉਣ ਲਈ ਵੀ ਹਾਂ ਔਖਾ ਹੀ ਬਹੁਤ ਔਖਾ ਉਹਨੂੰ ਪਰ ਐਵੇਂ ਆਉਂਦਾ ਨਹੀਂ ਮੈਂ ਆਪ ਠੀਕ ਨਹੀਂ ਦਿੰਦਾ ਇਹ ਕਰਤਾ ਕਰਾਇਆ ਇਹ ਹਰ ਇੱਕ ਚੀਜ਼ ਮੁੱਲ ਦੀ ਆ ਇਹ ਕਰ ਕਰਾਇਤੇ ਆ ਹਾਂਜੀ ਕਰਾਇਦੇ ਆਉਦਾ ਕਰ ਵੀ ਨਹੀਂ ਨਹੀਂ ਜੀ ਇੱਕ ਤਰ੍ਹਾਂ ਗ੍ਰਾਂਥੀ ਸੇ ਕੋਲੇ ਆਉਦਾ ਕਰ ਵੀ ਨਹੀਂ ਹਾਂ ਜੀ ਔਖਾ ਹੀ ਆ ਜੀ ਬਸ ਕਿੰਨਿਆਂ ਕੋਲੇ ਹੈਗੇ ਨਹੀਂ ਕਰ ਆਪਦੇ ਰਹਿੰਦੇ ਨੇ ਇੱਥੇ ਮੇਰੇ ਵੇਖਣਦੇ ਆਂ ਜੀ ਹਾਂ ਪਰ ਕਿੰਨਿਆਂ ਕੋਲੇ ਨਹੀਂ ਹੈਗੇ ਵਿਚਾਰੇ ਸਾਡਰਗੇ ਵੀ ਨਹੀਂ ਗਏ ਜੀ ਮਤਲਬ ਆ ਉਹਦਾ ਘਰ ਵੀ ਨਹੀਂ ਬਣਾ ਸਕਦਾ ਨਹੀਂ ਬਣਾ ਮੈਂ ਹੁਣ ਤੂੰ ਇੰਨਾ ਚਿਰ ਹੋ ਗਿਆ ਤੂੰ ਦੱਸਿਆ ਨਹੀਂ ਮੈਂ 2004-5 ਤੋਂ ਲੱਗਿਆ ਜੀ ਠੀਕ ਹੈ ਤੇ ਮੇਰੀ ਮਸਾਈਆਂ ਵਾਲੀ ਸੀ ਜੀ ਮੇਰਾ ਐਕਸਟੈਂਬਲ ਟੁੱਟ ਗਈ ਤੇ ਜੇ ਮੰਨ ਲਓ ਮੈਂ ਘਰੇ ਹੁੰਦਾ ਮੈਨੂੰ ਬਹੁਤ ਔਖਾ ਹੋ ਜਾਣਾ ਹੋ ਸਕਦਾ ਮੇਰੇ ਤੋਂ ਤੁਰਨਾ ਹੁੰਦਾ ਇਹ ਤਾਂ ਉਹ ਧੰਨਵਾਦ ਆ ਜੋ ਪਿੰਡ ਵਾਲਾਂ ਦਾ ਵੀ ਉਹਨਾਂ ਨੇ ਮੇਰਾ ਲਾਇ ਕਰਵਾਇਆ ਮੇਰਾ ਉੱਥੇ ਫ੍ਰੀਡਕੋਟ ਮੈਂ ਦਾਖਲ ਹੋਇਆ ਤੋਂ ਬਾਅਦ ਮੈਂ ਤੁਰਨ ਲੱਗ ਪਿਆ ਦੁਬਾਰਾ ਫਿਰ ਜਦੋਂ ਮੇਰੀ ਰਾਤ ਟੁੱਟ ਗਈ ਨਾ ਜੀ ਉਸ ਤੋਂ ਬਾਅਦ ਫਿਰ ਉਹਨਾਂ ਨੇ ਲਾਇਕ ਰਾਇਆ ਫਿਰ ਵੀ ਉਹਨਾਂ ਨੇ ਮਤਲਬ ਕਿ ਪੈਸੇ ਦਿੱਤੇ ਫਿਰ ਚਲੋ ਕੁਛ ਅਹੀਂ ਆਪਦੇ ਕੋਲੋਂ ਲਾਏ ਜੇ ਮੰਨ ਲਓ ਅਸੀਂ ਮੈਂ ਘਰੇ ਹੁੰਦਾ ਫਿਰ ਮੇਰਾ ਬਹੁਤ ਔਕਾ ਹੋ ਜਾਣਾ ਸੀ ਮੈਂ ਨਹੀਂ ਤੁਰਨਾ ਸੀ ਛੇਤੀ 14-15 ਸਾਲ ਹੋ ਗਏ ਮੈਨੂੰ ਮੈਂ ਕੁਛ ਨਹੀਂ ਬਸ ਆਈ ਚਲਾਈ ਚਲਦੀ ਬਸ ਕਾਈ ਚਲਾਈ ਹਾਂ ਬਸ ਉਹਨੇ ਕਾ ਕੇ ਉਹਨੇ ਇੱਕ ਵਾਰਤ ਲਈਦੇ ਉਹਨੇ ਕੋਈ ਜਮਾ ਪੂੰਜੀ ਨਹੀਂ ਨਾ ਜੀ ਨਾ ਕੋਈ ਕੋਈ ਇੱਕ ਸਕਿਉਰ ਨਹੀਂ ਨਾ ਕੁਛ ਵੀ ਨਹੀਂ ਤਾਹੀਂ ਤਾਂ ਇਹ ਜਾਣੇ ਜਿਹੜੇ ਜਿਹੜੇ ਹੁਣ ਜਿਹੜੇ ਮੈਂ ਗ੍ਰੰਥੀ ਨੇ ਨਾ ਉਹ ਆਪਦੇ ਬੱਚਿਆਂ ਨੂੰ ਇਸ ਫੀਲਡ ਦੇ ਵਿੱਚ ਨਹੀਂ ਲਿਆ ਰਹੇ। ਉਹ ਉਹ ਕਿਉਂਕਿ ਉਹਨਾਂ ਨੂੰ ਆਪਣਾ ਆਪਣਾ ਆਪ ਤਾਂ ਦੇਖਤਾ ਨਹੀਂ ਪਿਆ ਕਿ ਬੱਚਿਆਂ ਨੂੰ ਕੀ ਕਰਨਗੇ ਹੋਰ ਐਵੇਂ। ਵੀ ਹੁਣ ਮੰਨ ਲਓ ਇੰਨੀ ਇੱਕ ਤਨਖਾਹ ਦੇ ਵਿੱਚ ਗੁਜ਼ਾਰਾ ਵੀ ਕਰਨਾ ਔਖਾ ਹੈਗਾ। ਕਈ ਤਾਂ ਗ੍ਰੰਥੀ ਵਧੀਆ ਨੇ ਜੀ ਕਈਆਂ ਦਾ ਤਾਂ ਕੋ ਜਮੀਨ ਜਾਇਦਾਦ ਵਾਲੇ ਨੇ ਗੁਰਦੁਆਰਾ ਸਾਹਿਬ ਤੇ ਬੈਠੇ ਨੇ ਚੰਗੀ ਇਨਕਮ ਆ ਉਹਨਾਂ ਦਾ ਵਧੀਆ ਕੰਮ ਆ। ਹੁਣ ਕਈ ਵਿਚਾਰੇ ਨਹੀਂ ਉਹਨਾਂ ਦਾ ਬਹੁਤੇ ਤਾਂ ਮਤਲਬ ਘੱਟ ਇਨਕਮ ਵਾਲੇ ਹਾਂ। ਬਹੁਤੇ ਤਾਂ ਜਿਆਦਾ ਘੱਟ ਐਂ ਯਾਰ ਇਹ ਬਸ ਬਹੁਤ ਤਾਂ ਵਿਚਾਰੇ ਟਾਈਮ ਪਾਸ ਹੀ ਕਰਦੇ ਆ ਐਵੇਂ ਬਦ 10% ਆ ਜਿਹੜੇ ਵਧੀਆ ਜਿਹੜੇ ਠੀਕ ਆ ਜੀ ਨਹੀਂ ਤਾਂ ਆਮ ਗੁਰਦੁਆਰਾਂ ਦੇ ਵਿੱਚ ਬਹੁਤ ਔਖਾ ਹੈ ਜਦੋਂ ਮਦੂਕਰੇ ਖੰਡ ਪਾਠ ਹੁੰਦਾ ਕਿਸੇ ਦੇ ਉਦੋਂ ਜਦੋਂ ਲੋਕ ਤੁਹਾਡੇ ਨਾਲ ਗੱਲਬਾਤ ਕਰਦੇ ਆ ਉਹ ਕਿੰਨੇ ਪੈਸੇ ਦਿੰਦੇ ਆ ਤੁਹਾਨੂੰ ਉਹ ਐ ਹੁੰਦਾ ਜੀ ਉਹ ਵੱਡੋ ਵੱਡੀ ਸਿਸਟਮ ਹੁੰਦਾ ਖੰਡ ਪਾਠ ਹੁੰਦਾ ਨਾ ਵੇਹੇ ਗ੍ਰੰਥ ਜੈਸੀ ਕਿੰਨੀ ਆਉਂਦੀ ਹੈ ਜਿਹੜੇ ਤਾਂ ਜਿਹੜੇ ਤਾਂ ਹੁੰਦੇ ਆ ਜੀ ਜਿਵੇਂ ਹੁਣ ਮੰਨ ਲਓ ਪਿੰਡਾਂ ਦੇ ਵਿੱਚ ਕਈਆਂ ਤਾਂ ਹੁਣ ਉਹ ਜਿਹੜੇ ਕਮੇਟੀਆਂ ਨੇ ਹੈਗੀਆਂ ਹਾਂ ਉਹ ਤਾਂ ਹੁਣ ਜਿਹੜੀ ਅੱਗੋਂ ਮੱਥਾ ਟਿਕਾਈ ਹੋਊਗੀ ਉਹ ਤਾਂ ਸਾਰੀ ਕਮੇਟੀ ਨੇ ਚੱਕ ਲੈਣੀ ਹੁੰਦੀ ਹੈ ਜੀ ਠੀਕ ਹੈ ਗ੍ਰੰਥੀ ਸਿੰਘਾਂ ਦਾ ਤਾਂ ਉਹੀ ਜਿਵੇਂ ਹੁਣ ਮੰਨ ਲਓ 5100 ਪੇਟਾ ਹੋਊਗੀ ਜਾਂ 7500 ਪੇਟਾ ਹੋਊਗੀ ਜਾਨੀ ਉਹ ਉਹ ਜਿਹੜੇ ਹੋਗੇ ਉਹ ਪੰਜੀ ਹਿੱਸੇ ਹੋ ਜਾਣੇ ਜਿਵੇਂ ਪੰਜ ਗ੍ਰੰਥੀ ਪੰਜ ਜਾਣੇ ਲੱਗੇ ਜਿਵੇਂ ਉਹਨਾਂ ਨੇ ਕਰ ਲੈਣ ਕਈਆਂ ਥਾਵਾਂ ਤੇ ਮਤਲਬ ਕਿ ਉਹ ਪੇਟਾ ਵੀ ਜਾਣੇ ਤੇ ਜਿਹੜੀ ਅੱਗੋਂ ਹੋਊਗੀ ਉਹ ਵੀ ਗ੍ਰੰਥੀ ਸਿੰਘ ਦੀ ਹੁੰਦੀ ਹੈ ਉਹ ਬਹੁਤ ਘੱਟ ਗੁਰਦੁਆਰੇ ਨੇ ਬਹੁਤ ਘੱਟ ਜਿਵੇਂ ਲੋਕ ਰੇਗ ਲਵਾਉਂਦੇ ਆ ਹਾਂਜੀ ਹਾਂ ਉੱਥੇ ਵੀ ਕਮੇਟੀ ਲੈ ਜਾਂਦੀ ਉੱਥੇ ਹਾਂ ਉਹ ਤਾਂ ਆਮ ਜਿੱਥੇ ਕ ਉਹ ਕਮੇਟੀ ਨਹੀਂ ਲੈ ਜਾਣੇ ਸਾਰੇ ਉਹ ਕਮੇਟੀ ਜਿਵੇਂ ਸਾਈ ਪਾਠ ਕਰਵਾਉਂਦਾ ਵੀ ਉਹਦੇ ਕੋਈ ਹੋਵੇ ਜੀ ਕੋਈ ਵੀ ਪ੍ਰੋਗਰਾਮ ਜੇ ਬਾਹਰ ਚਾਹੇ ਸਾਈ ਪਾਠ ਆ ਚਾਹੇ ਸੁਖਣੀ ਸਾਹਿਬ ਆ ਚਾਹੇ ਖੰਡ ਪਾਠ ਆ ਜਾਂ ਕੋਈ ਹੋਰ ਵੀ ਪ੍ਰੋਗਰਾਮ ਆ ਜਿੱਥੇ ਕਮੇਟੀ ਆ ਉਹ ਕਮੇਟੀ ਨਹੀਂ ਲੈ ਜਾਣੇ ਸਾਰੇ ਪੈਸੇ ਜਿਵੇਂ ਤੁਹਾਡਾ ਨਾ ਕੋ ਡਾਇਰੈਕਟ ਗੱਲਬਾਤ ਕਰਦਾ ਜਿਵੇਂ ਜਦੋਂ ਕਮੇਟੀ ਤੋਂ ਪਾਸੇ ਉਹ ਤੁਹਾਨੂੰ ਸਿੱਧਾ ਕਹਿੰਦਾ ਤੁਹਾਡਾ ਕੋਈ ਮੈਂ ਮੰਨ ਲਓ ਮੇਰੇ ਵਰਗਾ ਬੰਦੇ ਜਾਣਕਾਰ ਹੈ ਬਾਬਾ ਜੀ ਪਾਠ ਕਰਾਉਣਾ ਸਾਈ ਪਾਠ ਦੇ ਉਦੋਂ ਉਦੋਂ ਕਿੰਨੇ ਪੇਟਾ ਆਉਂਦੇ ਸਾਈ ਪਾਠ ਉਹ ਐ ਹੁੰਦਾ ਨਾ ਜੀ ਸਾਈ ਪਾਠ ਦੀ ਪੇਟਾ ਤਾਂ ਹੁਣ ਅੱ 7500 ਵੀ ਦੇ ਦਿੰਦੇ ਆ ਜੀ ਠੀਕ ਹੈ 7500 ਵੀ ਦੇ ਦਿੰਦੇ ਤੇ ਕਈਆਂ ਪਿੰਡਾਂ ਦੇ ਵਿੱਚ ਹਜੇ ਵੀ 3100 ਰੁਪਇਆ ਚੱਲਦਾ ਜੀ ਠੀਕ ਹੈ ਜਿਹੜਾ ਸਹਿ ਪਾਠਣਾਈ ਉਹਦੀ ਬਹੁਤ ਮਿਹਨਤ ਆ ਬਹੁਤ ਜ਼ਿਆਦਾ ਅੱਛਾ ਜੀ ਬਹੁਤ ਔਖਾ ਜੀ 7 ਦਿਨ ਬੰਦਾ ਕਿਤੇ ਜਾ ਨਹੀਂ ਸਕਦਾ ਜਿਵੇਂ ਹੁਣ ਮੰਨ ਲਓ 7 ਦਿਨਾਂ ਤੇ ਕਰਨਾ ਹੋਵੇ ਇਹ ਆਰੰਭ ਵਾਲਾ ਦੇ ਭੋਗ ਲਾ ਦੇਣ ਤਾਂ ਗਿਣੇ ਨਹੀਂ ਜਾਂਦਾ ਵਿੱਚ ਤਾਂ 5 ਦਿਨ ਹੁੰਦੇ ਆ ਜੀ ਪੂਰੀ ਮਿਹਨਤ ਦਾ ਕੰਮ ਹੁੰਦਾ ਉਹ ਠੀਕ ਹੈ ਫਿਰ ਤਾਂ ਕਿ ਸਹਿ ਪਾੜ ਹੁੰਦਾ ਜੀ ਤੇ 7 ਦਿਨ ਬੰਦਾ ਕਿਤੇ ਜਾ ਨਹੀਂ ਸਕਦਾ ਕਿਤੇ ਆ ਨਹੀਂ ਸਕਦਾਗਾ ਤੇ ਉਹ ਕਈਆਂ ਪਿੰਡਾਂ ਦੇ ਵਿੱਚ ਹਜੇ ਵੀ 3100 ਰੁਪਇਆ ਪੇਟਾ ਕਤਿਸ ਰੁਪਿਆ ਹਾਂ ਜਾਨ ਕੇ 70 ਦਿਨਾਂ ਦੇ 4 ਉਹ ਹੀ 400 ਰੁਪਿਆ ਦਿਹਾੜੀ ਦੇ ਗਰੀ 100 ਰੁਪਿਆ 100 ਰੁਪਿਆ ਇਹੋ ਮਿਹਨਤ ਬਹੁਤ ਜ਼ਿਆਦਾ ਹੈ ਸਹੀ ਪੜ ਬਹੁਤ ਜ਼ਿਆਦਾ ਮਿਹਨਤ ਤੇ ਰੇੜ ਘਟ ਬਾਦ ਵੀ ਕਰਦੇ ਹੋਣਗੇ ਲੋਕ ਬਹੁਤ ਕਈ ਤਾਂ ਦਿੰਦੇ ਨੇ ਜੀ ਅੱਛਾ ਹਾਂ ਕਈ ਪਰਿਵਾਰ ਮੈਂ ਹਜੇ ਵਖਿਆ ਬਹਿਸ ਬਹੁਤ ਕਰਦੇ ਇਸ ਚੀਜ਼ ਤੇ ਮੈਨੂੰ ਇੱਕ ਇਹ ਚੀਜ਼ ਨਹੀਂ ਚੰਗੀ ਲੱਗਦੀ ਇਸ ਚੀਜ਼ ਤੇ ਬਹਿਸ ਬਹੁਤ ਹੁੰਦੀ ਹੈ ਕਿਵੇਂ ਜਿਵੇਂ ਹੁਣ ਮੰਨ ਲਓ ਆਮ ਪੁੱਛ ਲੈਂਦੇ ਬਾਬਾ ਜੀ ਸੁਖਨ ਸਿੰਘ ਸਾਹਿਬ ਦੇ ਕੀ ਪੇਟਾ ਹੈ ਇਹ ਮੰਨ ਲਓ ਹੁਣ ਆਪਾਂ 1100 ਰੁਪਿਆ ਜੀ ਨਹੀਂ ਗੱਜ ਬਹੁਤ ਜ਼ਿਆਦਾ ਹੈ 550 ਦੇ ਵਿੱਚ ਬਾਬਾ ਕਰਦਾ ਜੀ ਤੁਹਾਡੇ 500 ਰੁਪਏ ਦੇ ਵਿੱਚ ਉੱਥੇក៏ ਫਲਾਣੇ ਪਿੰਡ ਤੁਹਾਡੇ ਰਿਸ਼ਤਦਾਰੀ ਉੱਥੇ ਵੀ 500 ਦੇ ਵਿੱਚ ਹੋ ਜਾਂਦਾ ਤੇ ਮੈਨੂੰ ਉੱਥੇ ਪਰ ਬੰਦਾ ਕੀ ਕਰਵੇ ਚਲੋ ਠੀਕ ਹੈ ਇਹ ਵੀ ਹੋ ਜਾਂਦਾ ਹੋਗਾ ਮਤਲਬ ਬਾੜ ਦੇ ਗ੍ਰਾਂਥੀ ਨੂੰ ਪੈਸੇ ਦੇਣ ਤੋਂ ਬਾੜ ਗ੍ਰਾਂਥੀ ਦੇ ਪੈਸੇ ਖਾਂਤੋ ਵੀ ਬੜੇ ਚੱਲਦੇ ਹਨ ਟੱਕਦੇ ਜਾਂ ਥੋੜੇ ਹਾਂਜੀ ਹਾਂ ਤੇ ਕਈ ਬਹੁਤ ਚੰਗੀ ਆ ਜੀ ਤੇ ਕਈ ਤਾਂ ਪਰਿਵਾਰ ਇਹੋ ਜਿਹੇ ਆ ਵੀ ਭਾਵੇਂ ਉਹਨਾਂ ਨੂੰ ਪਿੱਛੇ 300 ਕਹਿੰਦੇ ਕਿ ਤੇ 750 ਵੀ ਦੇ ਦਿੰਦੇ ਆ ਜੀ ਉਹ ਸਮਝਦੇ ਆ ਇਹ ਚੀਜ਼ਾਂ ਨੂੰ ਇਹ ਗ੍ਰਾਂਥੀ ਸਿੰਘ ਦੀ ਇਹ ਹੈ ਇਹ ਪਾਰਕ ਤਾਂ ਐਲੀਮੈਂਟ ਲੱਗੀ ਇਹਦੇ ਹਾਂ ਕਈ ਬਹੁਤ ਪਰਿਵਾਰ ਚੰਗੇ ਨੇ ਮਤਲਬ ਇੱਕ ਦਾ ਹੋਰ ਵੀ ਐ ਵੀ ਮੈਂ ਆ ਜੀ ਮੈਂ ਵਿਆਹ ਤੋਂ ਪਹਿਲਾਂ ਚਲੋ ਖੰਡ ਪਾੜ ਜਾਂ ਸਹੀ ਪਾੜ ਜਾਂ ਜੋ ਵੀ ਅਗਲੀ ਸ਼ਰਤ ਉਹ ਪਾਟ ਕਰਵਾਉਂਦਾ ਅਗਲਾ ਤੇ ਉਹਦਾ ਗੰਭੀ ਆਏ ਹੁੰਦਾ ਮੈਨੂੰ ਲੱਗਦਾ ਵੀ ਜੋ ਅੱਜ ਕੱਲ ਮਤਲਬ ਮੈਂ ਸਾਰਿਆਂ ਨੂੰ ਕਹਿੰਦਾ ਵੀ ਨਵੇੜ ਦਾ ਵਾਲਾ ਗਮ ਜੀ ਹੁੰਦਾ ਵੀ ਹਾਂ ਹੁਣ ਤਾਂ ਜੀ ਬਸ ਫਾਰਮਲਿਟੀਆਂ ਨੇ ਹਾਂ ਹੁਣ ਕੋਈ ਸ਼ਰਧਾ ਭਾਵਨਾ ਬਹੁਤ ਘਟ ਗਈ ਆ ਲੋਕਾਂ ਦੇ ਵਿੱਚ ਜੀ ਪਾੜ ਸੁਣਨਾ ਸੁਣ ਵਾਲੀਆਂ ਤਾਂ ਹੁਣ ਹੈ ਹੀ ਨਹੀਂ ਜੀ ਤਾਂ ਬਸ ਹਾਂ ਫਾਰਮਲਿਟੀਆਂ ਹੀ ਰਹਿ ਗਈਆਂ ਹੁਣ ਯਾਰ ਗੁਰੂ ਨਾਲ ਬਹੁਤ ਘਟ ਗਿਆ ਅਸੀਂ ਔਖੇ ਵੀ ਤਾਂ ਹੀ ਹੋ ਰਹੇ ਹਾਂ ਜੀ ਜਦੋਂ ਗੁਰਬੰਦਾ ਜਦੋਂ ਬੰਦਾ ਬੇਮਖ ਹੁੰਦਾ ਨਾ ਗੁਰੂ ਤੋਂ ਫਿਰ ਔਖਾ ਹੁੰਦਾ ਉਹ ਹੂੰ ਇਹ ਅਸੀਂ ਔਖੇ ਵੀ ਤਾਂ ਹੋ ਰਹੇ ਹਾਂ ਚਾਹੀਦਾ ਤਾਂ ਇਹ ਆ ਜੀ ਵੀ ਸਾਰਾ ਪਰਿਵਾਰ ਬਾਣੀ ਸੁਣੇ ਪਾਠ ਸਿੰਘ ਦਾ ਹੀ ਫਰਜ਼ ਬਣਦਾ ਵੀ ਪਾਠ ਬੋਲ ਕੇ ਸੁਣਾਵੇ ਪਰ ਹੁਣ ਪਾਠੀ ਸਿੰਘ ਵਿਚਾਰਾ ਇਕੱਲਾ ਕੀ ਕਰੇ ਜੀ ਜਦੋਂ ਹੁਣ ਕੋਈ ਸੁਣਨ ਵਾਲੇ ਹੀ ਨਹੀਂ ਉੱਥੇ ਕੋਈ ਅੰਦਰ ਬੈਠਾ ਹੀ ਨਹੀਂਗਾ ਫਿਰ ਉਹ ਕੀ ਕਰੂਗਾ ਜੇ ਕੋਈ ਬੈਠੇ ਤਾਂ ਪਾਠ ਸੁਣਾਵੇ ਉਹ ਮਸੂ ਫਾਰਮੈਲਟੀਆਂ ਹੀ ਆਈ ਹੁਣ ਤਾਂ ਬਹੁਤ ਘਟ ਗਏ ਜੀ ਪਹਿਲਾਂ ਲੋਕਾਂ ਦਾ ਪੜ ਕਰਾਉਂਦੇ ਸੀਗੇ ਹੁਣ ਤਾਂ ਸੁਖਨ ਸਿੰਘ ਸਾਹਿਬ ਦੇ ਚਾਰਾ ਕਰਾਉਣ ਲੱਗ ਪਏ ਲੋਕ ਵਿਆਹ ਦੇ ਆ ਹਾਂ ਵਿਆਹਾਂ ਤੇ ਵੀ ਕੰਮ ਕੰਮ ਦੇ ਦਾ ਲੱਗ ਹਾਂ ਵੀ ਘੰਟਾ ਦੋ ਘੰਟੇ ਲੱਗਣ ਯਾਰ ਇੰਨਾ ਬਹਿਣਾ ਔਖਾ ਏ ਕਰਨਾ ਔਖਾ ਏ ਇਹ ਚੀਜ਼ਾਂ ਬਹੁਤ ਹੋ ਗਈਆਂ ਜੀ ਬਹੁਤ ਜ਼ਿਆਦੇ ਮਤਲਬ ਉਹ ਗੱਲ ਹੋ ਗਈ ਵੀ ਹੁਣ ਤਾਂ ਜਿੰਨਾ ਬਾਬਾ ਜੀ ਸਰ ਦਾ ਸਾਹ ਹਾਂ ਬਸ ਬਸ ਫਾਰਮੈਲਟੀਆਂ ਹੀ ਆਈਆਂ ਥੋੜੀਆਂ ਜਿਹੀਆਂ ਹੋ ਗਈਆਂ ਜੀ ਤੇ ਸਤਿਕਾਰ ਕਰ ਘਟ ਗਿਆ ਗੁਰੂ ਦਾ ਬਹੁਤ ਜਿਆਦਾ ਕਰਦੇ ਆ ਜਿਹੜੇ ਕਰਦੇ ਆ ਉਹ ਹਮੇਸ਼ਾ ਚੜ੍ਹਦੀ ਗਲਾ ਦੇ ਵਿੱਚ ਰਹਿੰਦੇ। DJ ਕਿੰਨਾ ਟਾਈਮ ਚੱਲਦਾ ਉਹਦੇ ਬਾਬੇ ਦੇ ਪਾਰਟ ਜਨਾ ਚਰ ਹੁੰਦਾ। ਕਿਵੇਂ? DJ ਕਿੰਨਾ ਚਿਰ ਚੱਲਦਾ? ਹਾਂ DJ ਸਾਰੀ ਰਾਤ ਚੱਲਦਾ ਜੀ। DJ ਤੇ ਤਾਂ ਭਾਵੇਂ ਜਿੰਨਾ ਚਿਰ ਮਰਜ਼ੀ ਬੁਲਾ ਦਿਓ ਟਾਈਮ ਉਹਤੇ ਸਾਰੀ ਰਾਤ ਨੱਚੀ ਜਾਂਦੇ ਆ। ਤੇ ਕਦੇ ਸਪੀਕਰ ਅੱਧਾ ਘੰਟਾ ਵੱਧ ਲੱਗ ਜੇ ਰਾਤ ਨੂੰ ਚੱਲਦਾ ਹੋਵੇ ਤੇ ਆਂਡ ਗਵਾੜ ਨੂੰ ਥੋੜੀ ਪ੍ਰੋਬਲਮ ਆ ਜਾਂਦੀ ਬਾਬੇ ਸਪੀਕਰ ਚੱਲੀ ਜਾਂਦਾ ਬੰਦ ਕਰਦੇ ਉਹ। ਬੰਦ ਕਰ ਦੋ 8:30 ਹੋ ਗਿਆ ਜੀ। ਬੰਦ ਕਰ ਦਿਓ ਜੀ ਬੱਚੇ ਪੜਦੇ ਪਏ ਆਠ ਵਾਲਾ ਸਪੀਕਰ ਬੰਦ ਕਰ ਦਿਓ ਹਾਂ ਡੀਜੇ ਭਾਵੇਂ ਸਾਰੀ ਰਾਤ ਚੱਲੀ ਜਾਵੇ ਜੀ No problem ਇਹ ਹੀ ਤਾਂ ਕੱਲ ਜੋ ਕਿਸੇ ਨੂੰ ਕਹਿੰਦੇ ਆ ਜੀ ਹਾਂ ਗੁਰੂ ਵਾਲੇ ਪਾਸੇ ਧਿਆਨ ਬਹੁਤ ਘਾਟਾ ਤਾਂ ਹੀ ਹੁਣ ਮੈਂ ਤਾਂ ਦਾਤਾ ਹੀ ਸਾਡੇ ਇੱਥੇ ਵਜੀਦਪੁਰ ਸਾਹਿਬ ਨਾਲ ਇੱਥੇ ਇਹ ਜਿਹੜਾ ਗੁਰਦੁਆਰਾ ਸ਼ਰੋਣੀ ਕਮੇਟੀ ਅੰਦਰ ਚਾਹੀ ਜੀ ਜੀ ਇੱਥੇ ਮਾਲਵੇ ਦਾ ਸਰਕਟ ਗੁਰਦੁਆਰਾ ਹੈ ਜੀ ਠੀਕ ਹੈ ਜੀ ਬਹੁਤ ਮਾਨਤਾ ਹੈ ਲੋਕਾਂ ਦੀ ਮੱਸਿਆ ਲੱਗਦੀ ਇੱਥੇ ਜੀ ਤੇ ਇਸ ਪਿੰਡ ਦੇ ਵਿੱਚ ਹੁਣ ਦੋ ਚਰਚਾ ਨੇ ਵਜੀਦਪੁਰ ਪਿੰਡ ਦੇ ਵਿੱਚ ਦੋ ਚਰਚਾ ਨੇ ਠੀਕ ਹੈ ਸਾਈਂ ਤਰ੍ਹਾਂ ਦੇ ਵਿੱਚ ਲੋਕ ਇਨੇ ਜਾ ਰਹੇ ਆ ਤੇ ਇੱਕ ਸ਼੍ਰੋਮਣੀ ਕਮੇਟੀ ਦਾ ਗੁਰਦੁਆਰਾ ਹੋਵੇ ਐਨੀ ਆਮਦਨ ਹੋਵੇ ਤੇ ਚਾਹੀਦਾ ਤੇ ਇਹ ਵੀ ਇੱਥੇ ਇਹਨਾਂ ਫੁੱਲ ਪ੍ਰਚਾਰ ਹੋਵੇ ਲੋਕ ਸਾਰੇ ਜੁੜ ਜਾਣ ਕਿਥੇ ਲੋਕ ਟੁੱਟ ਰਹੇ ਆ ਇਹ ਬਹੁਤ ਖਤਰੇ ਦੀ ਘੰਟੀ ਹੈ ਜੀ ਆਉਣ ਵਾਲੇ ਸਮੇਂ ਦੇ ਵਿੱਚ ਗ੍ਰੰਥੀ ਨਹੀਂ ਲੱਭਦੇ ਗ੍ਰੰਥੀ ਨਹੀਂ ਲੱਭਣੀ ਮੈਂ ਤੁਹਾਨੂੰ ਲਿਖ ਕੇ ਦੇ ਦੇਣਾ ਬਹੁਤ ਭਿਆਨਕ ਸਮਾਂ ਹੋਵੇ ਮਤਲਬ ਇਹ ਗੱਲ ਵੀ ਸੇਕ ਕੀ ਸਿੱਖੀ ਸਾਂਭੀ ਨਹੀਂ ਜਾ ਰਹੀ ਲੋਕ ਸਿੱਖੀ ਜਿਹੜੇ ਸਿੱਖੀ ਨਾਲ ਜੁੜੇ ਸੀ ਉਹ ਸਾਂਭੇ ਨਹੀਂ ਜਾ ਰਹੇ ਗੁਰੂ ਸਾਹਿਬ ਬੋਲ ਹਾਂਜੀ ਹਾਂਜੀ ਹਾਂ ਇਹ ਆਉਣਾਈ ਹਾਂ ਚਾਹੀਦਾ ਤਾਂ ਇਹ ਆ ਵੀ ਜਿਹੜਾ ਸਿੱਖ ਆਣਾ ਸਿੱਖ ਦੀ ਬਾਹ ਫੜੇ ਹਾਂ ਜਿਨ੍ਹਾਂ ਨੂੰ ਮਾਰਨ ਨ ਦਿੱਤਾ ਉਹ ਜਿਹੜੇ ਸਭ ਤੋਂ ਪਹਿਲਾਂ ਜਿਹੜੀ ਸਿੱਖੀ ਸ਼ੁਰੂ ਹੁੰਦੀ ਹੈ ਜੀ ਪਿੰਡਾਂ 'ਚ ਸ਼ੁਰੂ ਹੁੰਦੀ ਹੈ ਜਿਹੜੇ ਰਾਗੀ ਢਾਟੇ ਪਾਤੀ ਸਿੰਘ ਨੇ ਪਿੰਡਾਂ ਦੇ ਵਿੱਚ ਸ਼ੁਰੂ ਕਰਨ ਪ੍ਰਚਾਰ ਇਹ ਜਿਹੜੇ ਜਿਹੜੇ ਸਿੱਖਾਂ ਨੂੰ ਮਾਰਨ ਨ ਦਿੱਤਾ ਉਹ ਗਰੀਬ ਸਿੱਖਾਂ ਦੀ ਬਾਹ ਫੜਨ ਪਰ ਇਸ ਪਾਸੇ ਕੋਈ ਆਮਦਨੀ ਕੋਈ ਕੋਈ ਵਿਰਲੇਟਾਵੇਂ ਆ ਜਿਹੜੇ ਨਹੀਂ ਤਾਂ ਬਹੁਤ ਕਾਟਾ ਹੁਣ ਉਸ ਮੇਰੇ ਕਈਆਂ ਬੰਦਿਆਂ ਦੇ ਨਾਲ ਬਹਿਸ ਹੋਈ ਹੈ ਜੀ ਅੱਜ ਮੈਂ ਪ੍ਰਸ਼ਾਦ ਵਰਤਾਇਆ ਉਹ ਬੰਦੇ ਨੇ ਲਿਆ ਨਹੀਂ ਮੈਂ ਹੁਣ ਪੁੱਛਿਆ ਵੀ ਤੁਸੀਂ ਪ੍ਰਸ਼ਾਦ ਨਹੀਂ ਲੈਂਦੇ ਉਹ ਕਹਿੰਦਾ ਜੀ ਜਦੋਂ ਅਸੀਂ ਗੁਰਦੁਆਰਿਆਂ ਦੇ ਵਿੱਚ ਜਾਂਦੇ ਆ ਤੇ ਜਿਹੜੇ ਜੱਟ ਜ਼ਿਮੀਂਦਾਰ ਆ ਸਾਡੇ ਬੱਚਿਆਂ ਨੂੰ ਇਹ ਨੀਵੀਂ ਜਾਦਾ ਕਰਕੇ ਪਿੱਛੇ ਕਰ ਦਿੰਦੇ ਆ ਕਿ ਅਸੀਂ ਜਦੋਂ ਇਸਾਈ ਧਰਮ ਦੇ ਵਿੱਚ ਗਏ ਉਹ ਸਾਨੂੰ ਪਿਆਰ ਕਰਦੇ ਆ ਸਾਨੂੰ ਬਰਾਬਰ ਬਹੁੰਦੇ ਆਪ ਤੇ ਹਾਂ ਇਹ ਚੀਜ਼ ਆ ਜਿਹੜੀ ਇਹ ਚੀਜ਼ ਨਿਕਲਣੀ ਚਾਹੀਦੀ ਆ ਜੀ ਵਿੱਚੋਂ ਹਾਂ ਵੀ ਸਭ ਧਰਮ ਦਾ ਸਤਕਾਰ ਹੋਣਾ ਚਾਹੀਦਾ ਗੁਰਦੁਆਰਿਆਂ ਦੇ ਵਿੱਚ ਫੇਰੇ ਹੀ ਲੋਕ ਜੁਟਣ ਇਹ ਚੀਜ਼ਾਂ ਹਾਲੇ ਹੈ ਹੀਆਂ ਸਾਡੇ ਹੈਗੀਆਂ ਜੀ ਹਾਂ ਬਹੁਤ ਹਾਲਾਂਕਿ ਗੁਰੂ ਸਾਹਿਬ ਨੂੰ ਮੁਕਤ ਕਰਕੇ ਗਏ ਆ ਜੀ ਜਤਾਂ ਬਹੁਤ ਜ਼ਿਆਦਾ ਇਹ ਚੀਜ਼ਾਂ ਹੈਵੀ ਆ ਜੀ ਇਹ ਚੀਜ਼ ਇਹ ਇਹਨਾਂ ਦਾ ਪ੍ਰੋਪਰ ਕੋਈ ਹੱਲ ਹੋਣਾ ਚਾਹੀਦਾ ਵੀ ਅਸਲ ਹਾਂ ਜਿਹੜਾ ਸਿੱਖ ਆ ਸਿੱਖ ਦੀ ਕੋਈ ਜਾਤ ਨਹੀਂ ਤੇ ਜਿਹਦੀ ਜਿਹਦੀ ਜਾਤ ਆ ਉਹ ਸਿੱਖ ਨਹੀਂ ਇਹਦੀ ਜਾਤ ਉਸ ਪਰ ਹਾਂ ਪਰ ਪਿੰਡਾਂ ਦੇ ਵਿੱਚ ਹਜੇ ਵੀ ਹੈਗਾ ਜੀ ਹੈਗੀਆਂ ਜੀ ਇਹ ਚੀਜ਼ਾਂ ਬੋਲਬਾਲ ਆ ਜੀ ਹਾਂ ਬਹੁਤ ਜ਼ਿਆਦਾ ਆ ਜੀ ਨਫ਼ਰਤ ਜੀ ਆ ਥੋੜੀ ਜਿਹੀ ਉਹ ਤਾਂ ਹੀ ਲੋਕ ਜਿਹੜੀ ਗਰੀਬ ਲੋਕ ਹਨ ਆ ਜੀ ਉਹ ਤਾਂ ਹੀ ਇਸਾਈ ਧਰਮ ਦੇ ਵਿੱਚ ਜ਼ਿਆਦਾ ਜਾ ਰਹੇ ਆ ਕਿਉਂ ਕਿ ਕਿਉਂਕਿ ਉਧਰ ਉਹਨਾਂ ਨੂੰ ਇਹ ਚੀਜ਼ ਮਿਲ ਜਾਂਦੀ ਹੈ ਉੱਥੇ ਬਰਾਬਰਤਾ ਹੀ ਮਿਲਦੀ ਹੈ ਬਰਾਬਰਤਾ ਮਿਲਦੀ ਆ ਫਿਰ ਉਹਨਾਂ ਬੱਚਿਆਂ ਦਾ ਇਲਾਜ ਹੁੰਦਾ ਜੀ ਇੱਥੇ ਇਹਨਾਂ ਨੇ ਹਸਪਤਾਲ ਖੋਲੇ ਹੋਏ ਆ ਜੀ ਸਾਈਤਾਰਮਾ ਨੇ ਫਿਰ ਹੋਈ ਪਰ ਸਾਡੇ ਠੀਕ ਐ ਇੰਨਾ ਵਧੀਆ ਇਲਾਜ ਹੁੰਦਾ ਜੀ ਉਹਨਾਂ ਦਾ ਉਹਨਾਂ ਨੂੰ ਕੋਈ ਟੈਨਸ਼ਨ ਨਹੀਂ ਜੇ ਸਾਡੇ ਰਹਿ ਗਿਆ ਨੋ ਜੇ ਕਦੇ ਰੱਬਣਾ ਕਰੇ ਕੋਈ ਬੰਦਾ ਬਿਮਾਰ ਹੋ ਜਾ ਜਾਂ ਪਰਿਵਾਰ ਦਾ ਬੱਚਾ ਕੋਈ ਬਿਮਾਰ ਹੋ ਜਾ ਟੈਨਸ਼ਨ ਲਗੀ ਰਹਿੰਦੀ ਆ ਵੀ ਪਤਾ ਨਹੀਂ ਇਲਾਜ ਹੋਣਾ ਕਿ ਨਹੀਂ ਹੋਣਾ ਤੁਹਾਡਾ ਇਲਾਜ ਹੀ ਮਿਲਦਾ ਹੋ ਰਿਹਾ ਬਰੋਬਰ ਮੇਰਾ ਹਾਂ ਨਹੀਂ ਹੋਇਆ ਜੀ ਹਾਂ ਮੇ ਇਹ ਮੇਰਾ ਪੈਰ ਜਿਹੜਾ ਇਹ ਥੋੜਾ ਵਿੰਗਾ ਹੈਗਾ ਡਾਕਟਰ ਨੇ ਕਿਹਾ ਸੀ ਹਾਂ ਇਹਨੂੰ ਐ ਸਿੱਧਾ ਕਰਾਂਗੇ ਉਦੋਂ ਬਾਅਦ ਫਿਰ ਉਹ ਐ ਤੁਰਨ ਲੱਗ ਪਏ ਜੀ ਹਰ ਫਿਰ ਉਹ ਐ ਫਿਰ ਹੈ ਹੀ ਨਹੀਂ ਸੀ ਕੋਈ ਨਹੀਂ ਪੁੰਚੀ ਇੱਥੇ ਕਿੰਨਾ ਖਰਚ ਆਉਣਾ ਜੀ ਇਹ ਤੇ ਖਰਚਾ ਹੋਣਾ ਪੁੱਛਣਾ ਪੈਣਾ ਜੇ ਇਸ ਦੇ ਇਹ ਬਹਿਣਾ ਪੈਣਾ ਦੱਸ ਦੇਣਾ ਫਿਰ ਸਿੱਧਾ ਹੋਣਾ ਇਹ ਅੱਛਾ ਪਟੀਆਂ ਲਾ ਕੇ ਉਹ ਐ ਕਰਕਿਉਂ ਕਹਿੰਦੇ ਸੀ ਵੀ ਉਹ ਬਾਉਣਗੇ ਪਰ ਉੱਪਰ ਹਾਂਜੀ ਆ ਡਾਕਟਰ ਸੰਤੂ ਨੇ ਕੀਤਾ ਸੀਗਾ ਉਹ ਮਜਬੂਰੀਆ ਕਰਕੇ ਬੈਠਾ ਨਹੀਂ ਆ ਬਸ ਹਾਂ ਹੁਣ ਫਿਰ ਕੀ ਕਰੀਏ ਜੀ ਵੀ ਹੁਣ ਫਿਰ ਹੁੰਦਾ ਨਹੀਂਗਾ ਹੁਣ ਹੋਰ ਨਹੀਂ ਧਿਆਈ ਨਾ ਇਹ ਤੇ ਇਹ ਹੀ ਕਿਤੇ ਹੁਣ ਕੋਈ ਗੁੰਦੀ ਕੋਈ ਪੂੰਜੀ ਆਪਦੇ ਕੋਲ ਜੋੜੀ ਹੁੰਦੀ ਤੇ ਉਹਦਾ ਇਲਾਜ ਹੋ ਜਾਣਾ ਸੀ ਕਿ ਪੂੰਜੀ ਜੋੜੋ ਕਿੱਥੋਂ ਬਸ ਗੱਲ ਆਹੀ ਆਣਾ ਜੇ ਫਿਰ ਉਹ ਵੀ ਉਹਨੇ ਕ ਉਹ ਹੈ ਨਹੀਂਗੇ ਉਹਨਾਂ ਦੇ ਕਈ ਦਾ ਪਾਟੀ ਸਿੰਘ ਸਾਡੇ ਵਿਚਾਰੇ ਆਏ ਹੋਏ ਜਿੰਨੇ ਗਰਮੀਆਂ ਦੇ ਵਿੱਚ ਭੁੱਖੇ ਮਰਨ ਤੱਕ ਨੌਤ ਆ ਜਾਂਦੀ ਹੈ ਜੀ ਅੱਛਾ ਜੀ ਹਾਂ ਸਿਆਲਾਂ ਦੇ ਵਿੱਚ ਤਾਂ ਚਲੋ ਚੱਲੀ ਜਾਂਦਾ ਜੀ ਹੁਣ ਸਾਡੇ ਤਾਂ ਇੱਥੇ ਪਾੜ ਚੱਲੀ ਜਾਂਦਾ ਨਹੀਂ ਕਰ ਲੈਨੇ ਮੰਨ ਲਓ ਹੁਣ ਕਈ ਜਿਹੜੇ ਪਿੰਡਾਂ ਦੇ ਵਿੱਚ ਨੇ ਉਹ ਹੁਣ ਸਿਆਲਾਂ ਦੇ ਵਿੱਚ ਹੀ ਪਾੜ ਹੁੰਦੇ ਗਰਮੀਆਂ 'ਚ ਕਰਦੇ ਹੀ ਨਹੀਂਗੇ ਵਿਚਾਰੇ ਉਹ ਗਰਮੀਆਂ ਦੇ ਵਿੱਚ ਫਿਰ ਢਾੜੀ ਦੇ ਆਪਾ ਕਰਦੇ ਆ ਜੀ ਵਿਚਾਰਾ ਕੋਈ ਜੋਤਾਂ ਲਾਈ ਜਾਂਦਾ ਕੋਈ ਝੋਨਾ ਲਾਈ ਬਸ ਐਂ ਜੀ ਜਿਹੜੇ ਜਿਹਨਾਂ ਦਾ ਹੈਨਿਕ ਵੀਜ਼ਾ ਰ ਮਤਲਬ ਜੀ ਤੁਹਾਡੀ ਤੁਹਾਡੀ ਗੱਲ ਸਮਝੀ ਇਹ ਵੀ ਆਉਣ ਵਾਲੇ ਸਮੇਂ ਚ ਕਰਾਉਣ ਲੱਗਦਾ ਵੀ ਗ੍ਰੰਥੀ ਨਹੀਂ ਜੀ ਮੇਰੇ ਮੈਂ ਤੈਨੂੰ ਦੱਸਦਾ ਜੀ ਮੈਂ ਮੇਰੇ ਘਰ ਤੋਂ ਘੱਟ ਦੋ ਤਿੰਨ ਸੌ ਬੰਦਾ ਹੋਊਗਾ ਮੈਂ ਜਿਨ੍ਹਾਂ ਨੂੰ ਮੈਂ ਜਾਣਦਾ ਜਿਹੜੇ ਗ੍ਰੰਥੀ ਨੇ ਰੱਖੀ ਨੇ ਵੀ ਉਹਨਾਂ ਨੇ ਆਪਦੇ ਬੱਚੇ ਬਹੁਤ ਕੱਟਾ ਜੀ ਹਾਂ ਕਈਆਂ ਨੇ ਕੀਰਤਨ ਸਿਖਾ ਰਹੇ ਕਈ ਬੱਚੇ ਆਪਦੇ ਆਪਦੇ ਬੱਚਿਆਂ ਨੂੰ ਇਹਦੇ ਇਸ ਇਸ ਪਾਸੇ ਵਾਲੇ ਤਾਂ ਮਤਲਬ ਮਤਲਬ ਨਹੀਂ ਗਏ ਇਹ ਤਾਂ ਤੁਸੀਂ ਨਾ ਕਿਤੇ ਜਿਹੜੀਆਂ ਲੜੀਆਂ ਚੱਲਦੀਆਂ ਜੀ ਆਪਣੇ ਕੋਤਰੀਆਂ ਆਂਦੀਆਂ ਬਾਕੂ ਹਾਂ ਗੋਤਰੀ ਜੀ ਨੂੰ ਕਹਿ ਸਕਦੇ ਆ ਤੁਸੀਂ ਕਿਤੇ ਜਾ ਕੇ ਉੱਥੇ ਵੇਖਿਓ ਇਹ ਪਾਠੀਆਂ ਦਾ ਕੋਈ ਹਾਲ ਆ ਮੈਂ ਕਹਿੰਨਾ ਜੀ ਐਂ ਵਿਚਾਰੇ ਪਏ ਆ ਜੀ ਉਹ ਇਹ ਕੋਈ ਹਾਲ ਹੀ ਨਹੀਂ ਉਹਨਾਂ ਕੋਈ ਪ੍ਰਬੰਧ ਨਹੀਂ ਉਹ ਜਿਵੇਂ ਐ ਆਵਾਰਾ گاਵਾ ਫਿਰਦੀਆਂ ਹੁੰਦੀਆਂ ਜੀ ਐਂ ਫਿਰਦੇ ਵਿਚਾਰੇ ਬਹੁਤ ਬੁਰਾ ਹਾਲ ਆ ਤੇ ਕੀ ਕਰਨਾ ਫਿਰ ਹੁਣ ਮਜਬੂਰੀ ਹੈ ਜੀ ਹੁਣ ਮੰਨ ਲਓ ਹੁਣ ਜਿਹੜਾ ਪਾਠੀ ਆ ਜੀ ਮੰਨ ਲਓ ਹੁਣ ਮੈਂ ਹੀ ਆ ਜੀ ਮੈਂ ਹੁਣ ਮੇਰੇ ਮੈਨੂੰ ਇੰਨੇ ਦਾ ਰੋਗ ਲੱਗੇ ਹੁਣ ਮੈਂ ਕੋਈ ਹੋਰ ਕੰਮ ਨਹੀਂ ਕਰ ਸਕਦਾ ਵੀ ਹੁਣ ਮੇਰੇ ਤਾਂ ਹੁਣ ਲੱਤ ਤੇ ਹੁਣ ਸੱਟ ਲੱਗੀ ਕਰਕੇ ਮੇਰੇ ਤੋਂ ਕੋਈ ਹੁੰਦਾ ਨਹੀਂ ਆ ਜੀ ਇਹ ਹੁਣ ਫਿਰ ਕੋਈ ਉਹ ਵਿਚਾਰੇ ਹੋਰ ਕੋਈ ਕਰ ਨਹੀਂ ਸਕਦੇ ਜੀ ਹੂੰ ਇਹ ਉਹ ਫਿਰ ਹੁਣ ਮਜਬੂਰੀਆਂ ਬਣੀਆਂ ਪਈਆਂ ਜੀ ਮੈਨੂੰ ਮਜਬੂਰੀਆਂ ਕਰਤੇ ਆ ਪਰ ਕੋਈ ਹੈ ਨਹੀਂ ਉਹ ਵੀ ਵਜੀਰਾ ਦੀ ਬਾਹ ਮਹਾਰਾਜ ਤੇ ਇਹਨੂੰ ਮਹਾਰਾਜ ਵਜੀਰ ਕਿਹਾ ਗਿਆ ਜੀ ਇਹਨਾਂ ਦੀ ਬਾਹ ਫੜਨੀ ਚਾਹੀਦੀ ਹੈ ਜਨੇ ਵੀ ਮਾ ਨਹੀਂ ਮਤਲਬ ਇਹ ਵਿਆਹ ਸ਼ਾਦੀ ਦੀ ਗੱਲ ਆਉਂਦੀ ਹੈ ਵੀ ਤੁਸੀਂ ਕਿਹਾ ਸੀ ਵੀ ਹੁਣ ਕਹਿੰਦੇ ਸੁਖਮਨੀ ਸਾਹਿਬ ਹੀ ਕਰ ਦਿੰਨੇ ਆ ਜਿਆ ਸਿੱਧੀ ਜਿਹੜਾ ਕੰਮ ਹਾਂ ਉੱਥੇ ਭੇਡਾ ਦੇਣ ਵੇਲੇ ਵੀ ਕੀ ਲੋਕ ਤੁਸੀਂ ਕਹਿੰਦੇ ਵੀ ਕਰ ਦਿੰਦੇ ਬਸ ਹਾਂ ਜਿਵੇਂ ਮਰਜ਼ੀ ਹਾਂ ਤੇ ਉਹ ਆਰਕੈਸਟਰਾ ਲੱਗਦੀ ਆ ਉਦੋਂ हां उदों ਤਾਂ ਵੇਲੋ ਵੀ ਉਹ ਜਨੇ ਮੰਗ ਲੈਣ ਉਹਨੇ ਦੇ ਦਿੰਦੇ ਉਹਨਾਂ ਨੂੰ ਹਾਂ ਤੇ ਗ੍ਰੰਥੀਆਂ ਨੂੰ ਜੀ ਗ੍ਰੰਥੀਆਂ ਨੂੰ ਮੈਂ ਵੀ ਇੰਨਾ ਚਿਰ ਹੋ ਗਿਆ ਮੈਂ ਨਹੀਂ ਵੇਖਿਆ ਵੀ ਜਿਵੇਂ ਹੁਣ ਮੰਨ ਲਓ 5500 ਰੁਪਇਆ ਖੰਡ ਪਟ ਦਾ ਚੱਲਦਾ ਵੀ ਕਈਆਂ ਨੇ ਵੀ ਜਾਣੀ 6100 ਰੁਪਇਆ ਰੱਖਿਆ ਹੋਵੇ 1000 ਵੱਧ ਰੱਖ ਦਿੰਦੇ ਆ ਆਪਾਂ ਆਪਦੀ ਖੁਸ਼ੀ ਨਾਲ ਨਹੀਂ ਵੇਖਿਆ ਅਜੇ ਤੱਕ ਇਹ ਉਹ ਵੀ ਪਹਿਲਾਂ ਰਿਸ਼ਤੇਦਾਰਾਂ ਨੂੰ ਆੜ ਗਵਾੜ ਨੂੰ ਪਹਿਲਾਂ ਪੁੱਛਦੇ ਆ ਵੀ ਕਿੰਨੀ ਪੇਟਾ ਚੱਲਦੀ ਤੁਹਾਡੇ ਉਧਰ ਹਾਂ ਇਹ ਕਦੇ ਜ਼ਿਆਦਾ ਤਾਂ ਨਹੀਂ ਆਪਾਂ ਦੇ ਰਹੇ ਜੋ ਇਹ ਚੀਜ਼ ਦਾ ਬਹੁਤ ਜ਼ਿਆਦਾ ਇਸ ਚੀਜ਼ ਹੈ ਕਿ ਬਹੁਤ ਜ਼ਿਆਦਾ ਨਾਲ ਜ਼ਿਆਦਾ ਨਾ ਚਲੇ ਜਾਣਾ ਜ਼ਿਆਦਾ ਨਾ ਚਲੇ ਜਾਣਾ ਹਾਂਜੀ ਹਾਂ ਕਿਤੇ ਗਲਤੀ ਨਾ ਬਾਬੇ ਨੇ ਇਹ ਵਾਅਦੇ ਵੀ ਬਤਨਾ ਦੇ ਦਿੱਤੇ ਜਾਂਦੇ ਹਾਂ ਇਹ ਚੀਜ਼ਾਂ ਨਿਕਲਣੀਆਂ ਚਾਹੀਦੀਆਂ ਜੀ ਤੇ ਜਦੋਂ ਪ੍ਰੋਗਰਾਮ ਬੁੱਕ ਕਰਨ ਜਾਂਦੇ ਆ ਆਰਕੈਸਟਰਾ ਉਹਦੋਂ ਕਰ ਦਿੱਤਾ ਹਾਂ ਉਦੋਂ ਤਾਂ ਬਹੁਤ ਹੈ ਹੁਣ ਤਾਂ ਹੁਣ ਖਾ ਮੇਰਾ ਖੜਾ ਜਿਹੜੇ ਹੁਣ ਕੀਰਤਨ ਵਾਲਾ ਜਿਹੜਾ ਹੀ ਹੁਣ ਘੰਟਾ 2 ਘੰਟੇ ਕੀਰਤਨ ਵਾਲੇ ਕਰਦੇ ਆ ਜੀ 1 ਘੰਟਾ 2 ਘੰਟੇ ਹੁਣ ਇੱਕ ਸਿੰਗਾਰਾਮ ਖਾੜਾ ਲਾਉਂਦਾ ਜੀ ਹਾਂਜੀ ਤੇ ਉਹਨਾਂ ਨੂੰ ਕਿਤੇ 2100 ਤੋਂ ਕਿਤੇ 500 ਰੁਪਈਆ ਕਿਤੇ ਤੇਲ ਦਾ ਕਹਿ ਦੇਣਾ ਤੇ ਆ ਹੁਣ ਕਈ ਹੁਣ ਮੰਨ ਲਓ ਜਿਵੇਂ ਹੁਣ ਮੈਂ ਪ੍ਰੋਗਰਾਮ ਬੁੱਕ ਕਰੀ ਤੇ ਜਿਵੇਂ ਹੁਣ ਮੇਰੇ ਰਾਕੀ ਨੇ ਆਪਣੇ ਸਿੰਘ ਕੰਨਾਂ ਨੂੰ ਪਰਵਾ ਰਿਸ਼ਤਦਾਰੀਆਂ ਵਿੱਚ ਲੈ ਕੇ ਜਾਈ ਜਿਵੇਂ ਮੰਨ ਲਓ ਉਹ 2100 ਰੁਪਏ ਦੇ ਕੇ ਜਦੋਂ ਉਹਨਾਂ ਨੂੰ ਕਹੀਦਾ ਵੀ ਚੱਲ ਬਾਬਾ ਜੀ ਗੱਡੀ ਤੇ ਆ ਜੇ ਉਹਨਾਂ 500 ਰੁਪਏ ਦੇ ਦੇਉ ਤੇ ਉਹਨਾਂ ਨੂੰ ਬੜਾ ਮਸਹੂਸ ਹੁੰਦਾ ਵੀ 500 ਰੁਪਏ ਵੱਧ ਦੇਣਾ ਪੈ ਰਿਹਾ ਸਾਨੂੰ ਤੇ ਉਹੀ ਜਾਣੀ ਆਮ ਕਿੰਨਾ ਕੁਛ ਬਣਿਆ ਹੁੰਦਾ ਉਹਤੇ ਕਿੰਨਾ ਖਰਚਾ ਕਰਦੇ ਆ ਇਹ ਉਹ ਨਾ ਉਹ ਨਾ ਚੀਜ਼ਾਂ ਲਈ ਧਿਆਨ ਨਹੀਂ ਪਾਉਂ ਇਧਰ ਵੀ ਐ ਹੁੰਦਾ ਵੀ ਇਧਰ ਇਧਰ ਨਾ ਕਿਤੇ 500 ਰੁਪਏ ਵੱਧ ਜਾਵੜੇ ਅਸੀਂ ਸਾਹਮਣੇ ਰਹੇ ਜੀ ਕੀਰਤਨੀਆਂ ਨੇ ਗੁਰੂ ਦੇ ਇਹ ਇਹ ਸਾਡੀ ਕੌਮ ਦਾ ਸਰਮਾਇਆ ਨੇ ਇਹ ਇਹਨਾਂ ਨੂੰ ਕੌਮ ਨੂੰ ਚਾਹੀਦੀ ਇਹਨਾਂ ਦੀ ਬਾਹ ਫੜਨੀ ਚਾਹੀਦੀ ਆ ਜੀ ਤੇ ਅਸੀਂ ਤੇ ਇਹਨਾਂ ਦੇ ਮਜ਼ਾਕ ਉਡਾਉਂਦੇ ਪਏ ਆ ਜੀ ਬਾਹ ਦਾ ਸਾਡੇ ਕੀ ਫੜਨੀ ਕਿਸੇ ਨੇ ਲੋਕ ਮਜ਼ਾਕ ਉਡਾਉਂਦੇ ਨੇ ਤੇ ਤਾਂ ਹੀ ਤਾਂ ਲੋਕ ਕੋਈ ਹੁਣ ਮੰਨ ਲਓ ਹੁਣ ਮੇ ਕਿਤੇ ਮੇਰਾ ਹੁਣ ਮੰਨ ਲਓ ਮੈਂ ਜੀ ਮੈਨੂੰ ਇੰਨਾ ਵਧੀਆ ਹੁੰਦਾ ਤੇ ਮੈਂ ਆਪੇ ਆਪਦੇ ਬੱਚੇ ਨੂੰ ਮੇ ਫਿਊਚਰ ਦੇ ਬੱਚੇ ਲਿਆਉਣਾ ਸੀਗਾ ਵੀ ਇੱਜ਼ਤ ਵੀ ਹੈਗੀ ਆ ਪੈਸਾ ਵੀ ਹੈਗਾ ਇਹਦੇ ਵਿੱਚ ਤੇਰਾ ਫਿਊਚਰ ਬਹੁਤ ਵਧੀਆ ਹੈ ਜਦੋਂ ਕੁਝ ਹੁਣ ਸਾਰਾ ਫਿਊਚਰ ਤਾਂ ਹਨੇਰੇ ਦੇ ਵਿੱਚ ਲੇਟਦਾ ਹੈਗਾ ਜੀ ਉਹ ਫਿਰ ਕੀ ਕਰੂਗਾ ਜੀ ਬੱਚਾ ਉਹ ਆਪ ਬਹੁਤ ਕੱਟ ਲਿਆਉਂਦੇ ਆ ਜੀ ਫਿਰ ਬਹੁਤ ਕੱਟ ਲਿਆਉਂਦੇ ਆ ਹਾਂਜੀ ਮਤਲਬ ਖਾੜੇ ਆ ਉਹੀ ਗੈਗ ਜਿਹੜਾ 2 ਘੰਟੇ ਲਾ ਕੇ ਵੇਚ ਲੋ ਤੁਸੀਂ ਉਹ 2-2 4-4 ਲੱਖ ਰੁਪਈਆ ਲੈਂਦੇ ਆ ਜੀ ਤੇ ਉਹਨਾਂ ਨੂੰ ਲੋਕ ਦਿੰਦੇ ਵੀ ਨਹੀਂ ਤੇ ਇਧਰ ਕੀਰਤਨੀਆਂ ਜਿਹੜਾ ਉਹਨੂੰ 2100 ਰੁਪਈਆ ਦੇਣਾ ਥੋੜਾ ਔਖਾ ਲੱਗਦਾ ਹੈਗਾ ਤੇ ਫਿਰ ਔਖੀ ਹੋਣਾ ਅਸੀਂ ਸੌਖੀ ਨਹੀਂ ਹੋਣਾ ਅਸੀਂ ਕਿਉਂਕਿ ਜਦੋਂ ਗੁਰੂ ਤੋਂ ਬੇਮਖ ਹੋ ਰਹੇ ਆ ਅਸੀਂ ਪ੍ਰਮਾਤਮਾ ਤੋਂ ਬੇਮਖ ਹੋ ਰਹੇ ਆ ਇਹ ਇਹਨਾਂ ਦਾ ਸਤਿਕਾਰ ਕਰਨਾ ਚਾਹੀਦਾ ਸਾਨੂੰ ਰਾਗੀਆਂ ਟੱਡੀਆਂ ਕੀਰਤਨੀਆਂ ਦਾ ਅਸੀਂ ਅਸੀਂ ਉਹਨਾਂ ਦਾ ਸਤਿਕਾਰ ਕੀ ਕਰਨਾ ਅਸੀਂ ਤੇ ਉਥੇ ਉਥੇ ਮਹਾਰਾਜ ਇਹ ਲੋਕਾਂ ਨੂੰ ਐ ਹੁੰਦਾ ਵੀ ਯਾਰ ਵੀ ਉੱਠੀਏ ਕਿਹੜਾ ਵੇਲਾ ਹੋਵੇ ਚਬਦ ਵੱਧ ਪੜਦਾ ਇਹਨਾਂ ਨੇ ਪੂਰਾ ਪੂਰਾ ਟਾਈਮ ਟਾਈਮ ਸੀਮਤ ਹੁੰਦਾ ਉੱਥੇ ਵੀ ਨਵੇੜਦਾ ਨਹੀਂ ਬਗਾ ਹਾਂ ਬਸ ਬਸ ਪਤਾ ਨਹੀਂ ਸੋਚ ਹੀ ਇਹੋ ਜਿਹੀ ਬਣੀ ਪਈ ਆ ਜੀ ਲੋਕਾਂ ਨੂੰ ਬਹਿਣਾ ਔਖਾ ਲੱਗਦਾ ਮਹਾਰਾਜ ਦੇ ਉਹ ਵਾਹੇ ਗੱਲਾਂ ਜਿੰਨੀ ਅਮਰਤੀ ਕਰਾ ਲਓ ਪਰ ਮਹਾਰਾਜ ਦੀ ਹਜੂਰੀ ਚ ਬਹਿਣਾ ਲੋਕਾਂ ਨੂੰ ਬਹੁਤ ਔਖਾ ਲੱਗਦਾ ਪਤਾ ਨਹੀਂ ਕੀ ਚੱਕਰ ਆ ਜੀ ਭੋਗਦੇ ਵੀ ਜਾਂ ਮਤਲਬ ਜਿਵੇਂ ਹਾਂ ਬੱਦ ਸਮੇਂ ਪੂਰੇ ਟਾਈਮ ਟਾਈਮ ਤੇ ਹੀ ਹੁਣਾ ਜੀ ਲੋਕ ਬਾਹਰ ਖੜੇ ਹੁੰਦੇ ਜਦੋਂ ਪਤਾ ਲੱਗਦਾ ਵੀ ਹੁਣ ਮਨਨ ਸਾਹਿਬ ਪੜਨ ਲੱਗ ਪਿਆ 15 ਅਰ ਇਹ ਇਹ ਚੀਜ਼ਾਂ ਕਰਕੇ ਲੋਕ ਔਖੇ ਹੋ ਰਹੇ ਆ ਜੀ। ਹੂੰ। ਗੁਰੂ ਤੋਂ ਬੇਮੁਖ ਜਦੋਂ ਹੁੰਨੇ ਆਣਾ ਆਪਾਂ। ਬੇਮੁਖ ਹੋਏ ਆਰਾਮ ਤੇ ਲੱਗਣ ਤੇ ਨਾ ਮਜੋਗ ਉਹ ਗੱਲ ਬਣਦੀ ਐ। ਇਹ ਸਤਕਾਰ ਕਰਨਾ ਚਾਹੀਦਾ ਗੁਰੂ ਦੇ ਗੁਰੂ ਦਾ ਅਸੀਂ ਨਾ ਗੁਰੂ ਗ੍ਰੰਥ ਸਾਹਿਬ ਦਾ ਸਤਕਾਰ ਬਹੁ ਕਰਦੇ ਲੋਕ ਉਹਦੇ ਵਿੱਚ ਕੋਈ ਸ਼ੱਕ ਨਹੀਂ। ਜੀ। ਪਰ ਗੁਰੂ ਦੇ ਵਜੀਰਾਆਂ ਦਾ ਨਹੀਂ ਕਿ ਸਤਕਾਰ ਕਰਦੇ। ਹੂੰ। ਜਾਂ ਜਿਹੜੇ ਕੀਰਤਨੀ ਉਹਨਾਂ ਦਾ ਸਤਕਾਰ ਨਹੀਂ ਕਰਦੇ। ਚਾਹੀਦਾ ਤਾਂ ਇਹ ਐ ਵੀ ਕੀਰਤਨੀਆਂ ਮੰਨ ਲੋ ਹਣ ਕੀਰਤਨ ਕਰਨ ਆਏ ਉਹਨਾਂ ਭਾਵੇਂ ਹਜ਼ਾਰ ਵੱਧ ਦੇ ਦਿਓ ਤੁਸੀਂ ਕਿਹੜੀ ਗੱਲ ਆ। ਕਾਟਾ ਕੇ ਗੱਲ ਦਾ ਮਾਰ ਨਹੀਂ ਦਿੱਤਾ। ਪਰ ਨਹੀਂ ਉਹ ਇਸ ਪਾਸੇ ਨਹੀਂ ਆਉਣਾ ਚਾਹੁੰਦੇ ਨਹੀਂ ਪਤਾ ਨਹੀਂ ਕੀ ਚੱਕਰ ਹੈ। ਤੇ ਫਿਰ ਲੋਕ ਫਿਰ ਆਮ ਲੋਕ ਕਹਿੰਦੇ ਵੀ ਸਾਈਂ ਧਰਮ ਦੇ ਵਿੱਚ ਜਾ ਰਹੇ ਨੇ ਫਿਰ ਉਹ ਉਹ ਜਾਣਗੇ ਉੱਤਰ। ਫਿਰ ਉਹਨਾਂ ਮਜਬੂਰੀ ਬਣ ਜਾਂਦੀ ਹੈ ਜੀ। ਹੁਣ ਆਮ ਲੋਕ ਕਹਿ ਦਿੰਦੇ ਨੇ ਸਾਨੂੰ ਵੀ ਤੁਸੀਂ ਤੁਹਾਡਾ ਧਿਆਨ ਪੈਸਿਆਂ ਦੇ ਵਿੱਚ ਰਹਿੰਦਾ ਜੀ। ਕਿ ਤੁਸੀਂ ਇਹ ਤੁਸੀਂ ਮਹਾਰਾ ਦੇ ਵਜ਼ੀਰ ਆ ਤੁਸੀਂ ਪੈਸਿਆਂ ਦੇ। ਮੈਂ ਕਹਿੰਦਾ ਜੀ ਬਿਨਾ ਪੈਸੇ ਤੋਂ ਕੋਈ ਕੰਮ ਹੁੰਦਾ? ਜਿਹੜੇ ਸਾਨੂੰ ਇਹ ਗੱਲ ਕਹਿੰਦੇ ਨੇ ਜਾਂ ਵੀ ਤੁਸੀਂ ਪੈਸਿਆਂ ਬਾਰੇ ਤੇ ਉਹਨਾਂ ਨੂੰ ਪੁੱਛੋ ਵੀ ਥੋੜੋ ਤੁਸੀਂ ਪੈਸੇ ਬਣਾ ਸਕਦੇ? ਹੂੰ ਕਿ ਤੁਹਾਡਾ ਪਰਿਵਾਰ ਨਹੀਂ ਹਰ ਇੱਕ ਦਾ ਪਰਿਵਾਰ ਆ ਜੀ। ਕਿਸੇ ਨੂੰ ਕਹਣਾ ਬੜਾ ਸੌਖਾ ਹੁੰਦਾ। ਕਿ ਜਸਨੂ ਇਹ ਤਾਂ ਗਰੰਤੀ ਸਿੰਘ ਤਾਂ ਜਿਹੜੇ ਪਿੰਡਾਂ ਦੇ ਵਿੱਚ ਬੈਠੇ ਆ ਕਿਤੇ ਕੋਈ ਨਵਾਂ ਮੋਟਰਸਾਈਕਲ ਲੈ ਲਵੇ ਨਾ ਕੋਈ ਨਵਾਂ ਕਿਤੇ ਪਿੰਟ ਸ਼ਰਟ ਮੰਨ ਲਓ ਪਾ ਲਵੇ ਤੇ ਭਾਅ ਦੀ ਬਣ ਜਾਂਦੀ ਲੋਕਾਂ ਦੇ ਇਹ ਨਵਾਂ ਮੋਟਰਸਾਈਕਲ ਲੈ ਆ ਯਾਰ ਇਹ ਨਵਾਂ ਪਿੰਟ ਸ਼ਰਟ ਪਾਈ ਫਿਰ ਦਾ ਪਿੰਟ ਸ਼ਰਟ ਪਾਉਣੀ ਨਹੀਂ ਚਾਹੀਦੀ ਇਹਨਾਂ ਨੂੰ ਇਹ ਮਰ ਜ਼ਿਆਦਾ ਚ ਨਹੀਂ ਆਉਂਦਾਗਾ ਬੜਾ ਕੁਝ ਜਿਹੜੇ ਵਿਚਾਰੇ ਆਣਾ ਜਿਹੜੇ ਰਹਿ ਰਹੇ ਆਣਾ ਇਹ ਗਰੰਤੀ ਜੀ ਉਹਨਾਂ ਨੂੰ ਬਹੁਤ ਔਖਾ ਹਰ ਹਰ ਪਿੰਡ ਦੇ ਜਿੰਨੇ ਬੰਦੇ ਨੇ ਹਰ ਬੰਦੇ ਦੀ ਆਪਦੀ ਆਪਦੀ ਸੋਚ ਹੁੰਦੀ ਆ ਜੀ ਉਹ ਵਿਚਾਰੇ ਹੱਥ ਜੋੜੇ ਹੁੰਦੇ ਹਰੇਕ ਦੇ ਕੋਲੇ ਬਸ ਨੀਵੀ ਪਾ ਕੇ ਬਸ ਫਤੇ ਜੀ ਫਤੇ ਜ ਯੰਦ ਕੀ ਹੁੰਦੀ ਹੈ ਗ੍ਰੰਥੀ ਸਿੰਘ ਪੁਰਾਣੇ ਸਭ ਸਤਿਕਾਰ ਹੁੰਦਾ ਜਨਾ ਹਾਂਜੀ ਹਾਂ ਬਹੁਤ ਘੱਟ ਲੋਕ ਨੇ ਜਿਹੜੇ ਗ੍ਰੰਥੀ ਸਿੰਘ ਦਾ ਸਤਿਕਾਰ ਕਰਦੇ ਨੇ ਬੜੇ ਘੱਟ ਜਿਹੜੇ ਕਰਦੇ ਨੇ ਉਹ ਦਿਲੋਂ ਕਰਦੇ ਨੇ ਉਹ ਬਹੁਤ ਹਾਂ ਕਈ ਪਿੰਡ ਵੇਖਿਆ ਜੀ ਬਹੁਤ ਚੰਗੇ ਪਿੰਡ ਨੇ ਪੋਸਤਕਾਰ ਕਰ ਕੇ ਕੀ ਕੀ ਕਮੇਟੀਆਂ ਦੇ ਵਿੱਚ ਤੇ ਅੱਜ ਵੀ ਬੰਦੇ ਵੀ ਆਉਣਗੇ ਜਿਹੜੇ ਮਤਲਬ ਉਹੀ ਬਿਨਾਂ ਗਲਤੀ ਮੁੱਦਾ ਬਣਾ ਹੀ ਰਾਂਗੇ ਮੈਂ ਕਹਿੰਦਾ ਜੀ ਤੁਹਾਨੂੰ ਦੱਸਿਆ ਵੀ ਜੀ ਨੂੰ ਘਰੇ ਨਹੀਂ ਨਾ ਕੋਈ ਪੁੱਛਦਾ ਹਾਂ ਉਹ ਫਿਰ ਉਹ ਅੰਦਰ ਆ ਕੇ ਉਥੇ ਬਾਬੇ ਦੇ ਉੱਤੇ ਉਹਨੇ ਕਹਣਾ ਵੀ ਆ ਨਹੀਂ ਕੀਤਾ ਆ ਨਹੀਂ ਕੀਤਾ ਜਿਉਂ ਨਹੀਂ ਕੀਤਾ ਗੁਰਦੁਆਰੇ ਕਿਹਾ ਹੁੰਦਾ ਹੈ ਹਾਂ ਗੁਰਦੁਆਰੇ ਤੇ ਬੱਸ ਉਹਨੇ ਪਿੰਡ ਲੈ ਉਹ ਤੋਂ ਸ਼ੁਰੂ ਕਰਦੇ ਆਂ ਆਪ ਹਰ ਬੰਦਾ ਕਹਿੰਦਾ ਵੀ ਮੇਰੀ ਪਿੰਡ ਦੇ ਵਿੱਚ ਚੱਲੇ ਹਾਂਜੀ ਜਿਹਦੀ ਪਿੰਡ ਚ ਨਹੀਂ ਚੱਲਦੀ ਉਹ ਕਹਿੰਦਾ ਵੀ ਮੇਰੇ ਮਹੱਲੇ ਦੇ ਵਿੱਚ ਤਾਂ ਚੱਲੇ ਨਾ ਤੇ ਜਿਹਦੀ ਮੰਨ ਲਓ ਮਹੱਲੇ ਚ ਵੀ ਨਹੀਂ ਚੱਲਦੀ ਉਹ ਕਹਿੰਦਾ ਵੀ ਮੇਰੇ ਘਰੇ ਤੇ ਚੱਲੇ ਨਾ ਹੂੰ ਜਿਹਦੀ ਘਰੇ ਹੀ ਨਹੀਂ ਚੱਲਦੀ ਉਹ ਕਹਿੰਦਾ ਫਿਰ ਮੇਰੇ ਬਾਬੇ ਦੇ ਤਾਂ ਚੱਲੂਗੀ ਨਾ ਫਿਰ ਹਾਂ ਬਾਬੇ ਨੂੰ ਆ ਕੇ ਕਹਿੰਦਾ ਵੀ ਤੂੰ ਆਹ ਨਹੀਂ ਕੀਤਾ ਵੀ ਤੂੰ ਉਹ ਨਹੀਂ ਕੀਤਾ ਬਸ ਗ੍ਰੰਥੀ ਦੇ ਅੱਗੇ ਚੜ ਜਾਂਦੇ ਨੇ ਸਾਰੇ ਬਸ ਗ੍ਰੰਥੀ ਦੇ ਅੱਗੇ ਔਖਾ ਜੀ ਪਹੁੰਚਾਰੇਗਾ ਗ੍ਰੰਥੀਆਂ ਬਹੁਤ ਜਿਆਦਾ ਆ ਜਿਹੜਾ ਬੰਦਾ ਜਿਹੜੇ ਜਿਹੜੇ ਫੀਲ ਚ ਹੁੰਦਾ ਉਹਨਾਂ ਨੂੰ ਪਤਾ ਹੁੰਦਾ ਹੈਗਾ ਇਸ ਸੰਥਿਆ ਲੈਣਾ ਕੀ ਹੁੰਦਾ ਮੈਂ ਬਹੁਤ ਜਾਣਦਾ ਪਰ ਦਰਸ਼ਕਾਂ ਨੂੰ ਦੱਸਾਂ ਜੀ ਸੰਥਿਆ ਇਹ ਹੁੰਦਾ ਜੀ ਮਤਲਬ ਹੁਣ ਗੁਰਬਾਣੀ ਆ ਜਿਹੜੀ ਹੁਣ ਗੁਰਬਾਣੀ ਹਰ ਬੰਦਾ ਨਹੀਂ ਪੜ ਸਕਦਾ ਠੀਕ ਆ ਇਹ ਉਹ ਹੁਣ ਅਕਸਰ ਕੋਈ ਵੀ ਕੰਮ ਹੁਣ ਅਜੇ ਤੁਹਾਡੀ ਫੀਲਡ ਆ ਇਹ ਸਿੱਖਣਾ ਪੈਂਦਾ ਕੰਮ ਜੀ ਕਿ ਹੁਣ ਜਿਵੇਂ ਮੰਨ ਲਓ ਸਾਡੇ ਹੁਣ ਡੈਡੀ ਉਹਨੇ ਸਿੱਖੇ ਸੀਗੇ ਉਹ ਪੋਥੀਆਂ ਹੁੰਦੀਆਂ ਜੀ ਗੁਰੂ ਰੰਦਰ ਸਾਹਿਬ ਦੇ ਰੂਪ ਹੁੰਦੇ ਜਿਵੇਂ ਛੋਟੇ ਜੀ ਇਹ ਉਤੋਂ ਫਿਰ ਹੌਣੀ ਹੌਣੀ ਸਿੱਖਣਾ ਪੈਂਦਾ ਜਿਵੇਂ ਇੱਕ ਅੰਗ ਪੜ ਲਿਆ ਉਹਨੂੰ ਫਿਰ ਜਦੋਂ ਇੱਕ ਜਿਵੇਂ ਹੁਣ ਅਸੀਂ ਸਿੱਖੀ ਡਾਡੀ ਨੇ ਇੱਕ ਅੰਗ ਪੜਾ ਦੇਣਾ ਉਹਨੇ ਕਹਣਾ ਵੀ ਇਹਨ ਉਹ ਪਰ ਕਿਵੇਂ ਸੁਣਾਉਣਾ ਜੇ ਮੜਾ ਜਾਵੇ ਲੱਗਣਾ ਵੀ ਨਹੀਂ ਫੇਰ ਫੇਰ 20 ਬਣਾ ਪੜਨਾ ਇਹ ਹੌਲੀ ਹੌਲੀ ਫਿਰ ਇਹਨੂੰ ਸੰਖਿਆ ਕਹੇ ਜਾਂਦਾ ਸੰਖਿਆ ਮੈਂ ਸਿੱਖਣਾ ਯੋ ਐ ਫਿਰ ਉਹ ਪਤਾ ਲੱਗ ਜਾਂਦਾ ਵੀ ਇਹ ਅੱਖਰ ਕਿਵੇਂ ਬੋਲਣਾ ਇਹ ਕਿੱਥੇ ਕਿਵੇਂ ਬੋਲ ਕੇ ਮਤਲਬ ਕਿ ਇੱਕ ਵਿਸ਼ਰਾਮ ਕਿੱਥੇ ਲਾਉਣਾ ਹੈਗਾ ਵੀ ਉਹ ਫਿਰ ਐ ਇਹਨੂੰ ਸੰਖਿਆ ਕਹੇ ਜਾਂਦਾ ਹੈਗਾ ਨੂੰ ਉਹਨਾਂ ਆਮ ਲੋਕ ਜਿਹੜੇ ਪੜ੍ਹਦੇ ਨੇ ਕਈ ਵਾਰ ਅਰਥ ਦਾ ਅਨਰਥ ਹੋ ਜਾਂਦਾ ਜੇ ਨੋ ਪਾ ਗਲਤ ਪੜ ਜਾਂ ਪਾਣੀ ਮੰਨ ਲੋ ਮਤਲਬ ਸੰਥਿਆ ਲੈਣਾ ਮਤਲਬ ਪੂਰੀ ਸਿੱਖਿਆ ਲੈਹਾ ਪੂਰੀ ਸਿੱਖਿਆ ਲੈਣੀ ਹਾਂਜੀ ਉਹ ਪਤਾ ਲੱਗ ਜਾਂਦਾ ਆਪਾਂ ਨੂੰ ਵਿਸ਼ਰਾਮ ਕਿੱਥੇ ਲੈਣਾ ਹੈਗਾ ਗੁਰਬਾਣੀ ਪੜ੍ਹਨੀ ਕਿਵੇਂ ਆ ਜੀ ਇਹ ਕਿੱਥੇ ਕਿਵੇਂ ਬੋਲਣਾ ਹੈਗਾ ਜੋ ਕਈਆਂ ਨੂੰ ਹੁਣ ਮਤਲਬ ਵਿਸ਼ਰਾਮ ਨਹੀਂ ਲੈਣਾ ਪਉਂਦਾ ਉਹ ਫਿਰ ਅਰਥ ਦਾ ਅਨਰਥ ਹੋ ਜਾਂਦਾ ਈ ਉਹ ਇਹ ਹਾਂ ਜਿਹੜਾ 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 ਸਿੱਖ ਦਾ ਹੈਗਾ ਉਹਨੂੰ ਫਿਰ ਪਤਾ ਹੁੰਦਾ ਇਹ ਕਿੱਥੇ ਵਿਸ਼ਰਾਮ ਹੈ ਕਿਹੜੀ ਕਿਵੇਂ ਬੋਲਣਾ ਅਖਰ ਕਿਵੇਂ ਬੋਲਣਾ ਹੈਗਾ ਕਿੱਥੇ ਵਿਸ਼ਰਾਮ ਲੈਣਾ ਫਿਰ ਉਹਨੂੰ ਪਤਾ ਲੱਗ ਜਾਂਦਾ ਇਹਨਾਂ ਗੱਲਾਂ ਦਾ ਜੀ ਜੀ ਇਹ ਹਾਂ ਹੁਣ ਤਾਂ ਥੋੜਾ ਸੌਖਾ ਹੋ ਗਿਆ ਜੋਨਾ ਆਮ ਲੋਕ ਵੀ ਘਰਾਂ ਦੇ ਵਿੱਚ ਵੀ ਪਾਠ ਕਰਦੇ ਨੇ ਸਹਿ ਪਾਠ ਕਰਦੇ ਨੇ ਪੋਥੀਆਂ ਆ ਗਈਆਂ ਜਿਉਂ ਪਤਾ ਲੱਗਦਾ ਵੀ ਇੱਥੇ ਬਿਸ਼ਰਾਮ ਲਾਉਣਾ ਜੋ ਪੜਨਾ ਥੋੜਾ ਸ਼ੌਕ ਹੋ ਗਿਆ ਹੁਣ ਤਾਂ ਬਹੁਤ ਜ਼ਿਆਦਾ ਮੋਬਾਈਲਾਂ ਦੇ ਵਿੱਚ ਵੀ ਆ ਗਿਆ ਹੁਣ ਤਾਂ ਸਭ ਕੁਝ ਉਹੀ ਤਾਂ ਗੱਲ ਹੈ ਵੀ ਆਪਾਂ ਸਮੁੰਦਰ ਦੇ ਕੰਢੇ ਤੇ ਬੈਠੇ ਆ ਜੀ ਪਰ ਆਪਾਂ ਹੈਗੇ ਪਿਆਸੇ ਹੀ ਆ ਜੀ ਆਪਾਂ ਆਪਣੀ ਇਹ ਬਦਕਿਸਮਤੀ ਆਪਾਂ ਇੱਕ ਬੂੰਦ ਨੂੰ ਦੇ ਚੱਕ ਸਕੀਏ ਆਪਣੇ ਕੋਲ ਤਾਂ ਐਡਾ ਵੱਡਾ ਗੁਰੂ ਗ੍ਰੰਥ ਸਾਹਿਬ ਸਾਰਾ ਕੁਝ ਆਪਣੇ ਦਸਾਂ ਗੁਰੂਆਂ ਦੀ ਜੋਤ ਆ ਜੀ ਇਹ ਹਾਂ ਇਹ ਕਿਸੇ ਇਨਸਾਨ ਨੇ ਲਿਖਿਆ ਤਾਂ ਧੁਰੋਂ ਆਈ ਆ ਜੀ ਜੀ ਤੁਰਕੀ ਬਾਣੀ ਆ ਜੀ ਇਹ ਯਾਰ ਵੀ ਅਸੀਂ ਸਾਨੂੰ ਚਾਹੀਦਾ ਵੀ ਇੱਥੇ ਗੁਰੂ ਦੀ ਸਿੱਖਿਆ ਲਾਗੇ ਸਿੱਖਿਆ ਲਾਗੇ ਤੇ ਇਹਨੂੰ ਆਪਦੇ ਹਿਰਦੇ ਦੇ ਵਿੱਚ ਵਸਾਈਏ ਇਹ ਕਿਰਤ ਕਰੋ ਤੇ ਨਾਮ ਜਪੋ ਤੇ ਵੰਡ ਛਕੋ ਇਹ ਸੁਦਾਤਾ ਜਿਹੜਾ ਇਹਨੂੰ ਲਾਗੂ ਕਰੀਏ ਪਰ ਪਿੰਡਾਂ ਦੇ ਵਿੱਚ ਹਜੇ ਬਹੁਤ ਕਮੀਆਂ ਨੇ ਜੀ ਬਹੁਤ ਲੋੜ ਹੈ ਬਹੁਤ ਲੋੜ ਐਨਾ ਚੀਜ਼ਾਂ ਦੀ ਜਿਵੇਂ ਤੁਸੀਂ ਘਰਾਂ ਵਿੱਚ ਪੜ੍ਹ ਕਰਦੇ ਹੋ ਹਕਮ ਨਮਾ ਸਾਹਿਬ ਹੁੰਦਾ ਗ੍ਰਾਪਾਂ ਲੈਣੇ ਆਗੇ ਉਹ ਵੀ ਗੇਰ ਕੀ ਪਰਿਵਾਰ ਤਾਂ ਹੀ ਕੋਈ ਉਹਦੇ ਤੇ ਵੀ ਗੱਲਬਾਤ ਹੁੰਦੀ ਹੈ ਵੀ ਸਾਨੂੰ ਨੇ ਆ ਬਾਬਾ ਜੀ ਗਲਤ ਲੈ ਲਿਆ ਜਾਂ ਕੋਈ ਦੇਖੋ ਸਵਾਲ ਉੱਠਿਆ ਜੀ ਨੇ ਹਾਂ ਹੋ ਜਾਂਦੇ ਆ ਜੀ ਹਰ ਬੰਦੇ ਅੱਡ ਵੱਡੀ ਹੁੰਦੇ ਆ ਜੀ ਆਮ ਤਾਂ ਇਹ ਤੀਜਾ ਦਾ ਹਜੇ ਥੋੜਾ ਹੈ ਨਹੀਂ ਕਈ ਤਾਂ ਹੁਣ ਪਰਿਵਾਰ ਹੁੰਦੇ ਨੇ ਹੁਣ ਜਿਵੇਂ ਹੁਕਮਨਾਮਾ ਮੰਨ ਲਓ ਲਿਆ ਆਪਾਂ ਹਾਂਜੀ ਭੋਗ ਤੇ ਉਹ ਫਿਰ ਕਹਿੰਦੇ ਬਾਬਾ ਜੀ ਇਹ ਲਿਖ ਕੇ ਦੇ ਦੇ ਦਿਓ ਸਾਨੂੰ ਠੀਕ ਹੈ ਯਾ ਵੀ ਲਿਖ ਕੇ ਦੇ ਦਿਓ ਅਸੀਂ ਇਹਦਾ ਜਾਪ ਕਰਿਆ ਕਰਨਾ ਠੀਕ ਹੈ ਜੀ ਹਾਂ ਤੇ ਕਈਆਂ ਨੂੰ ਤਾਂ ਪਤਾ ਹੀ ਨਹੀਂ ਹੁਕਮਨਾਮਾ ਬਸ ਆਏ ਵੀ ਬਸ ਹੁਕਮਨਾਮਾ ਲਿਆ ਚਲੋ ਦੇਖੋ ਰਤਾ ਚਲੋ ਜੀ ਬਹੁਤ ਘਾਟ ਨੇ ਜਿਹੜੇ ਇਹ ਇੱਥੇ ਜਲੇ ਪਾਸੇ ਆ ਜੀ ਜੀ ਹਾਂ ਇਹੋ ਗ੍ਰਾਂਤੀ ਸੰਘ ਹੁਕਮਨਾਮਾ ਲੈਂਦਾ ਉਹ ਕਿਸ ਤਰੀਕੇ ਨਾਲ ਉਹਦੀ ਕੀ ਵਿਧੀ ਹੁੰਦੀ ਆ ਉਹ ਇਹ ਮਰਿਆਦਾ ਹੁੰਦੀ ਆ ਜੀ ਜਿਹੜੀ ਸ਼੍ਰੋਮਣੀ ਕਮੇਟੀ ਦੀ ਮਰਿਆਦਾ ਹੈਗੀ ਆ ਹਾਂ ਜੀ ਇਹ ਹੁਣ ਜਿਵੇਂ ਮਾਰਾ ਪ੍ਰਕਾਸ਼ ਕੀਤਾ ਆ ਆਪਾਂ ਇਧਰੋਂ ਸ਼ੁਰੂ ਕਰਕੇ ਤੇ ਅੰਗ ਇਧਰ ਕਰਕੇ ਇਧਰ ਸਮਾਪਤੀ ਕਰਨੀ ਹੁੰਦੀ ਆ ਜਿਹੜੀ ਟਕਸਾਲ ਆ ਇਹ ਟਕਸਾਲ ਉੱਪਰੋਂ ਲੈਂਦੀ ਆ ਜੀ ਠੀਕ ਆ ਜੀ ਹਾਂ ਉਹ ਹੁਕਮਤਾ ਵਾ ਇਹ ਜੇ ਦੂਜੇ ਪਾਸੇ ਵੀ ਕੋਈ ਹੁਕਮਤਾ ਗੁਰੂ ਸਾਹਿਬ ਦਾ ਜਿੱਥੇ ਮਰਜ਼ੀ ਲੈ ਸਕਦੇ ਆ ਆਪਾਂ ਪਰ ਮਰਿਆਦਾ ਇਹ ਆ ਸ਼੍ਰੋਮਣੀ ਕਮੇਟੀ ਦੀ ਮਰਿਆਦਾ ਇਹ ਆ ਜਦੋਂ ਵੀ ਇਧਰੋਂ ਜਿਵੇਂ ਹ ਕੋਈ ਵੀ ਗੁਰਬਾਣੀ ਜੇ ਮਤਨ ਅਸਰੀ ਰਾਗ ਹੋ ਗਿਆ ਜਾਂ ਸੋਰਠਾਰਾ ਕੋਈ ਸੋਹੀ ਰਾਗ ਜਾਂ ਜਿਵੇਂ ਵੀ ਇਧਰੋਂ ਸ਼ੁਰੂ ਕਰਕੇ ਤੇ ਅੰਗ ਇਧਰ ਲਿਆ ਕੇ ਇਹਦੇ ਲਈ ਪਾਸੇ ਸਮਾਪਤੀ ਕਰਨੀ ਹੁੰਦੀ ਹੈ ਜਿਹੜੇ ਸ਼ਰੋਣੀ ਕਮੇਟੀ ਦੀ ਮਰਜ਼ੀ ਆ ਤੇ ਆਮ ਤਾਂ ਲੋਕ ਵੀ ਜਿੱਥੋਂ ਜੀ ਕਰਦਾ ਉੱਥੋਂ ਵੀ ਲੈ ਲੈਂਦੇ ਨੇ ਹੁਕਮ ਨਾਵਾ ਹਮ ਹੁਕਮ ਦਾ ਹੁਕਮ ਹੀ ਆ ਜੀ ਗੁਰੂ ਸਾਹਿਬ ਦਾ ਪਰ ਮਰਯਾਦਾ ਹੈ ਜੀ ਸ਼ਰੋਣੀ ਕਮੇਟੀ ਦੀ ਜਿਹੜੀ ਮਰਜ਼ੀ ਆ ਤੇ ਆ ਇਹ ਜੀ ਸਾਰੀ ਹੈ ਹਾਂਜੀ ਤੇ ਜਿਸ ਤਰੀਕੇ ਨਾਲ ਤੁਸੀਂ ਗੱਲ ਵੀ ਇਹ ਹੁਕਮ ਨਾਮੇ ਦੀ ਗੱਲ ਹੋ ਗਈ ਉਹਨਾ ਅੱਗੇ ਉਹ ਖਾਨਪਾੜ ਹੁੰਦਾ ਸੀਗਾ ਮਤਲਬ ਚਲੋ ਹੁਣ ਵੀ ਹੋਊਗਾ ਮੈਂ ਕਹਿੰਦਾ ਤੂੰ ਇੱਕ ਧੂਫੀਆ ਹੁੰਦਾ ਸੀ ਨਾ ਕੱਚਾ ਬੰਦਨਾਰ ਹਣਾ ਇਹ ਧੂਫ ਤੇ ਡੋਟੀ ਹੁੰਦੀ ਸੀ ਇੱਕ ਹੁੰਦੀ ਐ ਨਾਲ ਪਿੰਡਾਂ ਦੇ ਵਿੱਚ ਹੈ ਨਾ ਹਾਂ ਉਹ ਉਦੋਂ ਤਾਂ ਹਾਂ ਜੇ ਜੇ ਉਹਨੂੰ ਤਾਂ ਹੁੰਦਾ ਸੀਗਾ ਹੁਣ ਤਾਂ ਲੋ ਪਾੜ ਗਰਬਾਣੀ ਤਾਂ ਅਸੀਂ ਕਈ ਵਾਰ ਕਰਦੇ ਹੁੰਨੇ ਆ ਸਾਡੇ ਤਾਂ ਕਈ ਪਾਰਟੀ ਸੰਘਾਂ ਦੇ ਵਿਚਾਰਾਂ ਤੇ ਗੱਲ ਖਰਾਬ ਹੋ ਗਈ ਐ ਜੀ ਅਜਾ ਗੱਲੇ ਖਰਾਬ ਹੋ ਗਿਆ ਜੀ ਉਹ ਹੁਣ ਜਿਵੇਂ ਹੁਣ ਮੰਨ ਲਓ ਹੁਣ ਕਿਸੇ ਦੇ ਘਰੇ ਪਾੜ ਰੱਖਿਆ ਜੀ ਵੀ ਉਹ ਪਾੜ ਨਹੀਂ ਸੋ ਨਾ ਇਹ ਧੂਫ ਜਰੂਰ ਲਾ ਦੇਣੀ ਐ ਐ ਸੋ ਲਾ ਦੇਣੀਆਂ ਜਾ ਕੇ ਜਦੋਂ ਮੜੀ ਜੀ ਖਤਮ ਹੋਣਾਂ ਦੀ ਉਦੋਂ ਫੇਰ ਉਹ ਕਈਆਂ ਪਾਟੀਆਂ ਦੇ ਵਿਚਾਰੇ ਗਲੇ ਖਰਾਬ ਹੋ ਗਿਆ ਜੀ ਇਸ ਚੀਜ਼ ਤਾ ਐ ਤੂ ਫੁਲਾ ਲਾ ਹਾਂ ਤੂ ਲਾ ਲਾ ਉਹ ਪਤਾ ਨਹੀਂ ਇਹ ਸਮਝਦਿਆ ਵੀ ਖਣੇ ਜੀ ਤੂ ਫੁਨਾ ਲਾਈ ਵੀ ਪਤਾ ਨਹੀਂ ਖਣੀ ਪਹਾੜ ਹੀ ਖੰਡਣ ਹੋ ਜਾਣਾ ਹੈਗਾ ਉਹ ਕਈਆਂ ਦੇ ਵਿਚਾਰਿਆਂ ਦੇ ਗਲੇ ਖਰਾਬ ਮੇਰੇ ਡੈਡੀ ਦਾ ਗਲਾ ਖਰਾਬ ਹੋ ਗਿਆ ਸੀ ਇਸੇ ਚੱਕਰ ਚ ਆ ਤੂ ਫੁਨਾਲੀ ਹਾਂ ਤੂ ਫੁਨਾਲੀ ਉਹ ਜਦੋਂ ਐ ਲੱਗ ਜਾਂਦੀ ਸੀ ਉਹ ਫਿਰ ਚੜਦੀ ਸੀ ਗਲੇ ਨੂੰ ਉਹ ਫਿਰ ਮੂੰਹ ਬੰਨ ਲੈਂਦੇ ਹੁੰਦੇ ਸੀ ਤੇ ਉਹ ਬਹੁਤ ਕਹਿੰਦੇ ਹੁੰਦੇ ਸੀ ਵੀ ਉਹ ਜਦੋਂ ਪੇਰੇ ਘਰੇ ਪਾਰ ਰੱਖਣਾ ਸੀ ਉਹਨੇ ਸਮਝਾਉਣਾ ਵੀ ਨਹੀਂ ਇਹਦੀ ਪਰ ਨਹੀਂ ਲੋਕ ਨਹੀਂ ਜੋ ਬਾਣੀ ਸੋਨ ਨਾ ਤੂੰ ਉਹ ਬੋ ਨਹੀਂ ਬੋਣੀ ਬੁਝਣੀ ਚਾਹੀਦੀ ਜੀ ਮਤਲਬ ਕਿ ਐ ਆ ਵੀ ਫਣੀ ਜੇ ਤੂੰ ਬੁਝ ਗਈ ਤੇ ਪਤਾ ਨਹੀਂ ਖਣੀ ਪਾੜ ਕੰਡਣ ਹੋ ਜਾਣਾ ਹਾਂ ਉਹ ਤੂਹ ਦੇ ਵਿੱਚੋਂ ਸਮੈਲ ਐ ਹੋਜੀ ਆਉਂਦੀ ਆ ਜੋ ਗੱਲ ਨੂੰ ਬਹੁ ਫੜਦੀ ਐ ਜੋ ਗਲਾ ਖਰਾਬ ਹੋ ਜਾਂਦਾ ਉਹਦੇ ਨਾਲ ਤੇ ਉਹ ਇਹ ਫੇ ਸਮਝਦੇ ਵੀ ਖਣੀ ਵੀ ਮੈਂ ਤੂਹਣੀ ਬੁਝ ਨਹੀਂ ਜਾ ਰਿਹਾ ਮੈਂ ਤੂੰ ਵੇ ਜਾ ਕੇ ਪੱਕਾ ਰਹੂਗਾ ਇੱਕ ਪੱਕਾ ਰਹੂਗਾ ਨਹੀਂ ਉਹ ਐ ਟਾਈਮ ਹੁੰਦਾ ਜੀ ਮਤਲਬ ਬਾਹਰ ਤੁਰੇ ਫਿਰਨਾ ਫਿਰ ਪਤਾ ਹੁੰਦਾ ਵੀ 10 ਘੰਟੇ ਬਾਅਦ ਆਣਾ ਦੁਬਾਰਾ ਲਾਉਣੀ ਪੈਣੀ ਆ ਔਰ ਬੰਦਾ ਤੇ ਕਿੰਨੇ ਟਿਕਾ ਦਾ ਬਾਅਦ ਫਿਰ ਚਲਾ ਜਾਂਦਾ ਗ੍ਰੰਥੀ ਇੱਕੇ ਵੇ ਨਾ ਉਹ ਗ੍ਰੰਥੀ ਦਾ ਵਿਚਾਰ ਰਵਾਨ ਹੋ ਜਾਂਦਾ ਉਹਨੇ ਜਕਰ ਦੇ ਬੱਚਾ ਉਹ ਔਖਾ ਹੋ ਜਾਂਦਾ ਫਿਰ ਗੱਲ ਬਹਿ ਜਾਂਦਾ ਹੈ ਹਾਂ ਫਿਰ ਔਰ ਮੂੰਹ ਬੰਨਣਾ ਪੈਂਦਾ ਉਹਨੂੰ ਇਹ ਇਹ ਚਾਹੀਦਾ ਇਹਨਾਂ ਚੀਜ਼ਾਂ ਦਾ ਸਿੱਖਾ ਨੂੰ ਦਾ ਹਾਂ ਜਿਹੜੇ ਸਿੱਖਾਂ ਦੇ ਘਰੇ ਬੱਚੇ ਜੰਮੇ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਇਹਨਾਂ ਚੀਜ਼ਾਂ ਦਾ ਹਾਂ ਵੀ ਛਾਣ ਨੂੰ ਆਪਾਂ ਕੀ ਬਾਣੀ ਪੜਦੇ ਆਂ ਅਮਰਤ ਵੇਲੇ ਕੀ ਬਾਣੀ ਪੜਦੇ ਆਂ ਆਪਾਂ ਚਲੋ ਖੰਡ ਪਾੜ ਕਰਾਉਨੇ ਆਂ ਆਪਾਂ ਕੀ ਕਿਵੇਂ ਕੀ ਵਿਧੀ ਹੁੰਦੀ ਆ ਕੀ ਇਹਦੀ ਮਰਜ਼ਾ ਦਾ ਹੈ ਬੱਚਾ ਨੂੰ ਤਾਂ ਪਤਾ ਹੋਣਾ ਚਾਹੀਦਾ ਇਹਨਾਂ ਦਾ ਤੇ ਹੁਣ ਤਾਂ ਬੱਚਾ ਨੂੰ ਪਤਾ ਬਹੁਤ ਠੀਕ ਹੈ ਮੈਂ ਦੀ ਆ ਨਹੀਂ ਆਮ ਲੋਕਾਂ ਨੂੰ ਪਤਾ ਹੀ ਨਹੀਂ ਇਹਨਾਂ ਗੱਲਾਂ ਦਾ ਵੀ ਨਹੀਂ ਤਾਂ ਆ ਹੁਣ ਜਿਵੇਂ ਹੁਣ ਮੰਨ ਲਓ ਅਸੀਂ ਜੇ ਉਦੋਂ ਜਦੋਂ ਆਪਦੇ ਪਿੰਡ ਨਹੀਂ ਦੇ ਜਦੋਂ ਸਿੱਖਿਆ ਹੁਣੀ ਸੀਗਾ ਅਸੀਂ ਪਰ ਸਾਨੂੰ ਤਾਂ ਵੀ ਪਤਾ ਸੀਗਾ ਵੀ ਹੁਣ ਆਨੰਦ ਸਿਹਾ ਪੜਦੇ ਆ ਹੁਣ ਅਰਦਾਸ ਹੋਊਗੀ ਹੁਣ ਹੁਕਮਨਾਮਾ ਹੋਊਗਾ ਹੁਣ ਨਹੀਂ ਨਾ ਬੱਚਿਆਂ ਦਾ ਮਤਲਬ ਕਿ ਹੈ ਨਹੀਂ ਧਿਆਨ ਨਹੀਂ ਹੈ ਇਹਨਾਂ ਬੱਚਿਆਂ ਦਾ ਬਾਕੀ ਸਕੂਲਾਂ ਦੇ ਵਿੱਚ ਵੀ ਲੋਕ ਇੰਨਾ ਬੱਚਿਆਂ ਨੂੰ ਸਿਖਾ ਨਹੀਂ ਰਹੇ ਜੀ ਸਕੂਲਾਂ ਦੇ ਵਿੱਚ ਜਿਹੜੇ ਉਹ ਵੀ ਪੜਾਉਣ ਸਿੱਖੀ ਦੇ ਨਾਲ ਜੋੜਨਾ ਉਹ ਵੀ ਨਹੀਂ ਸਿੱਖੀ ਦੇ ਨਾਲ ਜੋੜਦੇ ਇਹ ਬਾਕੀ ਪਰਵਾਰ ਆ ਜਿਹੜੇ ਪਰਿਵਾਰ ਆ ਉਹਦੇ ਬੱਚਿਆਂ ਨੂੰ ਸਮਝਾਉਣਾ ਮੈਂ ਹੁਣ ਮੈਂ ਘਰ ਆ ਉਹਦੇ ਬੱਚੇ ਨੂੰ ਗੁਰਬਾਣੀ ਪੜ੍ਹਾਉਣਾ ਜੀ ਕਿੰਨੇ ਚੋਗਾ ਹੈਗਾ ਮੈਂ ਇਹ ਪੜਦਾ ਫੋ ਨਹੀਂ ਅੱਜ ਵੀ ਅੱਗੇ ਪਿੰਡਾਂ ਦੇ ਵਿੱਚ ਸਕੂਲਾਂ ਦੇ ਵਿੱਚ ਸੋਰੀ ਸਕੂਲਾਂ ਨਹੀਂ ਅੱਗੇ ਪਿੰਡਾਂ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਬੱਚੇ ਸ਼ਾਮ ਨੂੰ ਕਈ ਵਾਰ ਆ ਜਾਂਦੇ ਸੀ ਪੜ੍ਹ ਸਿੱਖਣ ਆਪਸੇ ਹੁਣ ਕਿੰਨੇ ਕਿਉਂ ਨਾ ਜੀ ਨਾ ਹੁਣ ਕਿੱਥੇ ਹੁਣ ਤਾਂ ਕਿਸੇ ਨੇ ਮੈਨੂੰ ਕਿਹੇ ਗੁਰਦੁਆਰੇ ਟਾ ਮੇਟਾ ਵੀ ਹੋਣਗੇ ਇਹ ਟਕਸਾਲ ਦੇ ਸਿੰਘ ਆ ਜਿਹੜੇ ਜਿਹੜੇ ਗੁਰਦੁਆਰਿਆਂ ਦੇ ਬੈਠੇ ਉਹ ਥੋੜਾ ਵੀ ਉਹ ਕਰਦੇ ਆ ਉਹ ਬੱਚਿਆਂ ਦਾ ਸਿਖਾਈ ਉਹਨਾਂ ਨੇ ਬੱਚਿਆਂ ਨੂੰ ਨਹੀਂ ਤਾਂ ਆਮ ਕਿਸੇ ਗੁਰ ਆ ਪਿੰਡਾਂ ਦੇ ਵਿੱਚ ਹੈ ਨਹੀਂ ਜੀ ਹੁਣ ਉਹ ਗੱਲਾਂ ਹੈ ਨਹੀਂ ਹੁਣ ਲੋਕ ਹੀ ਵੇਜਣਾ ਆੜ ਗਏ ਹਾਂ ਜਿਹੜੀਆਂ ਜਿਵੇਂ ਤੁਸੀਂ ਕਹਿੰਨੇ ਪਏ ਨਾ ਮੈਨੂੰ ਵੀ ਪਤਾ ਉਹ ਗੱਲਾਂ ਦਾ ਨਿਸ਼ਾਨ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਜਾਂਦੇ ਹੁੰਦੇ ਲੋਕ ਤੇ ਬਾਬਾ ਜਵਜੀ ਸਾਹਿਬ ਦਾ ਪਾਲ ਸਕਾਉਂਦੇ ਹੁੰਦੇ ਸੀ ਜਿਨ੍ਹਾਂ ਨੇ ਸਿੱਖਿਆ ਹੋਇਆ ਹਜੇ ਵੀ ਉਹਨਾਂ ਨੂੰ ਯਾਦ ਆ ਸਹੀ ਹੈ ਤੇ ਉਹ ਹੁਣ ਹੈ ਨਹੀਂ ਜੀ ਹੁਣ ਨਹੀਂ ਹੁਣ ਤਾਂ ਕੋਈ ਆਉਂਦਾ ਹੀ ਨਹੀਂਗਾ ਕਹਿ ਕੇ ਕਹਿ ਕੇ ਕਹਿ ਕੇ ਕਿ ਇਹਨਾਂ ਨੇ ਜਿਹੜੇ ਟਕਸਾਲ ਸਿਕੋਂ ਤੋਂ ਲਾਉਂਦੇ ਸਮਾਂ ਉਹਨਾਂ ਨੇ ਕੀਤੇ ਸ਼ੁਰੂ ਪਰ ਘਟਨੇ ਬਹੁਤ ਘਟਨੇ ਹਾਂ ਥੋੜਾ ਜਿਹਾ ਹੁਣ ਨਾ ਇੱਕ ਚੀਜ਼ ਦਾ ਫਰਕ ਪਿਆ ਜੀ ਵੀ ਹੁਣ ਨਾ ਥੋੜਾ ਜਿਹਾ ਬ ਆ ਜਾਨੋੜਾ ਕੰਮ ਲੱਗੇ। ਹਾਂ ਇੱਕ ਹਾਂ ਇੱਕ ਚੀਜ਼ ਮੈਂ ਵੇਖੀਆ ਹੁਣ ਵੀ ਬੱਚਿਆਂ ਦੇ ਜੂੜੇ ਹੁਣ ਲੋਕਾਂ ਨੇ ਸ਼ੁਰੂ ਕੀਤੇ ਰੱਖਨੇ। ਇਹ ਵਿੱਚੋਂ ਜੋ ਤਾਂ ਕਿਰਾ ਸਾਰੇ ਬੱਚਿਆਂ ਨੇ ਮਨਾਤੇ ਸੀ ਵਾਲ ਪਰ ਹੁਣ ਜਿਹੜੇ ਨਵੇਂ ਬੱਚੇ ਛੋਟੇ ਆ ਜਿਹੜੇ ਪੰਜਾ ਪੰਜਾ 10 10 ਸਾਲਾਂ ਦੇ ਉਹਨਾਂ ਦੇ ਤਕਰੀਬਨ ਤਕਰੀਬਨ ਕੋਈ ਗੁਰਦਾਰ ਸਾਹਿਬ ਵੇਖਦੇ ਰਹਿੰਦਾ ਵੀ ਉਹਨਾਂ ਨੇ ਜੂੜੇ ਮਤਲਬ ਕਿ ਰੱਖੇ ਆ। ਇਹ ਇਹ ਚੀਜ਼ ਥੋੜੀ ਜਿ ਮੈਨੂੰ ਮਰੀਆ ਲੱਗਦੀ ਆ। ਇਹ ਚਲੋ ਆ ਵੀ ਸਿੱਖੀ ਵਾਲੇ ਪਾਸੇ ਤਾਂ ਥੋੜਾ ਜਿਹਾ ਤਾਂ ਜੂੜੇ ਆਣਾ ਥੋੜਾ ਜਿਹਾ ਹਾਂ ਥੋੜਾ ਜਿਹਾ ਤਾਂ ਆ ਆਏ ਜਾਣਾ ਚਲੋ ਬੱਚੇ ਆ ਉਹਦੇ ਕੇਸ ਤਾਂ ਰ ਮੈਨੂੰ ਉਹਨਾਂ ਦੱਸਣਾ ਕਿ ਇਸਾਂ ਦੀ ਮਹੱਤਤਾ ਕੀ ਆ ਇਹ ਕਿਸੇ ਕਿਵੇਂ ਲਏ ਨੇ ਕਿਸੇ ਕਿਵੇਂ ਲਏ ਆ ਇਹ ਵੇਖਾਂਗੇ ਆ ਹਾਂਜੀ ਹਾਂ ਇਹ ਇੱਕ ਇੱਕ ਗੱਲ ਇਹ ਵੀ ਆਪਣੀ ਗੱਲ ਕਰੀ ਹੋਕਾਦੋਨ ਵਾਲੀ ਬਹੁਤ ਹੁੰਦੀਆਂ ਹਾਂ ਹਾਂ ਲੋਕਾਂ ਦਾ ਪੁੱਛਣਾ ਜੀ ਇਹ ਕਈਆਂ ਪਿੰਡਾਂ ਦੇ ਵਿੱਚ ਤਾਂ ਹੈ ਨਹੀਂਗਾ ਜੀ ਅੱਛਾ ਜੀ ਇਹ ਅੱਜ ਸਾਡਾ ਜਿਹੜਾ ਪਿਛਲਾ ਪਿੰਡ ਆ ਉੱਥੇ ਬਹੁਤ ਸੀ ਜੀ ਕਿਵੇਂ ਉੱਥੇ ਤਾਂ ਮੰਨ ਲਓ ਜੇ ਕਿਸੇ ਦੀ ਮੱਝ ਗਵਾਚ ਗਈ ਤਾਂ ਆ ਗਏ ਜੀ ਅੱਛਾ ਜੇ ਕਿਸੇ ਦੀ ਗਾਂ ਗਵਾਚ ਗਈ ਤਾਂ ਆ ਗਏ ਇਹ ਚੀਜ਼ ਬਹੁਤ ਆ ਕਈਆਂ ਪਿੰਡਾਂ ਦੇ ਵਿੱਚ ਬੰਦਾ ਹੁਣ ਮੰਨ ਲਓ ਹੁਣ ਦੁਪਹਿਰੇ ਬੰਦ ਹੁਣ ਜਿਹੜਾ ਬੰਦਾ ਹੁਣ ਨਿਤਨੇਮ ਕਰਦਾ 2:30 ਵਜੇ ਉੱਠਿਆ ਹੀ ਉਹ ਉਹਨੇ ਮਤਲਬ ਨਿਤਨੇਮ ਕਰਕੇ ਕੋਈ ਗੱਦਾ ਲਿਆ ਕੇ ਰੋਟੀ ਬਣਾ ਕੇ ਖਾ ਕੇ ਜਦੋਂ ਬੰਦਾ ਪਿਆ ਹਜੇ ਮੜਾ ਪਿਆ ਹੀ ਹੁੰਦਾ ਉਹਨੇ ਕੋਈ ਨਾ ਕੋਈ ਆ ਜਾਂਦਾ ਆ ਬੱਬਾਈ ਵਾਹ ਦੇ ਉਹ ਅੱਧੇ ਪੂਰੇ ਕਣਕ ਆ ਗਈ ਆ ਜਾਂ ਕਿਸੇ ਦੀ ਮੱਝ ਖੁੱਲ ਗਈ ਆ ਕਿਸੇ ਦੀ ਗਾਂ ਖੁੱਲ ਗਈ ਇਹ ਚੀਜ਼ਾਂ ਬਹੁਤ ਆ ਜੀ ਹਜੇ ਵੀ ਕਈਆਂ ਬੰਡਾ ਦੇ ਵਿੱਚ ਹਾਂ ਜੇ ਨਾ ਮੰਨ ਲਓ ਕਿ ਤੇ 10 ਵਜਾ ਦੇਤੀਆਂ ਜੀ ਤੁਸੀਂ ਇੱਕ ਵਾਜ ਕਿਤੇ ਨਾ ਦਿੱਤੀ ਮੰਨ ਲਓ ਸੁੱਤੇ ਪਏ ਤੁਸੀਂ ਕਹੇ ਤਾਂ ਮੰਨ ਲਓ ਬਾਅਦ ਚਾ ਜੀ ਯਾਰ ਅੱਧੇ ਘੰਟੇ ਬਾਅਦ ਬੱ ਉਹ ਜਿਹੜੇ 10 ਵਜੇ ਸਵੇਰੇ ਦਿੱਤੀਆਂ ਉਹ ਤੁਹਾਡੀਆਂ ਖੁੱਝ ਪੈ ਗਈਆਂ ਜਿਹੜੀ ਇੱਕ ਨਹੀਂ ਦਿੱਤੀ ਉਹ ਨਾਲ ਨਾਲ ਪ੍ਰੋ ਕਮੇਟੀ ਕੋਲ ਚਲਾ ਜਾਣ ਬਾਬੇ ਨੇ ਸਾਡੀ ਆਵਾਜ਼ ਨਹੀਂ ਦਿੱਤੀ ਯਾਰ ਐ ਆ ਜੋ ਉਹ ਵਿਚਾਰੇ ਦੀ ਉਦੋਂ ਫੇਰ ਸ਼ਾਮਤ ਆ ਜਾਂਦੀ ਹੈ ਵੀ ਆਓ ਬਾਬਾ ਜੀ ਤਹੀ ਆਵਾਜ਼ ਕਿਉਂ ਨਹੀਂ ਦਿੱਤੀ ਇਹ ਬਹੁਤ ਆ ਜੀ ਅਸੁੱਤਾ ਜਿਹੜਾ ਮਹਾਰਾਜ ਵਜੀਰਾ ਇਹਨਾਂ ਚੀਜ਼ਾਂ ਆਸਤੇ ਹੈ ਹੀ ਨਹੀਂ ਉਹ ਹਮ ਮਹਾਰਾਜ ਵਜੀਰੇ ਨੇ ਸੱਚਾ ਚਾਹ ਰਬ ਕੋਈ ਮੱਝ ਗਵਾਚ ਕੇ ਕੋਈ ਗਾਂ ਗਵਾਚ ਕੇ ਇਹਨਾਂ ਚੀਜ਼ਾਂ ਆਤ ਨਹੀਂਗਾ ਤੁਸੀਂ ਆਵਾਜ਼ ਦੇ ਦਿਓ ਜਾ ਕੇ ਹਮ ਇਹ ਬਾਬਾ ਜੀ ਸੁੱਤੇ ਪਏ ਆ ਤੜਕੇ ਤੇ ਉੱਠੇ ਪਏ ਆ ਉਹਨਾਂ ਥੋੜਾ ਸੋਚਣਾ ਚਾਹੀਦਾ ਇਹ ਥੋੜੇ ਆਪ ਹੀ ਲੋਕਾਂ ਨੂੰ ਇਹ ਚੀਜ਼ਾਂ ਹਜੇ ਬਹੁਤ ਆਜੀ ਪੰਡਾਂ ਦੇ ਵਿੱਚ ਨੇ ਜਾਣੇ ਦੇ ਹਿੱਸੇ ਜਿਸ ਤਰੀਕੇ ਨਾਲ ਆਪਾਂ ਗੱਲ ਕੀਤੀ ਚਲੋ ਹਰ ਧਰਮ ਦਾ ਉਹ ਸਿਸਟਮ ਹੁੰਦਾ ਹਰ ਧਰਮ ਦੀ ਆਪ ਦੇ ਸਵਰੇ ਤੀਰਵਾ ਜੋ ਕੁਝ ਹਾਂਜੀ ਹਾਂਜੀ ਠੀਕ ਹੈ ਜਿਵੇਂ ਮਤਲਬ ਮੰਦਰਾਂ ਦੇ ਵਿੱਚ ਪੰਡਤ ਨੇ ਪੁਜਾਰੀ ਨੇ ਠੀਕ ਹੈ ਉਹ ਮਤਲਬ ਆਰਤੀ ਕਰਦੇ ਨੇ ਜੋ ਕੁਝ ਉਹਨਾਂ ਦੇ ਧਰਮ ਦੇ ਵਿੱਚ ਹੈ ਹਾਂਜੀ ਹਾਂ ਉਹਨਾਂ ਨੂੰ ਜੋ ਉੱਤਰੋਂ ਮਿਲਦੀ ਹੈ ਤਨਖਾਹ ਉਹ ਇੱਕ ਅਲੱਗ ਵਿਸ਼ਾ ਨਾਲ ਉਹ ਚਲੋ ਕੋਈ ਉਹਨਾਂ ਤੋਂ ਪੱਤਰੀਆਂ ਦਸਾਉਂਦੇ ਨੇ ਕੋਈ ਉਹਨਾਂ ਤੋਂ ਯਾਤਰੀਆਂ ਬਣਾਉਂਦੇ ਨੇ ਵਾ ਕੋਈ ਤਨਖਾਹ ਹਰ ਜੀ ਲੋਕ ਬਣਾਉਂਦੇ ਨੇ ਉਹ ਮੱਥਾ ਦੇ ਦੇ ਰਹਿੰਦੇ ਹਾਂਜੀ ਹਾਂਜੀ ਠੀਕ ਐ ਚਲੋ ਜਿਹੜਾ ਐਸਆਈ ਤੁਹਾਨੂੰ ਆ ਗਿਆ ਜੀ ਪਾਸਟਰ ਮਤਲਬ ਇਹਨਾਂ ਦਾ ਹੋਰ ਤਰੀਕਾ ਹੈ ਹਾਂਜੀ ਹਾਂਜੀ ਮਤਲਬ ਆਤ ਗ੍ਰਾਂਤੀ ਨੂੰ ਮਤਲਬ ਆਪਦੀ ਜਿਹੜੀ ਉਹ ਤਿੰਨ ਹਜ਼ਾਰ ਤੋਂ ਬਿਨਾ ਕੁਝ ਹੋਰ ਹੈ ਨਾ ਜੀ ਹਾਂ ਹਾਂ ਇਹ ਅਭੀ ਜੇ ਕਿਵੇਂ ਹੁਣ ਮਾਲਕ ਕਿਸ ਨੇ ਅਰਦਾਸ ਕਰਵਾਈ ਆ ਜੀ ਨਹੀਂ ਹੁਣ ਕਈਆਂ ਪਿੰਡਾਂ ਦੇ ਵਿੱਚ ਨਾ ਮੇਰਾ ਦੋਸਤ ਆ ਜੀ ਕੋਈ ਇੱਥੇ ਜਗਰਾਉਂ ਵੇਰੀ ਦੇ ਵਿੱਚ ਰਹਿ ਕੇ ਆਸੀ ਜੀ ਉਹ ਹੁਣ ਤਨਖਾਹ ਦਿੰਦੇ 7000 ਰੁਪਇਆ ਠੀਕ ਐ ਉਹਦੇ ਵਿੱਚ ਇਹ ਸੀ ਜੀ ਉਹ ਸੁਬਾ ਸੁਖਨੀ ਸਾਹਿਬ ਦਾ ਪਾਠੇ ਕਰਦਾ ਸੀ ਤੇ ਜਿਹੜੀ ਸੁਖਨੀ ਸਾਹਿਬ ਦੀ ਸੇਵਾ ਸੀ ਨਾ ਭੇਟਾ ਸੀ ਉਹ ਵੀ ਕਮੇਟੀ ਰੱਖਦੀ ਸੀ ਤੇ ਅੱਗੋਂ ਪਿੱਛੋਂ ਜੇ ਕੋਈ ਅਰਦਾਸ ਹਲਾ ਆ ਗਿਆ ਨਾ ਜੀ ਇਹ ਅਰਦਾਸ ਜਿਵੇਂ ਪਰਿਵਾਰ ਨੇ ਕਿਹਨੇ 100 ਰੁਪਏ ਦਿੱਤਾ ਤੇ ਉਹ ਵੀ ਉਹਨੇ ਗੋਲਕ ਚ ਪਾਉਣਾ ਜਾਂ ਕਮੇਟੀ ਨੂੰ ਦੇਣਾ ਉਹ ਵੀ 100 ਰੁਪਏ ਰੱਖ ਨਹੀਂ ਸਕਦਾ ਸੀ ਅਰਦਾਸ ਆਜੋ ਠੀਕ ਹੈ ਹਾਂ ਉਹ ਬਚਾਰਾ ਇਸੇ ਇਸ ਜਿਸਮ ਤੋਂ ਦੋਤ ਨਿਕਲਿਆ ਛੱਡ ਆਇਆ ਉਹ ਇੰਨਾ ਹੀ ਯਾਰ ਵੀ ਇਹ ਤੇ ਅਰਦਾਸ ਦੇ ਪੈਸੇ ਵੀ ਮੇਰੇ ਕੋਲੋਂ ਖੋਈ ਜਾਂਦੇ ਆ ਛੱਡ ਕੇ ਆ ਗਿਆ ਕਰੇ ਆ ਜੀ ਹੁਣ ਹਰ ਕਿਹ ਹੈ ਹਾਂ ਉਹ ਕੰਦਾ ਨਹੀਂ ਕਰਨੀ ਵੀਰ ਦਾ ਹੱਥ ਤੇ ਪੈ ਹੀ ਉਹ ਕਹਿੰਦਾ ਸਾਡੇ ਯਾਰ ਦਾਸ ਕਿਸੇ ਨੇ ਮੰਨ ਲਓ ਕਿਸੇ ਪਰਿਵਾਰ ਨੇ ਕਰਾਇਆ ਆਪਦੇ ਚੜ੍ਹਦੀ ਕਲਾ ਦੇ ਉਹ ਉਹ ਵੀ ਲੈ ਲੈਂਦੇ ਸੀ ਜੀ ਉਹ ਇਕ ਮਾਰ ਆਇਆ ਤਾਂ ਹੁਣ ਵੇਖੋ ਜੀ ਆਪਾਂ ਨਿੱਕੀ ਜਿਹੀ ਗੱਲ ਕਰਦੇ ਆਪਾਂ ਹੁਣ ਕੋਈ ਕੇਸ ਕਰਦੇ ਆਂ ਜੀ ਆਪਾਂ ਹੁਣ ਕੋਈ ਵਕੀਲ ਕੀਤਾ ਮੰਨ ਲਓ ਹੁਣ ਆਪਾਂ ਵਕੀਲ ਨੂੰ ਜੇ ਪੈਸੇ ਦਿੰਨੇ ਆ ਵਕੀਲ ਫੇਰ ਹੀ ਅੱਗੇ ਕੇਸ ਝਗੜਦਾ ਨਾ ਜ਼ੋਰ ਲਾਉਂਦਾ ਉਹ ਇਹ ਵੀ ਇੱਕ ਮਾਰ ਇਹਦਾ ਵਜੀਰ ਆ ਤਰਨਾ ਪਉਂਦਾ ਅਰਦਾਸ ਕਰਦਾ ਪਰਿਵਾਰ ਦੀ ਚੜ੍ਹਦੀ ਕਲਾ ਦੇ ਵਾਸਤੇ ਤੇ ਜੇ ਕੋਈ ਪਰਿਵਾਰ ਉਹਨਾਂ ਦੇ ਵੀ ਦਿੰਦਾ ਤੇ ਕੋਈ ਕੋਈ ਵੱਟੀ ਘਾਲ ਨਹੀਂ ਗਈ ਹਾਂ ਇਹ ਜੀ ਆਪਾਂ ਉਹ ਵੀ ਉਹਦੇ ਕੋਲੋਂ ਆਪਾਂ ਖੋਲ ਗਏ ਆਪਾਂ ਵੀ ਇਹ ਬਾਬਾ ਇਹ 100 ਰੁਪਇਆ ਵੀ ਅਸੀਂ ਰੱਖਾਂਗੇ ਕਮੇਟੀ ਰੱਖੋਗੇ ਸਾਡੇ ਸਹੀ ਹੈ ਫਿਰ ਕਾਦੀ ਗੱਲ ਆ ਜੀ ਇਹ ਫਿਰ ਤਾਂ ਉਹ ਜਲੀਲ ਕਰਨ ਵਾਲੀ ਗੱਲ ਆ ਉਹ ਉਹਨਾਂ ਕੋਲ ਜਵਾਬ ਇਹ ਹੁੰਦਾ ਜਦੋਂ ਅਸੀਂ ਅਸੀਂ ਤਨਖਾਹ ਦੇ ਅਸੀਂ ਤਨਖਾਹ ਦੇ ਰਹੇ ਇਹਨਾਂ ਨੂੰ ਆਪਾਂ ਤਨਖਾਹ ਦੇ ਵਿੱਚ ਸਾਰਾ ਕੁਝ ਪੂਰਾ ਕਰ ਦਿੰਦੇ ਹਾਂ ਕਿਤੇ ਤੁਸੀਂ ਵੇਖਿਆ ਵੀ ਕਿਸੇ ਕਮੇਟੀ ਦਾ ਪ੍ਰਧਾਨ ਜਾਂ ਕਿਸੇ ਕਮੇਟੀ ਦਾ ਜਿਹੜਾ ਕੋਈ ਸੈਕਟਰੀ ਆ ਜਾਂ ਉਹਦਾ ਬੱਚਾ ਕੋਈ ਪਾਰਟੀ ਵੇਖਿਆ ਇੱਕ ਵੀ ਵਿਖਾ ਦਿਓ ਪੰਜਾਬ ਦੇ ਵਿੱਚ ਇੱਕ ਵੀ 1% ਵੀ ਨਹੀਂ ਹੋਣੀ ਮੇਰੇ ਸਾਹ ਦੇ ਵਿੱਚ ਯੋਨੀ ਬਣਾਉਂਦੇ ਨੂੰ ਪਤਾ ਉਹਨਾਂ ਨੂੰ ਵੀ ਇਹਦਾ ਕੋਈ ਇਹਦਾ ਕਿਹੜਾ ਕੋਈ ਪੁਚਰਾ ਸਾਰੇ ਦੇ ਬੱਚੇ ਬਾਹਰ ਸੱਟਾ ਪ੍ਰਧਾਨ ਅਰੇ ਗਵਨ ਨੂੰ ਫਿਰਦਾ ਕੋਈ ਪ੍ਰਧਾਨ ਸਾਰੇ ਬੰਦੇ ਪਰ ਕੋਈ ਗ੍ਰੰਥੀ ਇਹਦਾ ਕੋਈ ਮੈਨੂੰ ਕਿਸੇ ਪ੍ਰਧਾਨ ਦਾ ਜਾਂ ਕਿਸੇ ਕੋਈ ਸੈਕਟਰੀ ਦਾ ਜਾਂ ਕੋਈ ਰਖਿਆਨਚੀ ਦਾ ਕੋਈ ਬੱਚਾ ਮੈਨੂੰ ਵਿਖਾ ਦੋ ਵੀ ਇਹ ਗ੍ਰੰਥੀ ਬਣਿਆ ਵਾ ਕਿਸੇ ਗੁਰਦੁਆਰਾ ਸਾਹਿਬ ਦੇ ਵਿੱਚ ਡਿਊਟੀ ਕਰਦਾ ਮਤਲਬ ਨਹੀਂ ਉਹਨਾਂ ਨੂੰ ਪਤਾ ਕਿ ਜਿਵੇਂ ਅਸੀਂ ਚਲੀਲ ਕਰਦੇ ਹਾਂ ਇਹਨਾਂ ਨੂੰ ਗ੍ਰੰਥੀਆਂ ਨੂੰ ਹੂੰ ਚਲੋ ਸਾਰੇ ਨਹੀਂ ਮੈਂ ਮਾੜੇ ਕਹਿੰਦਾ ਸਾਰੇ ਨਹੀਂ ਮਾੜੇ ਆ ਵੀ ਸਾਰੇ ਕਈ ਕਮੇਟੀਆਂ ਵਾਲੇ ਬਹੁਤ ਚੰਗੇ ਨੇ ਮੈਨੂੰ ਦੱਸਿਆ ਨਾ ਵੀ ਮੈਂ ਸਾਈਆਂ ਵਾਲੇ ਰਿਆਂ ਜੀ ਉਹਨਾਂ ਨੇ ਮੇਰੇ ਦੋ ਪ੍ਰੈਸ਼ਨ ਕਰਵਾਏ ਨੇ। ਯਾ ਉਹ ਮੈਂ ਉਹਨਾਂ ਦਾ ਦੇਣ ਨਹੀਂ ਦੇ ਸਕਦਾ ਵਿਚਾਰਿਆਂ ਦਾ। ਪਰ ਬਹੁਤ ਕਾਟ ਨਹੀਂ। ਅੱਜ ਮਤਲਬ ਤੁਹਾਡੀ ਹਾਲਾਤ ਇਹ ਵੀ ਨਾ ਤੁਹਾਡੇ ਕੋਲ ਅਧਿਕਾਰ ਹੈ। ਨਾ ਜੀ। ਨਾ ਤੁਸੀਂ ਬੱਚੇ ਦਾ ਇਲਾਜ ਕਰਵਾਵਾਰੇ ਹੋ। ਨਾ ਤੁਸੀਂ ਆਉਂਦਾ ਹੈ। ਨਾ ਉਹਦਾ ਉਹ। ਹੁਣ ਇਹ ਵੀ ਹੁਣ ਪਾਠਾਂ ਤੇ ਜ ਜਿੰਨੇ ਪਾਠ ਹੋ ਗਏ ਉਹਨੇ ਉਪਰ। ਸੇਵਾ ਕਰਦਿਆਂ ਦਾ ਮਤਲਬ ਇਹ ਕੰਮ ਦੇ ਵਿੱਚ ਤੁਹਾਨੂੰ 19 ਸਾਲ ਹੋ ਗਏ। ਸੇਵਾ ਕਰਦਿਆਂ ਦੇ ਲੋ ਵੀ ਇੰਨਾ ਚਿਰ ਹੋ ਗਿਆ ਮਾਰਦ ਕਹਿੰਨੇ ਆਂ ਹੀ ਮਾਰਦ ਆ ਵਜੀਰਾ। ਇਹ ਪਰ ਕੁਝ ਹੈ ਨਹੀਂ। ਮਤਲਬ ਪੈਸਾ ਲੋੜ ਹੈ ਮਤਲਬ ਇਹ ਨਹੀਂ ਪੈਸਾ ਲੋੜ ਹੈ ਹੁਣ ਆਮ ਲੋਕ ਆਮ ਲੋਕ ਕਹਿੰਦੇ ਨੇ ਵੀ ਵੀ ਇਹਨਾਂ ਨੇ ਇਹ ਹੁਣ ਇਹ ਤੱਕ ਇਹੀ ਬਣਾ ਲਿਆ ਜੀ ਇਹਨਾਂ ਨੇ ਇਹਨਾਂ ਦਾ ਰੋਜ਼ਗਾਰ ਇਹਨਾਂ ਦਾ ਧਿਆਨ ਹੀ ਪੈਸਿਆਂ ਦੇ ਵਿੱਚ ਰਹਿੰਦਾ ਠੀਕ ਹੈ ਕੀ ਮੈਨੂੰ ਦੱਸੋ ਵੀ ਕੋਈ ਪੈਸੇ ਤੋਂ ਬਣਾ ਕੋਈ ਚੀਜ਼ ਆ ਸਕਦੀ ਹੈ ਪੈਸੇ ਤੋਂ ਬਣਾ ਕੋਈ ਨਹੀਂ ਚੀਜ਼ ਹੁੰਦੀ ਜੀ ਪੈਸਾ ਬਹੁਤ ਜ਼ਰੂਰੀ ਹੈ ਜ਼ਿੰਦਗੀ ਦੇ ਵਿੱਚ ਹੁਣ ਜਿਹੜੇ ਸਾਨੂੰ ਕਹਿੰਦੇ ਆ ਹੁਣ ਆਮ ਗੋਲਕਾ ਨਹੀਂ ਲੱਗੀਆਂ ਗੁਰੂ ਘਰਾਂ ਦੇ ਬੱਚਾ ਹਰ ਹਰ ਕਮੇਟੀ ਨੇ ਆਪ ਦੀ ਗੋਲਕ ਰੱਖੀ ਹੋਈ ਹੈ ਤੇ ਜੇ ਗ੍ਰਾਂਥੀ ਕਦੇ ਮੰਗਦਾ ਮੰਨ ਲਓ ਤੇ ਉਹ ਗ੍ਰਾਂਥੀ ਨੂੰ ਕਹਿੰਦੇ ਇਹਨਾਂ ਨੇ ਰੋ ਇਹੰਦਾ ਨਹੀਂ ਆ ਜੀ ਇਹ ਕਿਰਤਾ ਗੁਰੂ ਸਾਹਿਬ ਨੇ ਕਿਹਾ ਸੀ ਸਾਨੂੰ ਆ ਉਹ ਬੰਦਾ ਆਪਦਾ ਸਮੇਂ ਚ ਸਮਾਂ ਕੱਢਦਾ 파ਟ ਚੱਲਦਾ ਠੀਕ ਹੈ ਉਹ ਗੁਰੂ ਨਾਲ ਜੇ ਕੋਈ ਗਲਤੀ ਕਰ ਦੋ ਲੈਦਾ ਵਾਲ ਪਰ ਉਹ ਤਾਂ ਯਾਰ ਉਹ ਮਤਲਬ ਬੰਦੇ ਉਹਨਾਂ ਦਾ ਸੰਭਾਲ ਕੇ ਜਿਹੜਾ ਬੰਦਾ ਗੁਰਦੁਆਰਾ ਸਾਹਿਬ ਦੇ ਵਿੱਚ ਡਿਊਟੀ ਕਰਦਾਣਾ ਜੀ ਹਾਂ ਜੀ 24 ਘੰਟੇ ਡਿਊਟੀ ਦੇ ਰਿਆ ਉਹ ਹਾਂ 24 ਘੰਟੇ ਰਹਿੰਦਾ ਗੁਰਦੁਆਰਾ ਸਾਹਿਬ ਦੇ ਵਿੱਚ ਉਹ ਸਹੀ ਹੈ ਕਿਹਦੀ ਤਾਂ ਦਿੰਦਾ ਨਾਲ ਪਹਿਰੇ ਦੀ ਵੀ ਦਿੰਦਾ ਡਿਊਟੀ ਰਾਤ ਨੂੰ ਹਾਂ ਹੁਣ ਤੁਸੀਂ ਦੇਖੋ ਇਸ ਤਰੀਕੇ ਨਾਲ ਬੇਅਦਬੀਆਂ ਹੋਈਆਂ ਗਲਤੀਆਂ ਸੰਗੀਆਂ ਸਰ ਤੋਂ ਬੋਏ ਬੋਏ ਹਾਂ 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 ਇਹ 24 ਘੰਟੇ ਡਿਊਟੀ ਹੈ ਜੀ ਉਹਦੀ। ਸਮਰੀ ਕਾਲ। ਯਾ ਕੀ ਹਰ ਹੀ ਦੇ ਵੀ ਘਾ ਲੋਟ ਪੈਂਦੀ ਹੈ ਵੀ ਕੁਝ ਕੁਝ ਵੀਡੀਓ ਆਈਆਂ। ਵੀ ਗ੍ਰਾਂਥੀ ਸਿੰਘ ਵੀ ਗਲਤ ਕੰਮ ਕਰ। ਹਾਂ ਹੋ ਸਕਦਾ ਜੀ। ਮੈਂ ਨਹੀਂ ਕਹਿੰਦਾ। ਹੋ ਸਕਦਾ। ਗ੍ਰਾਂਥੀ ਵੀ ਕਹੀ ਆ ਵੇਖੀ ਆ ਇੱਕਦਮ ਵੀਡੀਓ। ਹਾਂ ਬਹੁਤ ਮਾੜੇ ਆ ਜੀ ਕਈ ਗ੍ਰਾਂਥੀ। ਬੀਬੀਆਂ ਦਾ ਮਾੜਾ ਕੰਮ ਹੋਦਾ। ਇਹ ਹੁੰਦਾ ਜੀ ਗਰੰਟੀ ਦਾ ਹੁੰਦਾ ਜਿਹੜੇ ਪਿੰਡੋਂ ਤੁਸੀਂ ਰਹਿ ਕੇ ਆਏ ਜਣਾ ਲੋਕ ਥੋਡੀਆਂ ਗੱਲਾਂ ਕਰਨ। ਮੈਂ ਸਾਈਆਂ ਵਾਲੇ ਪਿੰਡ ਦੇ ਵਿੱਚ ਰਹਿ ਕੇ ਆ ਤੁਸੀਂ ਮੇਰੇ ਬਾਰੇ ਪੁੱਛ ਕੇ ਵੇਖੋ ਮੈਂ ਹੁਣ ਵੀ ਜਾਨਣਾ ਸਾਰੇ ਪਰਿਵਾਰਾਂ ਨਾਲ ਵਰਤਦਾ ਉਹਨਾਂ ਦੇ ਨਾਲ। ਠੀਕ ਹੈ। ਜੀ ਹਾਂ ਜਦੋਂ ਵੀ ਅਰਧ ਸਪੈਸ਼ਲ ਅਰਦਾਸ ਕਰਨ ਵਾਸਤੇ ਸਾਧਦੇ ਮੈਨੂੰ ਕਹੀਓ ਠੀਕ ਹੈ ਜੀ ਹਾਂ ਭਈ ਗ੍ਰਾਂਟ ਵੀ ਗਲਤ ਨਹੀਂ ਸਾਡੇ ਬਹੁਤ ਹੂੰ ਜਾਂ ਮੈਂ ਥੋੜਾ ਇਹ ਲੱਗਾ ਹੈ ਕਿ ਗ੍ਰਾਂਟੀਆਂ ਨੂੰ ਵੀ ਇਹ ਲੱਗਾ ਲੱਗਿਆ ਤੁਹਾਨੂੰ ਕਾਰਨ ਵੀ ਦੱਸ ਦੇਣਾ ਜੀ ਇਹ ਵੀ ਕਾਰਨ ਦੱਸ ਦੇਣਾ ਤੁਹਾਨੂੰ ਹੁਣ ਮੰਨ ਲਓ ਮੈਂ ਕਮੇਟੀ ਨੂੰ ਇਹ ਗੱਲ ਕਹਿ ਰਿਹਾ ਜੀ ਵੀ ਮੇਰਾ 3000 ਨਾ ਨਹੀਂ ਸਰਦਾ ਮੰਨ ਲਓ ਮੈਂ ਕਹਿਣਾ ਉਹ ਕਮੇਟੀ ਅੱਗੋਂ ਇਹ ਗੱਲ ਕਹਿੰਦੀ ਬਾਬਾ ਜੀ ਤੁਸੀਂ ਤੁਹਾਨੂੰ ਅਸੀਂ 3000 ਦਿੰਨੇ ਆ ਨਾ ਤੇ ਜਿਹੜਾ ਪਿੱਛੇ ਕੋਈ ਹੋਰ ਖੜਾ ਹੋ ਕਹਿੰਦਾ ਮੈਂ 2000 ਚਾਹੁੰਦਾ ਫਿਰ ਉੱਥੇ ਕੋਈ ਜਵਾਬ ਹੀ ਨਹੀਂ ਸਾਡੇ ਕੋਲ ਅੱਛਾ ਕੀ ਕਰਨਾ ਉਹ 2000 ਦੇ ਵਿੱਚ ਜਿਹੜਾ ਆ ਰਿਹਾ ਉਹ ਇਹ ਗੱਲ ਸੋਚਦਾ ਵੀ ਯਾਰ ਵੀ ਮੈਨੂੰ ਰਹਿਣ ਨੂੰ ਜਗ੍ਹਾ ਮਿਲ ਜਾਣੀ ਆ ਮੈਨੂੰ ਦੁੱਧ ਲਿਓ ਦੁੱਧ ਮਿਲ ਜਾਣਾ ਮੈਨੂੰ ਬਿਜਨੀ ਦਾ ਪੈ ਰਹੇ ਦੇਣਾ ਪੈਣਾ ਆਟਾ ਹੋ ਜਾਣਾ ਇੱਥੇ ਬਸ ਕਮੇਟੀ ਨੇ ਵੀ ਇਹ ਸੋਚ ਲਿਆ ਵੀ ਇਹ ਕੱਟ ਲੈਂਦਾ ਪਰ ਅਸੀਂ ਇਹ ਨਹੀਂ ਸੋਚਦੇ ਵੀ ਉਹ ਬੰਦਾ ਕੌਣ ਆ ਕਿਵੇਂ ਆ ਉਹ ਕਿੱਥੋਂ ਜਿੱਥੋਂ ਰਹਿ ਕੇ ਆਇਆ ਉਹ ਕਿਹੜੇ ਵੇਚ ਦੇ ਵਿੱਚੋਂ ਕੱਢਿਆ ਹੋਇਆ ਉਹਦਾ ਕੈਰੈਕਟਰ ਕਿਹੋ ਜਿਹਾ ਉਹਦਾ ਪਰਿਵਾਰ ਕਿਹੋ ਜਿਹਾ ਉਹ ਇਹ ਚੀਜ਼ਾਂ ਜਦੋਂ ਅਸੀਂ ਨਹੀਂ ਨਾ ਦੇਖਦੇ ਉਦੋਂ ਕਿਤੇ ਨਾ ਕਿਤੇ ਮਿਸ ਅੰਡਰਸਟੈਂਡਿੰਗ ਹੁੰਦੀ ਹੁੰਦੀ ਉਹਦਾ ਫਿਰ ਉਹ ਚੀਜ਼ ਦਾ ਗਲਤ ਮਤਲਬ ਨਿਕਲਦਾ ਹੈਗਾ ਜਲਦੋਂ ਜਿਹੜੇ 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 ਉਸਤਾਦਾਂ ਦੇ ਚੰਡੇ ਆਣਾ ਜੀ ਉਹ ਗਲਤ ਕੰਮ ਨਹੀਂ ਕਰਦੇ ਜੀ ਕਿਹੜਾ ਸਾਡੇ ਨਾਲ ਦੇ ਟਕਸਾਲੀ ਸਿੰਘ ਬੈਠੇ ਗੁਰਦੁਆਰਿਆਂ ਦੇ ਵਿੱਚ ਇੰਨਾ ਇੰਨਾ ਚਿਰਫ ਹੋ ਗਏ ਜੀ ਬੈਠਿਆਂ ਨੂੰ ਵੀ ਮਤਲਬ ਨਹੀਂ ਆ ਮੈਂ ਅਸਾਂ ਨਾਲ ਰਹਿ ਕੇ ਐਂ ਬੋਲਦਾ ਰਹਿ ਕੇ ਤੁਸੀਂ ਪੁੱਛ ਕੇ ਵੇਖੋ ਕੋਈ ਮਤਲਬ ਨਹੀਂ ਜਿਹੜੇ ਚੰਗੇ ਨੇ ਉਹ ਇਹ ਇਹ ਚੀਜ਼ ਬਹੁਤ ਆ ਜੀ ਅਸੀਂ ਮੈਂ 2-3 ਕੇਸ ਵੇਖਿਆ ਉਹ ਸਿਰਫ ਉਹਨਾਂ ਨੇ ਤਨਖਾਹ ਘਟ ਦੇ ਲਾਲਚ ਦੇ ਵਿੱਚ ਰੱਖੇ ਸੀ ਇਹ ਬੰਦੇ ਉਹ ਬੰਦੇ ਗਲਤੀਆਂ ਕਰ ਗਏ ਇਹ ਤਾਂ ਇਹ ਉਹੀ ਤਾਂ ਵੀ ਇੱਥੇ ਗੁਣਾ ਦੀ ਤੇ ਕਦਰ ਨਹੀਂ ਪੈਂਦੀ ਕਿ ਜਿਹੜੇ ਬੰਦੇ ਕੋਲ ਕਰੋਨਾ ਉਹ ਵੀ ਵਿਚਾਰਾ ਉੱਥੇ ਆ ਤੇ ਜਿਹਦੇ ਕੋਲ ਨਹੀਂ ਉਹ ਵੀ ਬਰਾਬਰ ਖੜਾ ਹੋ ਉੱਥੇ ਉਸੇ ਲੈਣ ਦੇ ਵਿੱਚ ਇਹ ਚੀਜ਼ ਬਹੁਤ ਹੈ ਇਹ ਚੂ ਨਾ ਕੁੱਲ ਮਿਲਾ ਕੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਇਹ ਹਾਲਾਤ ਹੈ ਵੀ ਤੁਹਾਨੂੰ ਇਹ ਲੱਗਦਾ ਕਿ ਪਿੰਡਾਂ 'ਚ ਗ੍ਰਾਂਥੀ ਸਿੰਘ ਨਹੀਂ ਰਹਿਣੇ ਨਹੀਂ ਮੈਂ ਮੇਰੇ ਮੰਨਣ ਤਾਂ ਮੈਂ ਇਹਦਾ ਬਹੁਤ ਘੱਟ ਦੇਖਦੇ ਪਏ ਆ ਜੀ ਹਾਂ ਕਈਆਂ ਨੇ ਬਣਾਏ ਆ ਉਹਦੇ ਬੱਚੇ ਜਿਹੜੇ ਉਹ ਉਹਨਾਂ ਨੇ ਬਣਾਏ ਜਿਨ੍ਹਾਂ ਨੂੰ ਪਤਾ ਵੀ ਆਮਦਨ ਹੈਗੀ ਆ ਸਾਨੂੰ ਪਿੰਡ ਦੇ ਵਿੱਚ ਸਾਡਾ ਰਿਗਾਰਡ ਚੱਲਿਆ ਸਾਨੂੰ ਪ੍ਰੋਗਰਾਮ ਪੈਂਦੇ ਆ ਉਹ ਉਹਨਾਂ ਨੇ ਤਾਂ ਬਣਾਉਣੇ ਬਣਾਉਣੇ ਆ ਹੂੰ ਕਿਉਂਕਿ ਕੋਈ ਵੀ ਕੰਮ ਜਿਹੜਾ ਬੱਚਾ ਮਾਂ ਪਿਓ ਆ ਦੇ ਬੱਚੇ ਨੂੰ ਉਹ ਜਿਹਦੇ ਵਿੱਚੋਂ ਉਹ ਫਾਇਦਾ ਦਿੱਤਾ ਜਿਹਦੇ ਵਿੱਚ ਉਹਨਾਂ ਨੂੰ ਇਨਕਮ ਦੇ ਦਿੱਤੀ ਆ ਤੇ ਜਿਹੜੇ ਨੂੰ ਨਹੀਂ ਦੱਸਦਾ ਸਾਡੇ ਰਿਕਨ ਤੇ ਉਹ ਫਿਰ ਕਹੂਗਾ ਵੀ ਕੋਈ ਹੋਰ ਕੰਮ ਕਰ ਲਾਂਗੇ ਆਪਾਂ ਤੇ ਫਿਰ ਕੰਮ ਦੇ ਵਿੱਚ ਨਹੀਂ ਕੋਈ ਹੈ ਨਹੀਂਗਾ ਇਹਦੇ ਵਿੱਚ ਹੋਰ ਕੰਮ ਕਰਾਂਗੇ ਕੋਈ ਤੇ ਗ੍ਰਾਂਤੀ ਸੰਗ ਧਾਗੇ ਤੋ ਇਤਨੀ ਦੇ ਲੱਭ ਜਾਂਦੇ ਆ ਨਾ ਜੀ ਜਿਹੜਾ ਅਜੇ ਮਰਜ਼ਾਦਾ ਵਿੱਚ ਨਹੀਂ ਹੈ ਚੀਜ਼ਾਂ ਮਰਜ਼ਾਦਾ ਤਾਂ ਆ ਹਾਂ ਕਈ ਦਿੰਦੇ ਨੇ ਮਤਲਬ ਕਿ ਮੱਜਾਂ ਨੂੰ ਪੇੜੇ ਬਣਾ ਬਣਾ ਦਿੰਦੇ ਨੇ ਹਾਂ ਉਹੀ ਪਾਟ ਦੇ ਦਰਦਰ ਨੇ ਮੇਰੇ ਬੀਬੀਆਂ ਚਲੇ ਜਾਂਦੀਆਂ ਜਾਂਦੀਆਂ ਨੇ ਹਾਂ ਪਰ ਇਹ ਮर्यादा ਚ ਨਹੀਂ ਮर्यादा ਨਹੀਂ ਆ ਮੇ ਮर्यादा ਤੁਰੂ ਨਹੀਂ ਇਹ ਗਏ ਤਾਂ ਨਹੀਂ 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 ਮर्यादा ਇਹ ਚੀਜ਼ਾਂ ਹੁੰਦੀਆਂ ਪਰ ਕਰਦੇ ਨੇ ਮਤਲਬ ਕਿ ਬਹੁਤ ਗ੍ਰੰਥੀ ਇਹ ਚੀਜ਼ਾਂ ਉਹ ਫਿਰ ਗੱਲ ਫਿਰ ਉਹੀ ਹੁੰਦੀਆਂ ਨੇ ਗੱਲ ਫਿਰ ਸਾਰੀ ਮੁੜਕੁੜ ਕੇ ਪੈਸੇ ਤੇ ਆ ਜਾਂਦੀ ਹਾਂ ਵੀ ਹੁਣ ਗ੍ਰੰਥੀ ਨੂੰ ਮੰਨ ਲਓ ਹੁਣ ਮਾਲਾ ਨੂੰ ਉਹ ਇਹ ਆ ਵੀ ਚੱਲ ਯਾਰ ਕੋਈ ਨਕਦ ਪੈਸਾ ਆ ਜੇ ਕੋਲੇ ਉਪਰ ਉਪਰ ਲਾਲਚ ਦੇ ਵਿੱਚ ਫਿਰ ਉਹ ਜਿਹੜਾ ਕੰਮ ਨਹੀਂ ਕਰਨਾ ਉਹ ਵੀ ਕਰ ਜਾਂਦਾ ਹੂੰ ਉਹ ਫਿਰ ਮर्यादा ਉਲਟ ਵੀ ਚੱਲ ਜਾਂਦਾ ਮर्यादा ਨਹੀਂ ਆ ਪਰ ਬਣਾ ਕੇ ਦੇਊਗਾ ਫਿਰ ਉਹ ਪਰ ਤੇ ਹੈ ਨੀ ਗਰਮਤ ਦੇ ਵਿੱਚ ਮਨਾਈ ਹੈ ਨਾ ਜੀ ਮਨਾਈ ਹਾਂਜੀ ਹਾਂ ਤਾਂ ਗਲਤ ਹੈ ਜੀ ਇੱਕ ਆਖਰੀ ਗੱਲ ਕੋਈ ਤੁਸੀਂ ਅਪੀਲ ਕੋਈ ਸਨੇਹਾ ਦੇਣਾ ਜਾਓ ਦਰਸ਼ਕਾਂ ਨੂੰ ਨਹੀਂ ਸਨੇਹਾ ਤਾਂ ਨਹੀਂ ਜੀ ਇਹ ਮੇਰੀ ਤਾਂ ਮੇਰੀ ਇੱਕ ਫੀਲ ਆ ਜੀ ਲੋਕਾਂ ਨੂੰ ਵੀ ਸਿੱਖ ਕੌਮ ਦੇ ਵਿੱਚ ਹੁਣ ਕਿੰਨੇ ਬਾਹਰ ਬੈਠਿਆ ਜੀ ਲੋਕ ਅਮਰੀਕਾ ਦੇ ਵਿੱਚ ਜਿਹੜੇ ਉਹਨਾਂ ਨੂੰ ਚਾਹੀਦਾ ਜੀ ਵੀ ਜਿਹੜੇ ਇਹ ਗਰੀਬ ਜਿਹੜੇ ਰਾਗੀ ਟਾਟੀ ਪਰਿਵਾਰ ਨੇ ਨਾ ਇਹਨਾਂ ਦਾ ਇਹਨਾਂ ਦੀ ਬਾਹ ਫੜਨੀ ਚਾਹੀਦੀ ਹੈ ਜਿਹੜੇ ਅਸਲ ਲੋੜਵੰਦ ਪਰਿਵਾਰ ਉਨਾ ਦੀ ਪਾਪੜਨੀ ਚਾਹੀਦੀ ਆ ਤੇ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਔਖਾ ਹੋ ਜਾਊਗਾ ਜੀ ਵੀ ਕੋਈ ਗ੍ਰੰਥੀ ਬਹੁਤ ਘੱਟ ਮੈਨ ਲੱਭਣਗੇ ਆ ਮੈਂ ਇੱਕ ਵੀਡੀਓ ਵੇਖੀ ਸੀ ਜੀ ਉਹ ਉਹ ਬੰਦਾ ਆਨੰਦ ਕਾਰਜ ਕਰਦਾ ਪਿਆ ਸੀ ਕੋਈ ਪਾਠੀ ਸੀ ਤੇ ਬਿਲਕੁਲ ਕੱਚੀ ਬਾਣੀ ਉਹਦੀ ਕੱਚੀ ਬਾਣੀ ਦੇ ਵਿੱਚ ਉਹਨੇ ਲਾਵਾਂ ਕੀਤੀਆਂ ਹੀ ਲਾਵਾਂ ਫਿਰ ਮੇਰੇ ਪੜੇ ਹੋ ਨਹੀਂ ਤੇ ਉਹ ਬਿਲਕੁਲ ਕੱਚੀ ਬਾਣੀ ਸੀ ਉਹਦੀ ਪਤਾ ਨਹੀਂਦਾ ਹੈਗਾ ਕੀ ਪੜਦਾ ਕੀ ਨਹੀਂ ਤੇ ਉਹ ਇਹ ਨਾ ਹੋਵੇ ਵੀ ਇਹੋ ਜਿਹੇ ਹਾਲਾਤ ਬਣ ਜਾਣ ਜਿਹਨੂੰ ਨਹੀਂ ਪੜਨਾ ਹੁੰਦਾ ਉਹ ਵੀ ਬੰਦਾ ਬਹਿ ਕੇ ਬਾਣੀ ਪੜਨ ਲੱਗ ਜਾਵੇ ਕਿਉਂਕਿ ਜਿਹੜਾ ਲੋਕਾਂ ਨੇ ਬੱਚੇ ਹੀ ਨਾ ਬਣਾਏ ਆ ਉਹਦੇ ਗ੍ਰੰਥੀ ਤੇ ਫਿਰ ਹੋਰ ਧਰਮ ਲਈ ਫ ਇਹ 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 ਕਦਰ ਵਾਲੀ ਕੰਟੀ ਆ ਇਹ ਹਾਂ ਇਹ ਇਹ ਜਿਹੜੇ ਗਰੀਬ ਸਿੱਖ ਲੋੜਵੰਦ ਪਰਿਵਾਰ ਨੇ ਗਰੀਬ ਪਰਿਵਾਰ ਉਹਨਾਂ ਦੀ ਬਾਹ ਫੜਨੀ ਚਾਹੀਦੀ ਆ ਫੇਰ ਇਹ ਕਾਮਯਾਬ ਹੋਣਗੇ ਕਿਉਂਕਿ ਵੇਖੋ ਜੀ ਆਪਾਂ ਕੋਈ ਵੀ ਕੰਮ ਕਰਦੇ ਆ ਹੁਣ ਤੁਸੀਂ ਇਹ ਤੁਹਾਡਾ ਕੰਮ ਆਈ ਜੇ ਤੁਹਾਨੂੰ ਕੋਈ ਆਮਦਨ ਹੀ ਨਾ ਹੋਈ ਫਿਰ ਤੁਹਾਡਾ ਮਨ ਖੁਸ਼ ਨਹੀਂ ਹੋਣਾ ਨਹੀਂ ਹੁੰਦਾ ਖੁਸ਼ ਨਹੀਂ ਹੁੰਦਾ ਮਨ ਜੇ ਜਿਹਨੂੰ ਜੇ ਸਾਨੂੰ ਕਿਸੇ ਵੀ ਕੰਮ ਦੇ ਵਿੱਚ ਜੇ ਤੁਹਾਨੂੰ ਕੋਈ ਉਹਦੇ ਵਿੱਚ ਇਨਕਮ ਹੁੰਦੀ ਆ ਫਿਰ ਸਾਡਾ ਮਨ ਖੁਸ਼ ਹੁੰਦਾ ਉਹ ਅਸੀਂ ਉਹ ਚਾਣਾ ਕੰਮ ਕਰਦੇ ਆ ਜੇ ਗ੍ਰਾਂਟ ਨਹੀਂ ਕਰਦੇ ਗ੍ਰਾਂਟ ਦੇਖਦਾ ਕੰਮ ਸੇਵਾ ਦਾ ਤੇ ਪੱਤਰਕਾਰ ਦਾ ਕੰਮ ਵੀ ਸੇਵਾ ਦਾ ਹਾਂ ਬਿਲਕੁਲ ਸੇਵਾ ਦਾ ਬਰ ਜੇ ਸਾਨੂੰ ਕੋਈ ਪੈਸਾ ਹੀ ਨਾ ਹੋਵੇ ਸੇਵਾ ਵੀ ਕਿਵੇਂ ਕਰੇ ਬਿਲਕੁਲ 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 ਹਰ ਇੱਕ ਦੇ ਕੋਲ ਜਾਣਾ ਹਰ ਇੱਕ ਤੁਸੀਂ ਵੀ ਗੱਲ ਸੁਣਦੇ ਹੋ ਤੇਲ ਮਚਾ ਕੇ ਆਉਣਾ ਤੇਲ ਮਚਾ ਕੇ ਆਉਣਾ ਉੱਥੇ ਆਨੋ ਇਹ ਹੁੰਦਾ ਵੀ ਚਲੋ ਕੋਈ ਜਾ ਕਿਤੋਂ ਪੈਸਾ ਆਊਗਾ ਕਿਤੋਂ ਹਾਂ ਮਰ ਉਹ ਹੀ ਗੱਲ ਤੁਹਾਡੇ ਵਾਲੀ ਜੇ ਇੱਕ ਪੈਸਾ ਹੀ ਨਿਕਲੇ ਸੇਵਾ ਕਿੱਥੋਂ ਹਾਂ ਫਿਰ ਉਹੀ ਗੱਲ ਹੈ ਨਾ ਹੁਣ ਤੁਹਾਡੇ ਪਰਿਵਾਰ ਨੇ ਹਾਂ ਤੇ ਇੰਨੇ ਬੰਦੇ ਹੋ ਸਾਰੇ ਸਾਰਿਆਂ ਦੇ ਪਰਿਵਾਰ ਨੇ ਤੁਹਾਡੇ ਹਰ ਚੀਜ਼ ਦਾ ਖਰਚਾ ਹੈਗਾ ਤੇ ਉਹ ਫਿਰ ਜੇ ਮੰਨ ਲਓ ਕੋਈ ਹੈ ਹੀ ਨਾ ਤਾਂ ਫਿਰ ਆਪਾਂ ਹੁਣ ਪੈਸੇ ਨਾਲ ਤਾਂ ਕੋਈ ਗੱਲ ਬਣ ਨਹੀਂ ਨਾ ਸਹੀ ਹੈ ਪੈਸੇ ਤੋਂ ਬਣਾ ਕੋਈ ਗੱਲ ਨਹੀਂ ਬਣਦੀ ਕੀ ਮਤਲਬ ਜੇ ਪੈਸਾ ਵੀ ਜ਼ਰੂਰੀ ਆ ਸੇਵਾ ਵੀ ਜ਼ਰੂਰੀ ਆ ਸ਼ਰਧਾ ਭਾਵਨਾ ਵੀ ਜੇ ਸੇਵਾ ਭਾਵਨਾ ਨਾਲ ਜੰਮ ਕੀਤਾ ਜਾਵੇ ਹਾਂਜੀ ਹਾਂਜੀ ਪਰ ਉਹਦਾ ਮੁੱਲ ਵੇਲੇ ਸੇਵਾ ਭਾਵਨਾ ਦੇ ਨਾਲ ਅਸੀਂ ਜੇ ਗੁਰੂ ਦੀ ਸੇਵਾ ਕਰਦੇ ਹਾਂ ਮੁੱਲ ਮਿਲਦਾ ਐਡੀ ਨਹੀਂ ਗੱਲ ਆ ਇਹਨਾਂ ਕਹਿ ਸਕਦੇ ਆਪਾਂ ਪਰ ਕਿਤਨਾ ਕਿਤੇ ਪੈਸੇ ਦੀ ਲੋੜ ਆ ਅੱਜ ਕੱਲ੍ਹ ਪੈਸੇ ਦੀ ਲੋੜ ਜੀ ਹਾਂ ਮਤਲਬ ਕਈ ਜਗ੍ਹਾ ਦੇ ਉੱਤੇ ਅੱਗੇ ਅਸੀਂ ਜਿਹੜੇ ਗੁਰਦੁਆਰਾ ਸਾਹਿਬ ਹਨ ਉਹਨਾਂ ਚ ਕਈ ਜਗ੍ਹਾ ਕਈ ਜਗ੍ਹਾ ਮੈਂ ਸਾਰੇ ਨਹੀਂ ਵੇ ਲੋੜੀਆਂ ਜੀ ਜਦੋਂ ਤੇ ਪੈਸਾ ਲਾਇਆ ਜਾਂਦਾ ਹਾਂਜੀ ਹਾਂ ਪਰ ਜਿਹੜੀ ਅਸਲ ਕ੍ਰਾਂਤੀ ਆ ਤੁਸੀਂ ਗਏ ਉਹਨਾਂ ਨੂੰ ਬਹਿਣ ਦਿੱਤਾ ਬਿਲਕੁਲ ਬਿਲਕੁਲ ਹੁਣ ਆ ਗੁਰਦੁਆਰੇ ਆ ਜੀ ਕਰੋੜ ਕਰੋੜ ਰੁਪਇਆ ਗੁਰਦੁਆਰਾਂ ਤੇ ਲਾਇਆ ਪਿਆ ਹਾਂ ਰੋੜ ਕੋ ਤੇ ਉੱਥੇ ਜਿਹੜੇ ਗ੍ਰੰਥੀ ਆ ਵਿਚਾਰੇ ਉਹ 3-3000 ਤੇ ਬੈਠੇ ਹੋਏ 4-4000 ਤੇ ਉੱਤੇ ਉਹ ਚੱਲ ਕਹਿ ਨਹੀਂ ਸਕਦੇ ਕੋ ਹਾਂ ਕਹਿ ਨਹੀਂ ਸਕਦੇ ਹਾਂ ਕਰ ਮਤਲਬ ਜਦੋਂ ਮਨ ਨਹੀਂ ਕੁਝ ਤਾਂ ਪਾਣੀ ਬਣਦੀ ਵੀ ਉਹਨਾਂ ਦੀ ਗੱਲ ਨਹੀਂ ਹਾਂ ਵੀਰ ਨੂੰ ਗਰੰਟੀ ਨਹੀਂ ਉਹਦਾ ਚਾਰ ਨਵਾਂ ਉਹਦੇ ਬੱਚਿਆਂ ਦਾ ਫਿਕਰ ਆ ਜੀ ਆਪਦੇ ਪਰਿਵਾਰ ਦਾ ਫਿਕਰ ਆ ਵੀ ਕੋਈ ਬੰਦਾ ਬਿਮਾਰ ਹੋ ਗਿਆ ਰਿਸ਼ਤੇਦਾਰੇ ਦੇ ਵਿੱਚ ਜਾਣਾ ਆਉਣਾ ਹਾਂ ਹਰ ਹਰਕਤੀ ਜੀ ਇਹ ਮੋਟਰਸਾਈਕਲ ਵਿੱਚ ਤੇਲ ਮਚਣਾ ਹੈਗਾ ਹਾਂ ਉਹ ਵਿਚਾਰਾ ਉਹ ਉਹ ਕਿਤੇ ਇਹ ਚੀਜ਼ਾਂ ਥੋੜੇ ਹੁਣ ਦਿੱਤਾ ਹੋਵੇ ਮਾਇਆ ਦਿੱਤੀ ਹੋਵੇ ਤੇ ਉਹ ਇੰਨੇ ਚ ਖੁਸ਼ ਹੋਵੇ ਅਗਲਾ ਖੁਸ਼ੀ ਨਾਲ ਨਹੀਂ ਵੀ ਜਿਹੜਾ ਕੰਮ ਕਰਨਾ ਉਹ ਵੀ ਕੰਮ ਕਰਦਾ ਜੀ ਉਹ ਵੀ ਕੰਮ ਜਿਹੜਾ ਨਹੀਂ ਵੀ ਨਾ ਕਰਨ ਵਾਲਾ ਉਹਦੇ ਉਹ ਵੀ ਕਰ ਜਾਂਦਾ ਉਹ ਮੈਂ ਖੁਦ ਕਰਦਾ ਰਿਹਾ ਜੀ ਜਦੋਂ ਬੰਦੇ ਦੇ ਮਨ ਤੇ ਖੁਸ਼ੀ ਹੁੰਦੀ ਹੈ ਨਾ ਉਦੋਂ ਬੰਦਾ ਬਹੁਤ ਕੁਝ ਕਰ ਜਾਂਦਾ ਇਹਨੂੰ ਐ ਹੁੰਦਾ ਚਲੋ ਕੋਈ ਗੱਲ ਨਹੀਂ ਯਾਰ ਆਪਾਂ ਕਰਦੇ ਤੇ ਜਦੋਂ ਬੰਦੇ ਦਾ ਮਾਨੇ ਮਜੂਸ ਆ ਜੀ ਉਹ ਫਿਰ ਕੀ ਕਰੋਗੇ ਨਹੀਂ ਜਹਾਂ ਤੇ ਹਾਂ ਜੀ ਤੁਮ ਮਜੂਸੀ ਸਾਇੰਸ ਦੀ ਆ ਰਹਾ ਵਾ ਬਦਨਵਾ ਤੁਹਾਡਾ ਵੀ ਬਹੁਤ ਬਹੁਤ ਤੁਹਾਡਾ ਧੰਨਵਾਦ ਤੁਹਾਡੀ ਟੀਮ ਦਾ ਸਾਰੀ ਦਾ ਜੀ ਐਨ ਬਹੁਤ ਬਹੁਤ ਪਿਆਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਤਾਂ ਗੱਲਬਾਤ ਕੀਤੀ ਗਰੰਟੀ ਸਿੰਗ ਪਾਰਕਰ ਸਿੰਘ ਜੀ ਨਾਲ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਕੀ ਕੀ ਗਰੰਟੀਆਂ ਦਾ ਮੁਸ਼ਕਿਲਾਂ ਕਿਵੇਂ ਆਪਦਾ ਜੀਵਨ ਬਸਰ ਕਰਦੇ ਆ ਕਿਵੇਂ ਕਿ ਤੇ ਤੇਨ ਯਾਰ ਤੇ ਕਿਤੇ 4000 ਦੇ ਕਿਤੇ 5000 ਤੇ ਮਹੀਨਾ ਉਹ ਕੰਮ ਕਰਦੇ ਆ ਉਹਨਾਂ ਨੂੰ ਆਪਦੇ ਬੱਚਾ ਦੇ ਭੁੱਖ ਦਾ ਆਪਦੇ ਘਰ ਦਾ ਸਭ ਫਿਕਰ ਹੈ ਸੋ ਸਿੱਖ ਕੌਣ ਵੇਚਾਈ ਇਹ ਹੈ ਕਿ ਆਪਣੇ ਗ੍ਰਾਂਥੀ ਸਿੰਘਾਂ ਨੂੰ ਸਾਂਭਿਆ ਜਾਵੇ ਤਾਂ ਜੇ ਸਾਂਭਿਆ ਜਾਊਗਾ ਤਾਂ ਇਹ ਨਵੇਂ ਮੁੰਡੇ ਗ੍ਰਾਂਥੀ ਬਣਗੇ ਉਹਨਾਂ ਦੇ ਕਹਿੰਦਾ ਕਿ ਜਿਸ ਤਰੀਕੇ ਦੇ ਹਾਲਾਤ ਹੈ ਮੈਂ ਆਪਦਾ ਬੱਚਾ ਗ੍ਰਾਂਥੀ ਸਿੰਘ ਨਹੀਂ ਬਣਾਵਾਂਗਾ ਕਿਉਂਕਿ ਅਕਸਰ ਤਾਂ ਘਰ ਚਲਾਉਣ ਲਈ ਪੈਸੇ ਦੀ ਜਰੂਰਤ ਹੁੰਦੀ ਹੈ ਤੇ ਜੇ ਸਾਨੂੰ ਪੈਸੇ ਹੀ ਨਹੀਂ ਮਿਲਣਾ ਜੇਕਰ ਅਸੀਂ ਆਰ ਕੇ ਐਕਸਟਰਾ ਵਾਲਿਆਂ ਦੇ ਲੱਖਾਂ ਰੁਪਿਆ ਲਾ ਸਕਦੇ ਹਾਂ ਜੇਕਰ ਅਸੀਂ ਗਾਇਕਾਂ ਦੇ ਲੱਖਾਂ ਰੁਪਿਆ ਲਾ ਸਕਦੇ ਹਾਂ ਤਫਰ ਪਾਠੀ ਸਿੰਘਾਂ ਵੇਲੇ ਸਾਨੂੰ 2100 3100 5200 ਦੇਣ ਵੇਲੇ ਬਹੁਤ ਔਖਾ ਲੱਗਦਾ ਤੇ ਉਹਦੇ ਨਾਲ ਰੇਟ ਤੈਅ ਕਰਦੇ ਆ ਆਪਸੇ ਪਾਸੇ ਪਤਾ ਕਰਦੇ ਆ ਕਿ ਕੀ ਰੇਟ ਚੱਲ ਰਿਹਾ ਸੋ ਇਹਨਾਂ ਚੀਜ਼ਾਂ ਤੇ ਧਿਆਨ ਦੇਣਾ ਚਾਹੀਦਾ ਕਿਉਂਕਿ ਜੇ ਅਸੀਂ ਚਾਹੋਨੇ ਆ ਕਿ ਦੂਜੇ ਧਰਮ ਸਾਡੇ ਧਰਮਾਂ ਤੇ ਹਾਵੀ ਨਾ ਹੋਣ ਮਤਲਬ ਅਸੀਂ ਕਿਸੇ ਧਰਮ ਦੀ ਨੀਂਦ ਨਿਦਾਰੀ ਜਾਂ ਉਹ ਨਹੀਂ ਕਰ ਰਹੇ ਵੀ ਜੇ ਅਸੀਂ ਚਾਹੋਨੇ ਆ ਕਿ ਸਾਡਾ ਧਰਮ ਪਰਵਰਤਨ ਹੋ ਰਿਹਾ ਜੀ ਉਹ ਨਾ ਹੋਵੇ ਤਾਂ ਸਾਨੂੰ ਪਹਿਲਾਂ ਆਪਣੇ ਧਰਮ ਦੇ ਉੱਤੇ ਧਿਆਨ ਦੇਣਾ ਪਊਗਾ ਆਪਣੇ ਗੁਰੂ ਦੇ ਵਜੀਰਾ ਨੂੰ ਸਾਭਣਾ ਪਊ